ਵਾਹਿਗੁਰੂ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਪਾਓ ਖੇਤ ਜਮਾਂਡਿਓ ਸੂਰਮਾ ਅਬਜੂ ਜਨ ਕੋ ਦਾਓ ਸੂਰਾ ਸੋ ਪਹਿਚਾਣੀਐ ਜੋਲ ਰਹਿ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾਡੇ ਖੇਤ ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾਡੇ ਖੇਤ ਨਾ ਜਤੀਸ ਦੀਨੇ ਭਰਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰਿਆ ਨਾ ਜਾਹੁ ਨਾ ਭਾਈ ਗੁਰੂ ਜੀ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਾਇਆ ਕਹੋ ਨਾਨਕ ਹਮਨੀਚ ਕਰਮਾ ਸ਼ਰਨ ਪਰੈ ਕੀ ਰਾਖੋ ਸ਼ਰਮਾ ਅਗਮ ਗੋਚਰ ਸੱਚ ਸਾਹੇ ਮੇਰਾ ਸੱਚ ਸਾਹੇ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੋਟਾਨ ਕੋਟ ਸ਼ੁਕਰ ਹੈ ਕਿ ਆਪ ਜੀ ਦੇ ਜੋਰੇ ਝਾੜਨ ਦਾ ਮੌਕਾ ਬਖਸ਼ਿਆ ਤਾਂ ਸੰਗਤਾਂ ਨੇ ਪਿਆਰ ਬਖਸ਼ਿਆ ਆ ਪ੍ਰਬੰਧਕ ਵੀਰਾਂ ਨੇ ਯਾਦ ਕੀਤਾ ਤਾਂ ਸੇਵਾ ਵੀ ਬਖਸ਼ੀ ਆ ਧੰਨਵਾਦ ਆ ਅੱਜ ਜਿਹੜਾ ਟੌਪਿਕ ਆ 1978 ਦੇ ਸ਼ਹੀਦਾਂ ਬਾਰੇ ਹੋਊਗਾ ਬਾਅਦ 1978 ਕਿਉਂਕਿ ਅਗਲੇ ਮਹੀਨੇ ਅਪ੍ਰੈਲ ਵਿਸਾਖੀ ਆਉਣ ਵਾਲੀ ਆ ਤਾਂ ਇਸ ਇਹ ਗੱਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਸ਼ੁਡ ਨੋ ਆਰ ਹਿਸਟਰੀ ਇਟਸ ਕੁਆਈਟ ਸੈਡ ਦੈਟ ਵੀ ਡੋਨਟ ਨੋ ਆਰ ਹਿਸਟਰੀ ਐਂਡ ਵੈਨ ਵੀ ਡੋਨਟ ਨੋ ਆਰ ਹਿਸਟਰੀ ਦੈਨ ਵੀ ਡੋਂਟ ਅਪਰੀਸ਼ੀਏਟ ਜਦੋਂ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਫਿਰ ਅਸੀਂ ਇੱਕ ਕਿਰਤਕਾਨ ਬਣ ਜਾਂਦੇ ਹਾਂ ਇਸੇ ਕਰਕੇ ਭਾਈ ਸਾਹਿਬ ਬੇਨਤੀ ਕਰਦੇ ਸੀ ਵੀ ਕੌਮ ਦੇ ਹੀਰੇ ਮੂਵੀ ਵੀ ਦੇਖੋ ਵਾਚ ਦ ਮੂਵੀ ਕੌਮ ਦੇ ਹੀਰੇ 1984 ਸਪੋਕ ਟੂ ਸਮਨ ਡਾਰ ਵੀ ਯੈਸਟਰਡੇ ਡਾਰ ਵੀ ਨੇ ਗਿਆ ਸੀ ਤਾਂ ਉਹ ਦੱਸਦੇ ਸੀ ਕਹਿੰਦੇ ਮੂਵੀ ਕਹਿੰਦੇ 100% ਸੱਚ ਨਹੀਂ ਕਹਿੰਦੇ 90% ਜੋ ਦਿਖਾ ਸਕਦੇ ਦਿਖਾ 10% ਕੱਟਣਾ ਪਿਆ ਉਹਨਾਂ ਨੂੰ ਪਰ ਕਹਿੰਦੇ ਜਿਹੜਾ ਦਿਖਾਇਆ ਉਹ ਝੂਠ ਨਹੀਂ ਇਟਸ ਨੋਟ ਫਾਲਸ ਬਟ ਜਿੰਨਾ ਵੀ ਉਹ ਦਿਖਾ ਨਾ ਹੋ ਸਕਦੇ ਸੀ ਉਹਨਾਂ ਨੂੰ ਸਕੀਨ ਕੱਟ ਕਰਨੇ ਪਏ ਸੋ ਇਟਸ ਐਡਿਟਿਡ ਟਰੂਥ ਸੋ ਹੋਰ ਵੀ ਦਿਖਾ ਸਕਦੇ ਪਰ ਜਦੋਂ ਇੰਡੀਆ ਵਾਸਤੇ ਚਲੋ 90% ਸੱਚ ਵੀ ਬਹੁਤ ਲਾਊਡ ਸ਼ੋਅ ਦਾ ਪਰ ਉਹਦੇ 'ਚ ਕੋਈ ਝੂਠੀ ਗੱਲ ਨਹੀਂ ਲਿਖੀ ਦੇਰ ਇਜ਼ ਨੋ ਕਾਈਂਡ ਆਫ ਮੇਡ ਅਪ ਲਵ ਸਟੋਰੀਜ਼ ਇੱਦਾਂ ਚੀਜ਼ਾਂ ਕਈ ਵਾਰ ਇੱਦਾਂ ਮੂਵੀਆਂ 'ਚ ਕਰ ਦਿੰਦੇ ਹੁੰਦੇ ਆ ਇੱਦਾਂ ਦੀ ਕੋਈ ਗੱਲ ਨਹੀਂ ਮੈਂ ਆਪਣੀ ਖੁਦ ਦੇਖੀ ਪ੍ਰੋਗਰਾਮ ਬਣਾਉਣ ਦੇਖਣ ਵਾਸਤੇ ਸੋ ਇਟਸ ਵੈਰੀ ਇੰਪੋਰਟੈਂਟ ਦੈਟ ਵੀ ਡੂ ਲਰਨ ਅਬਾਊਟ ਆਰ ਹਿਸਟਰੀ ਆਓ ਸ਼ੁਰੂ ਕਰਦੇ ਆ ਵਾਈ ਰਿਮੈਂਬਰ ਆਵਰ ਸ਼ਹੀਦਸ ਅਸੀਂ ਸ਼ਹੀਦਾਂ ਨੂੰ ਕਿਉਂ ਯਾਦ ਕਰਦੇ ਵਾਈ ਡੂ ਰਿਮੈਂਬਰ ਸ਼ਹੀਦਸ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਆ ਸ਼ਾਇਦ ਤੁਸੀਂ ਕਿਸੇ ਨੇ ਮੂਵੀ ਦੇਖੀ ਹੋਣੀ ਆ ਭਾਈ ਸੁਬੇਗ ਸਿੰਘ ਸ਼ਬਾਜ਼ ਸਿੰਘ ਇਜ਼ ਅ ਐਨੀਮੇਸ਼ਨ ਮੂਵੀ ਭਾਈ ਸੁਬੇਗ ਸ਼ਬਾਜ਼ ਸਿੰਘ ਸ਼ਾਇਦ ਬੱਚੇ ਨੂੰ ਦਿਖਾਈ ਹੋਣੀ ਸ਼ਾਇਦ ਗੁਰਦੁਆਰੇ ਦਿਖਾਈ ਹੋਣੀ ਆ ਇੱਕ ਸੀਨ ਆ ਜਦੋਂ ਨਹੀਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਆ ਬੰਦਿਆ ਮੇਡ ਟੂ ਬੀ ਮਾਰਟਡ ਚੜਕੀਆਂ ਦੇ ਉਹਨਾਂ ਨੂੰ ਚੜਾਉਂਦੇ ਆ ਦੇ ਆਰ ਔਨ ਟੂ ਰੋਟੇਟਿੰਗ ਵੀਲਸ ਐਂਡ ਦੇ ਕਟਿੰਗ ਟੂ ਪੀਸਿਸ ਉਦੋਂ ਜਦੋਂ ਉਹਨਾਂ ਦਾ ਖੂਨ ਡੁੱਲਦਾ ਬੜਾ ਸੋਹਣਾ ਸੀਨ ਦਿਖਾਦੇ ਜਦੋਂ ਉਹਨਾਂ ਦਾ ਖੂਨ ਡੁੱਲਦਾ ਧਰਤੀ 'ਤੇ ਉਹ ਦਿਖਾਦੇ ਦੁਨੀਆਂ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਆ ਉਹ ਨਿਸ਼ਾਨ ਸਾਹਿਬ ਝੁਲਣ ਲੱਗ ਪੈਂਦੇ ਆ ਦੈ ਵੈਨ ਦੈ ਬਲੱਡ ਟੱਚਿਸ ਦ ਗਰਾਊਂਡ ਨਿਸ਼ਾਨ ਸਾਹਿਬ ਸਟਾਰਟ ਫਲਾਇੰਗ ਅਕ੍ਰੋਸ ਦ ਵਰਲਡ ਤਾਂ ਸੱਚਮੁੱਚ ਮੈਨੂੰ ਬਹੁਤ ਵਧੀਆ ਕੋਨਸੈਪਟ ਲੱਗਾ ਦੈਨ ਦ ਸ਼ਹੀਦਸ ਗੇਵ ਦੈਰ ਲਾਈਫ ਜਦੋਂ ਸ਼ਹੀਦਾਂ ਨੇ ਆਪਣੇ ਜਿੰਦਾ ਵਾਰ ਦਿੱਤੀਆਂ ਤਾਂ ਸੱਚਮੁੱਚ ਇਸੇ ਕਰਕੇ ਅੱਜ ਗੁਰਦੁਆਰਾ ਸਾਹਿਬ ਬਾਹਰ ਨਿਸ਼ਾਦ ਸਾਹਿਬ ਝੂਲ ਰਿਹਾ ਟੁਡੇ ਨਿਸ਼ਾਦ ਸਾਹਿਬ ਆਊਟ ਫਲੈਗ ਇਜ਼ ਫਲਾਇੰਗ ਆਊਟ ਸਾਈਡ ਬਿਕੋਜ਼ ਆਫ ਦ ਸੈਕਰੀਫਾਈਸ ਆਫ ਆਰ ਸ਼ਹੀਦਸ ਜਿਹੜੇ ਸ਼ਹੀਦ ਹੁੰਦੇ ਆ ਉਹ ਕੋਈ ਜਿਹੜੀ ਕੌਮ ਹੁੰਦੀ ਆ ਜਿਹੜੀ ਕੌਮ ਸੌਂ ਜਾਂਦੀ ਆ ਜਿਹੜੀ ਕੌਮ ਆ
ਕਹਿ ਸਕਦੇ ਆ ਆਪਣੇ ਥੋੜ੍ਹੇ ਜਿਹਾ ਜ਼ਿੰਮੇਵਾਰੀਆਂ ਤੋਂ ਪਰੇ ਹਟ ਜਾਂਦੀ ਆ ਏ ਨੇਸ਼ਨ ਵਿੱਚ ਬਿਕਮ ਯੂ ਕੈਨ ਸੇ ਦੇ ਡੋਂਟ ਫੁਲਫਿਲ ਦੇ ਰਿਸਪੋਂਸਿਬਿਲਿਟੀਜ਼ ਆਫ ਦ ਫੋਲਸੀ ਜਿਹੜੇ ਸ਼ਹੀਦ ਨੂੰ ਉਸ ਕੌਮਾਂ ਨੂੰ ਜਗਾਉਂਦੇ ਆ ਦ ਸ਼ਹੀਦ ਦੇ ਵੇਕ ਦੀਜ਼ ਨੇਸ਼ਨਸ ਆ ਸ਼ਹੀਦਾਂ ਦੀ ਜ਼ਿੰਦਗੀਆਂ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਆ ਫਿਰ ਉਹਨਾਂ ਨੇ ਧਰਮ 'ਤੇ ਪਹਿਰਾ ਦਿੱਤਾ ਸੱਚ ਵਾਸਤੇ ਜੂਝੇ ਹੱਕਾਂ ਵਾਸਤੇ ਜੂਝੇ ਆ ਉਹਨਾਂ ਨੇ ਸਿੱਧਕ ਨਹੀਂ ਹਾਰਿਆ ਦੇ ਡਿਡਨਟ ਗਿਵ ਅਪ ਦੇ ਫੇਥ ਦੇ ਹੈਵ ਦੇ ਹੈਡ ਦੇ ਫੋਟ ਫੋਰ ਰਾਈਚਸਨੈਸ ਐਂਡ ਦੇ ਵਰ ਕਰੇਜਸ ਤਾਂ ਉਹੀ ਚੀਜ਼ਾਂ ਉਹਨਾਂ ਦੇ ਜੋ ਅਸੀਂ ਉਹਨੂੰ ਯਾਦ ਕਰਦੇ ਹਾਂ ਅਰਦਾਸ ਹੀ ਹੁੰਦੀ ਆ ਫਿਰ ਉਹ ਸਾਡੇ ਜ਼ਿੰਦਗੀ ਵਿੱਚ ਆ ਜਾਣ ਉਹ ਜਿਹੜੇ ਗੁਣ ਆ ਦੋਜ਼ ਵਰਚੂਜ਼ ਮੈਂ ਦੇ ਐਂਟਰ ਆਰ ਲਾਈਵਸ ਅਸੀਂ ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹਾਂ ਸਵੇਰੇ ਸ਼ਾਮ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ ਦੋਜ਼ ਸਿੰਘ ਐਂਡ ਸਿੰਘਣੀਆਂ ਹੂ ਗੇਵ ਦੇਅਰ ਲਾਈਵਸ ਲਾਈਵਸ ਫੋਰ ਦੇਅਰ ਫੇਥ ਜਿਨ੍ਹਾਂ ਨੇ ਧਰਮ ਵਾਸਤੇ ਜਿੰਦਾ ਵਾਰ ਦਿੱਤੀਆਂ ਤਾਂ ਅਸੀਂ ਸੋਚਦੇ ਤਾਂ ਸ਼ਾਇਦ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਆ ਭਾਈ ਤਾਰੂ ਸਿੰਘ ਦੀ ਗੱਲਾਂ ਹੋ ਰਹੀਆਂ ਵਿੱਚੋਂ ਮੈਂ ਉਹ ਐਂਸ਼ੀਅੰਟ ਪੀਪਲ ਜਿਹੜਾ 300 ਈਅਰਸ ਅਗੋ 300 ਸਾਲ ਪੁਰਾਣੀਆਂ ਗੱਲਾਂ ਕਰਦੇ ਆ ਪਰ ਜਿਹੜਾ ਸਾਡਾ ਇਤਿਹਾਸ ਆ ਬਾਬਾ ਦੀਪ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਸਿਰਫ ਪੁਰਾਤਨ ਇਤਿਹਾਸ ਵਿੱਚ ਨਹੀਂ ਦੀਸ ਗ੍ਰੇਟ ਹੀਰੋਜ਼ ਆਰ ਨੋਟ ਜਸਟ ਇਨ ਦ ਪਾਸਟ ਇਤਿਹਾਸ ਜਿਹੜਾ ਮਾਡਰਨ ਇਤਿਹਾਸ ਹੈ ਵਰਤਮਾਨ ਇਤਿਹਾਸ ਵਿੱਚ ਇੱਦਾਂ ਦੇ ਸੂਰਮੇ ਆਏ ਆ ਇਸ ਧਰਤੀ 'ਤੇ ਇਨ ਮਾਡਰਨ ਹਿਸਟਰੀ ਦ ਸੇਮ ਗ੍ਰੇਟ ਸੋਲਸ ਕੇਮ ਐਂਡ ਦੇ ਡਿਡ ਗ੍ਰੇਟ ਹੀਰੋਇਕ ਡੀਡਸ ਤਾਂ ਅੱਜ ਜਦੋਂ ਅਸੀਂ ਪੜ੍ਹਦੇ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਨਹੀਂ ਸੀ ਦਿੱਤੇ ਅਸੀਂ ਸਿਰਫ ਪੁਰਾਤਨ ਗੁਰਸਿੱਖਾਂ ਦਾ ਵੱਲ ਨਹੀਂ ਧਿਆਨ ਦਿੰਦੇ ਵੀ ਡੋਂਟ ਥਿੰਕ ਆਫ ਦੀ ਆਊਟ ਸਿੰਘ ਸਿੰਘਣੀਆਂ ਬਟ ਵੈਨ ਦਿਸ ਹੈਪਨ ਇਨ 1978 ਇਟ ਬ੍ਰਿੰਗਸ ਟੂ ਰਿਐਲਿਟੀ ਦਾ ਅੱਜ ਵੀ ਸਿੰਘ ਸਿੰਘਣੀਆਂ ਹੈ ਕਿ ਜਿਹੜੇ ਧਰਮ ਵਾਸਤੇ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੈ ਬੋਲੋ ਵਾਹਿਗੁਰੂ 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 ਦਾਸ ਨੇ ਥੋੜ੍ਹਾ ਜਿਹਾ ਇਹਨੂੰ ਸੰਖੇਪ ਰੱਖਣ ਦੀ ਕੋਸ਼ਿਸ਼ ਕੀਤੀ ਆਫ ਟਰਾਈ ਟੂ ਸਮਰਾਈਜ਼ ਬਿਕੋਜ਼ ਜੇ ਤੁਸੀਂ ਜ਼ਿਆਦਾ ਅਸੀਂ ਡਿਟੇਲ ਜਾਏ ਤਾਂ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ ਘੰਟੇ ਵਿੱਚ ਆਫ ਟਰਾਈ ਟੂ ਸਮਰਾਈਜ਼ ਕੋਸ਼ਿਸ਼ ਆ ਵੀ ਤੇਰਾ ਗੁਰਸਿੱਖਾਂ ਦੇ ਅਸੀਂ ਜੇ ਥੋੜ੍ਹਾ ਜਿਹਾ ਸੰਖੇਪ ਜੀਵਨ ਉਹਨਾਂ ਦਾ ਅਸੀਂ ਝਲਕ ਉਹਨਾਂ ਦੀ ਦੇਖ ਸਕਦੇ ਹਾਂ ਥੋੜ੍ਹੀ ਜਿਹੀ ਸਮੋ ਗਲਿਪਸ ਆਫ ਦੈਰ ਲਾਈਫ ਵਿਲ ਟਰਾਈ ਦਾ ਪਰ ਕੱਲ੍ਹ ਦਾਸ ਨੇ ਇਹੀ ਲੈਕਚਰ ਵੁਲਵਰਹੈਂਪਟਨ ਕੀਤਾ ਅਤੇ ਟਾਈਮ ਹੋ ਗਿਆ ਅਸੀਂ ਸ਼ਹੀਦ ਭਾਈ ਫੌਜਾ ਸਿੰਘ ਦੇ ਵਿਚਾਰ ਕੀਤੀ ਸੀ ਪਰ ਚਲੋ ਗੁਰੂ ਕਿਰਪਾ ਕਰੇ ਬਾਅਦ ਵਿੱਚ ਜੇ ਕੋਈ ਚਾਹੁੰਦਾ ਮੈਂ ਤੁਹਾਨੂੰ ਲਿੰਕ ਦੇ ਦੂੰਗਾ ਇੰਟਰਨੈਟ 'ਤੇ ਇੱਕ ਬੁੱਕ ਵੀ ਹੈਗੀ ਹੈ ਤੁਸੀਂ ਤੇਰਾ ਗੁਰਸਿੱਖਾਂ ਬਾਰੇ ਪੜ੍ਹ ਸਕਦੇ ਇਫ ਯੂ ਡੋਂਟ ਫਿਨਿਸ਼ or talk mentioning all about the Gursikhs which you plan today, there is a link I'll give you afterwards, or there's a book I recommend you can read about them afterwards as well. Shuru kar deya in 1978 de vich us samay eh jehda sara khuni saaka aya this bloody massacre which took place eh narankariya de naal si is with the narankaris narankari kaun is tor main background de dunga this bit of a history of this group jehda narankari si eh shuru hoye si baba dayal singh to baba dayal singh goriya de raj si was the british raj ta baba dayal singh ji prachar karde si go village to village you know preach ਤਾਂ ਉਹ ਜਿੱਦਾਂ ਅੰਮ੍ਰਿਤਧਾਰੀ ਸਿੰਘ ਸੀ ਹੀ ਵਾਜ਼ ਏ ਵਾਜ਼ ਅ ਪ੍ਰੋਪਰ ਖਾਲਸਾ ਤਾਂ ਉਹ ਜਾ ਕੇ ਪ੍ਰਚਾਰ ਕਰਦੇ ਸੀ ਜਿੱਦਾਂ ਅੱਜ ਆਮ ਸੰਗਤਾਂ ਚਲੋ ਇੱਥੇ ਮਾਫੀ ਮਾਰ ਦੀ ਕਿਰਪਾ ਹੈਗੀ ਆ ਇਨ ਸਪੈਸ਼ਲੀ ਇੰਡੀਆ ਵਿੱਚ ਪਿੰਡਾਂ 'ਚ ਖਾਸ ਕਰਕੇ ਦੇਖੋ ਤਾਂ ਸਿੱਖੀ ਤੋਂ ਬਹੁਤ ਦੂਰ ਰੁਕੀ ਹੋ ਗਿਆ ਪੀਪਲ ਆਫ ਟੋਟਲੀ ਯੂ ਨੋ ਬੀਂਗ ਕਟ ਅਵੇ ਫਰੋਮ ਦੇਅਰ ਰੂਟਸ ਦੇ ਟੋਟਲੀ ਡ੍ਰਿਫਟ ਅਵੇ ਫਰੋਮ ਦੇਅਰ ਸਪਿਰਚੁਅਲ ਰੂਟਸ ਇਨ ਇੰਡੀਆ ਸਪੈਸ਼ਲੀ ਇੱਥੇ ਵੀ ਹੈਗੇ ਆ you know we don't know our history we don't know our gurus we don't know our gurbani we just seeks by name sikh naam karke assi sikhya par assi sikhi to bahut dur hai
ਸਿਮੀ ਦਿਸ ਇਜ਼ ਆਲਵੇਜ਼ ਅ ਬਿਟ ਆਫ ਅ ਸਾਈਕਲ ਸਮੇਂ ਦੇ ਨਾਲ ਇਹਦਾ ਹੁੰਦਾ ਹੈ ਕਿਸੇ ਕੌਮ ਕਿਸੇ ਧਰਮ ਵਿੱਚ ਉਹ ਜ਼ਿਆਦਾ ਪ੍ਰਚਾਰ ਲੋਕ ਬੰਦਾ ਫਿਰ ਢੰਡੀ ਕਲਾ 'ਚ ਹੋ ਜਾਂਦਾ ਹੈ ਇਸ ਖੰਡ ਸਾਈਕਲ ਤਾਂ ਉਸ ਸਮੇਂ ਇੱਕ ਸਾਈਕਲ ਹੀ ਸੀ ਫਿਰ ਉੱਥੇ ਕਾਫੀ ਢੰਡੀ ਕਲਾ ਹਾਲਾਤ ਹੋ ਗਏ ਸੀ ਇਟ ਵਾਸ ਕੁਆਇਟ ਬੈਡ ਸਿਚੁਏਸ਼ਨ ਇਨ ਟਰਮਸ ਆਫ ਰਿਲੀਜਨ ਤਾਂ ਭਾਈ ਗੁਰਦਿਆਲ ਸਿੰਘ ਭਾਈ ਦਿਆਲ ਸਿੰਘ ਮਾਫ ਕਰਨਾ ਉਹ ਜਾ ਕੇ ਪ੍ਰਚਾਰ ਕਰਦੇ ਸੀ ਤੇ ਕਹਿੰਦੇ ਤੁਸੀਂ ਨਿਰੰਕਾਰ ਨੂੰ ਯਾਦ ਕਰੋ ਨਿਰੰਕਾਰ ਨਾਲ ਜੁੜੋ ਨਿਰੰਕਾਰ ਇਜ਼ ਅਨਦਰ ਨੇਮ ਫੋਰ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਇੱਕ ਹੋਰ ਨਾਮ ਹੈ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਉਂਦਾ ਜਪਜੀ ਸਾਹਿਬ ਦੇ ਵਿੱਚ ਨਿਰੰਕਾਰ ਮੀਨਸ ਇਨਵਿਜ਼ੀਬਲ ਗੋਡ ਇਸ ਡਿਸਕ੍ਰਿਪਟਿਵ ਨੇਮ ਆਫ ਗੋਡ ਨਿਰੰਕਾਰ ਭਾਵ ਹੈ ਨਿਰਾਕਾਰ ਅਕਾਲ ਪੁਰਖ ਪਰਮੇਸ਼ਰ ਆ ਇੱਦਾਂ ਉਹਨਾਂ ਦਾ ਨਾਮ ਪੈ ਗਿਆ ਭਾਈ ਦਿਆਲ ਸਿੰਘ ਜੀ ਨਿਰੰਕਾਰੀ ਹੀ ਗੋ ਨਿਕ ਨੇਮ ਜਿਹਦਾ ਕਈ ਸਿੰਘ ਵਾਹਿਗੁਰੂ ਆਦਤ ਹੁੰਦੀ ਹੈ ਤੇ ਉਹ ਕਈ ਉਹਨਾਂ ਕੋਲ ਵਾਹਿਗੁਰੂ ਸਿੰਘ ਕਹਿਣ ਲੱਗ ਪੈਂਦੇ ਆ ਜੇ ਕੋਈ ਨਿਕ ਨੇਮ ਪੈ ਜਾਂਦਾ ਆ ਉਹ ਅਈ ਚੁਕਣ ਬਾਬਾ ਜੀ ਸੇਵਾ ਵਾਲੇ ਬਾਬਾ ਜੀ ਉਹ ਨਾਂ ਦੇ ਪੈ ਜਾਂਦਾ ਆ ਇੱਦਾਂ ਨਾਂ ਪੈ ਗਿਆ ਭਾਈ ਦਿਆਲ ਸਿੰਘ ਜੀ ਨਿਰੰਕਾਰੀ ਹੁਣ ਉਹ ਠੀਕ ਸੀ ਚੰਗਾ ਪ੍ਰਚਾਰ ਕਰਦੇ ਸੀ ਨਾ ਵਾ ਹੈਪਨ ਉਹਨਾਂ ਤੇ ਗਾਹਾਂ ਜਿਹੜੇ ਉਹਨਾਂ ਨੇ ਥਾਪਿਆ ਸੀ ਪ੍ਰਚਾਰ ਕਰਨ ਵਾਸਤੇ ਦ ਨੈਕਸਟ ਪਰਸਨ ਇਨ ਲਾਈਨ ਹਿਸ ਸਕਸੈਸਰ ਉਹਨਾਂ ਦਾ ਨਾਂ ਸੀ ਬੂਟਾ ਸਿੰਘ ਜਿਹੜਾ ਬੂਟਾ ਸਿੰਘ ਜਿਹਨਾਂ ਦਾਸ ਨੇ ਪੜ੍ਹਿਆ ਸੀ ਇੰਟਰਨੈਟ 'ਤੇ ਸ਼ਾਇਦ ਬਾਅਦ ਵਿੱਚ ਹੋਰ ਕੋਈ ਇਨਫੋਰਮੇਸ਼ਨ ਜਾਣਕਾਰੀ ਦੇ ਸਕਦਾ ਬਟ ਐਸ ਮਚ ਐਸ ਆਈ ਹੈਵ ਰਿਸਰਚਡ ਜਿਹੜਾ ਬੂਟਾ ਸਿੰਘ ਸੀ ਇਹਨੇ ਵੀ ਅੰਮ੍ਰਿਤ ਛਕਿਆ ਸੀ ਹੀ ਹੈਡ ਟੇਕਨ ਅੰਮ੍ਰਿਤ ਤਾਂ ਬੂਟਾ ਸਿੰਘ ਉਹ ਗਲਤ ਪਾਸੇ ਚੱਲ ਗਿਆ ਉਹ ਬੂਟਾ ਸਿੰਘ ਸ਼ਰਾਬ ਪੀਣ ਲੱਗ ਪਿਆ ਤਾਂ ਬੂਟਾ ਸਿੰਘ ਇੱਕ ਵਾਰੀ ਗੁਰਦੁਆਰੇ ਜਾਂਦਾ ਹੀ ਗੋਸ ਟੂ ਗੁਰਦੁਆਰਾ ਸ਼ਰਾਬ ਪੀ ਕੇ ਹੀ ਇਜ਼ ਡਰੰਕ ਐਂਡ ਗੋਸ ਟੂ ਗੁਰਦੁਆਰਾ ਅਤੇ ਕੀ ਹੁੰਦਾ ਉੱਥੇ ਜਿਹੜੇ ਸਿੰਘ ਆ ਉਹ ਹੁਣ ਯੂ ਕੈਨ ਇਮੈਜਿਨ ਹੁਣ ਇਹ ਟਾਈਮ ਦੀ ਗੱਲ ਹੋਣੀ ਆ ਜਸਟ ਪ੍ਰੀ ਇੰਡੀਪੈਂਡੈਂਸ 1947 ਦੇ ਪਹਿਲਾਂ ਦੇ ਗੱਲਾਂ ਆ ਕੀ ਹੋਇਆ ਫਿਰ ਬੂਟਾ ਸਿੰਘ ਨੂੰ ਉਹਨਾਂ ਜਿਹੜੇ ਸਿੰਘ ਸੀ ਹੁਣ ਉਸ ਸਮੇਂ ਤਾਂ ਸੁਧਾਰ ਲਹਿਰ ਵੀ ਆਈ ਸੀ ਤੇ ਸਿੰਘ ਕਾਫੀ ਮਤਲਬ ਜਾਗਰੂਕ ਹੋ ਗਏ ਸੀ ਤੇ ਸਿੰਘ ਜੈਟ ਯੂ نو ਬਿਕਮ ਕੁਆਇਟ ਅਵੇਅਰ ਆਫ ਸਿੱਖੀ ਇਨ ਦਿਸ ਟਾਈਮ ਪੀਰੀਅਡ ਜਸਟ ਬਿਫੋਰ ਇੰਡੀਪੈਂਡੈਂਸ ਵਿਦ ਦ ਸਿੰਘ ਸਭਾ ਮੂਵਮੈਂਟ ਤਾਂ ਸਿੰਘਾਂ ਨੇ ਕੀ ਕੀਤਾ ਸਿੰਘਾਂ ਨੇ ਬੂਟਾ ਸਿੰਘ ਨੂੰ ਬਾਹਾਂ ਤੋਂ ਫੜ ਕੇ ਘਰੀਸ ਕੇ ਤੇ ਬਾਹਰ ਕੱਢ ਦਿੱਤਾ ਤੇ ਸ਼ਾਇਦ ਮਾਰਿਆ ਵੀ ਹੋਣਾ they took him out and they roughed him up and they chucked him out because he should know better pracharak hai he's a preacher he's not like a random non sikh who's become drunk in the gurdwara you know looking for langar kai vare dad gore koi aa jande hai jehde sharab peete hai pyar na samjha dende hai fir bhai you can't sober up when you come back tomorrow you can have some food par eh da humble gatra paya karpan payi hai and so is totally not tolerable ਕੀ ਹੋਇਆ ਇੱਕ ਹੁੰਦਾ ਬੰਦਾ ਜੋ ਗਲਤੀ ਕਰਦਾ ਬੰਦਾ ਹੱਥ ਕਰੇ ਕਰਦਾ ਮੈਂ ਗਲਤੀ ਕਰ ਲਈ ਹੈ ਤਾਂ ਮਰ ਲੈਂਦਾ ਤਾਂ ਮਾਫੀ ਮੰਗਦਾ ਵਨ ਪਰਸਨ ਡਸ ਅ ਮਿਸਟੇਕ ਯੂ ਸੇ ਸੌਰੀ ਐਂਡ ਯੂ نو ਯੂ ਟ੍ਰਾਈ ਟੂ ਅਮੈਂਡ ਯੂਰਸੈਲਫ ਟ੍ਰਾਈ ਟੂ ਚੇਂਜ ਯੂਰਸੈਲਫ ਇੱਕ ਤਰੀਕਾ ਹੁੰਦਾ ਹੈ ਕਿ ਬੰਦਾ ਕਹਿੰਦਾ ਮੈਂ ਗਲਤੀ ਵੀ ਕੀਤੀ ਪਰ ਮੰਨਣੀ ਬਣੀ ਤਾਂ ਇੱਥੇ ਤੱਕ ਗਲਤੀ ਨਹੀਂ ਉਹ ਕਹਿੰਦਾ ਮੇਰੀ ਗਲਤੀ ਵੀ ਗਲਤੀ ਨਹੀਂ ਮਾਈ ਮਿਸਟੇਕ ਇਜ਼ ਨੋਟ ਮਿਸਟੇਕ ਤਾਂ ਬੂਟਾ ਸਿੰਘ ਨਹੀਂ ਕੀਤਾ ਕਹਿੰਦਾ ਸ਼ਰਾਬ ਪੀਣੀ ਕਿਹੜੀ ਗਲਤੀ ਆ ਉਹਨੇ ਆਪਣਾ ਵੱਖਰਾ ਉਹਨੇ ਆਪਣਾ ਇੱਕ ਧਰਾ ਬਣਾ ਦਿੱਤਾ ਵੱਖਰਾ ਧਰ ਨਹੀਂ ਕਹਿ ਦੇ ਉਹ ਸ਼ੁਰੂ ਕਰ ਦਿੱਤਾ ਹੀ ਸਟਾਰਟ ਇਜ਼ ਓਨ ਆਫ ਸ਼ੂਟ ਰਿਲੀਜਨ ਵੈ ਹੀ ਸੈਡ ਦਾ ਸ਼ਰਾਬ ਪੀਣੀ ਕੋਈ ਮਾੜੀ ਗੱਲ ਨਹੀਂ ਸੋ ਜਿਹੜੇ ਜਿੰਨਾ ਦਾਸ ਨੂੰ ਪਤਾ ਲੱਗਾ ਆ ਜਿਹੜੇ ਨਿਰੰਕਾਰੀ ਆ ਮੀਟ ਨਹੀਂ ਖਾਂਦੇ ਕਈ ਬੰਦੇ ਮੈਨੂੰ ਕਹਿੰਦੇ ਮੀਟ ਖਾਂਦੇ ਚਲੋ ਜਿੱਦਾਂ ਦਾਸ ਨੇ ਪੂਰੀ ਰਿਸਰਚ ਕੀਤੀ ਮੀਟ ਨਹੀਂ ਖਾਂਦੇ ਕਿਉਂ ਦੇ ਲਓ ਮੀਟ ਦੇ ਸੇ ਜੀਵ ਹੱਤਿਆ ਇਸ ਮਰਡਰ ਬਟ ਕਹਿੰਦੇ ਸ਼ਰਾਬ ਪੀ ਕੇ ਨਾ ਬੰਦੇ ਕਿਸੇ ਮਰਡਰ ਹੋਇਆ ਈਵਨ ਯੂ ਡਰਿੰਕ ਐਲਕੋਹਲ ਯੂ ਆਰ ਮਰਡਰਿੰਗ ਐਨੀਬਡੀ ਸ਼ਰਾਬ ਇੰਜੋਇਮੈਂਟ ਹੋ ਰਹੀ ਆ ਅਸੀਂ ਮੈਨੂੰ ਅੱਜ ਖਿਲਿੰਗ ਐਨੀਬਡੀ ਵਿਦ ਆਊਟ ਬਲੱਡ ਔਨ ਆਰ ਹੈਂਡਸ ਅਸੀਂ ਕਿਹੜਾ ਕਿਸੇ ਦਾ ਖੂਨ ਕੀਤਾ ਆ ਸੋ ਸ਼ਰਾਬ ਪੀਂਦੇ ਆ ਪਰ ਇਹ ਮੀਟ ਨਹੀਂ ਖਾਂਦੇ ਤਾਂ ਇਹਨਾਂ ਦਾ ਹੋਰ ਵੀ ਬੜਾ ਵੈਰੀ ਪਕਿਊਲੀਅਰ ਕਸਟਮਸ ਪਰ ਚਲੋ ਅਸੀਂ ਬਾਹਰੀ ਗੱਲ ਨਹੀਂ ਇਹਨਾਂ ਬਾਰੇ ਕਰਨੀ ਸੋ ਇਹ ਨਿਰੰਕਾਰੀ ਗਰੁੱਪ ਇਸ ਤਰ੍ਹਾਂ ਬਣ ਗਿਆ ਤਾਂ ਹੌਲੀ ਹੌਲੀ ਹੁਣ 1978 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦਾ ਹੁਣ ਜਿਹੜੇ
ਪਰ ਉਹਨਾਂ ਦੀ ਗੱਦੀ ਆ ਹੁਣ ਉਹ ਕਿਸਮ ਦੀ ਗੁਰਗੱਦੀ ਬਣ ਗਈ ਆ ਨਾ ਉਹਦਾ ਲਿਨੀਅਜ ਹੈ ਨਾ ਬਖਾਮੇ ਗੁਰੂ ਲਿਨੀਅਜ ਹੁਣ ਇਸ ਬਾਬਾ ਜੀ ਨੇ ਸੰਤ ਜੀ ਨੇ ਹੁਣ ਆਪਣਾ ਆਪਣੇ ਗੁਰੂ ਕਹਾਉਣ ਲੱਗ ਪਿਆ ਦੇ ਖੋਦ ਅਨਸਾਸ ਗੁਰੂ ਹੁਣ ਜਿਹੜਾ ਗੁਰਬਚਨ ਆਇਆ ਗੁਰਬਚਨ ਸਿਉਂ ਹੀ ਇਜ਼ ਨਾਓ ਖੋਦ ਹਿਮਸੈਲਫ ਗੁਰੂ ਇਹ ਹੁਣ ਗੁਰੂ ਬਣ ਗਿਆ ਇਹ ਗੁਰੂ ਗੁਰਬਚਨ ਸਿੰਘ ਬਣ ਗਿਆ ਇੱਕ ਚੀਜ਼ ਜਿਹੜਾ ਸਿੰਘ ਨਾਮ ਆ ਜਿਹੜਾ ਬੰਦਾ ਇਤਿਹਾਸ ਵਿੱਚ ਜਿਹੜਾ ਬੰਦਾ ਸਿੱਖੀ ਅਤੇ ਗੁਰਮਤ ਦਾ ਵਿਰੋਧੀ ਹੁੰਦਾ ਸੀ ਜਾਂ ਪੰਥ ਵਿਰੋਧੀ ਹੁੰਦਾ ਸੀ ਐਨੀਵਨ ਇਜ਼ ਐਂਟੀ ਸਿੱਖ ਉਹਦਾ ਨਾਂ ਸਿੰਘ ਨਹੀਂ ਆਖਿਆ ਜਾਂਦਾ ਸੀ ਬੇਸ਼ੱਕ ਉਹਦਾ ਨਾਂ ਸਿੰਘ ਹੋਵੇ ਉਹਨੂੰ ਸਿਉਂ ਕਹਿੰਦੇ ਸੀ ਗੁਰਬਚਨ ਸਿਉਂ ਉਹਦਾ ਨਹੀਂ ਕਈ ਵਾਰੀ ਅਸੀਂ ਇੱਕ ਦੂਜੇ ਨੂੰ ਕਹਿ ਦਿੰਦੇ ਆ ਉਹ ਮਨਵੀਰ ਸਿਉਂ ਵੈਸੇ ਕਹਿਣਾ ਨਹੀਂ ਚਾਹੀਦਾ ਵਿਸ਼ਨ ਸਹੀ ਦਾ ਮਨਵੀਰ ਸਿੰਘ ਜਾਂ ਕਿਸੇ ਦਾ ਨਾਂ ਗੁਰਬਚਨ ਸਿੰਘ ਜਾਂ ਸੰਦੀਪ ਸਿੰਘ ਯੂਸ਼ਿਟ ਸਹੀ ਸਿੰਘ ਜਿਹੜਾ ਸਿਉਂ ਲਫ਼ਜ਼ ਆ ਉਹਨਾਂ ਜਿਹੜੇ ਪੰਥ ਵਿਰੋਧੀ ਹੁੰਦੇ ਸੀ ਜਿਹੜੇ ਗਦਾਰ ਹੁੰਦੇ ਸੀ ਦ ਟ੍ਰੇਟਰਸ ਹੁਣ ਜਿਹੜੇ ਡੋਗਰੇ ਸੀ ਹੀਰਾ ਸਿਉਂ ਧਿਆਨ ਸਿਉਂ ਦੀਸ ਆਰ ਦ ਟ੍ਰੇਟਰਸ ਡਿਊਰਿੰਗ ਦ ਟਾਈਮ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਸਿਉਂ ਕਹਿੰਦੇ ਸੀ ਜਿਸ ਸਮਪਿੰਡ ਆਪਣੇ ਤੁਰ ਸੁਚੇਤ ਹੋਣ ਵਾਸਤੇ ਸਮਨ ਟੂ ਕੀਪ ਇਨ ਮਾਇੰਡ ਜਿਹੜਾ ਗੁਰਬਚਨ ਸਿਉਂ ਸੀ ਹੁਣ ਇਹਨੇ ਹੁਣ ਇੱਕ ਅੱਧ ਚੱਕ ਦਿੱਤੀ ਨਾਓ ਇਜ਼ ਗੋਨ ਵਨ ਸਟੈਪ ਫਰਦਰ ਹੁਣ ਜਿੱਥੇ ਅੱਗੇ ਤੁਰੇ ਜੇ ਪੁੱਠੇ ਪਾਸੇ ਸੀ ਨਿਰੰਕਾਰੀ ਚਲੋ ਅਸੀਂ ਉਹਨੂੰ ਨਕਲੀ ਨਿਰੰਕਾਰੀ ਕਹਿ ਲਈਏ ਲੈਟਸ ਕੋ ਦਮ ਦ ਫੇਕ ਨਿਰੰਕਾਰੀ ਬਿਕੋਜ਼ ਨਿਰੰਕਾਰੀ ਇੱਕ ਪੋਜ਼ਿਟਿਵ ਵਰਡ ਆ ਇਸ ਇਹ ਗੁਰਬਾਣੀ ਵਿੱਚ ਹੀ ਨਿਰੰਕਾਰ ਸ਼ਬਦ ਆਉਂਦਾ ਸੀ ਇਸ ਕਰਕੇ ਨਕਲੀ ਨਿਰੰਕਾਰੀ ਅਸੀਂ ਇਹਨਾਂ ਨੂੰ ਕਹੋਗੇ ਜਿਹੜੇ ਨਕਲੀ ਨਿਰੰਕਾਰੀ ਸੀ ਹੁਣ ਇਹਨਾਂ ਨੇ ਅੱਤ ਚੱਕ ਦਿੱਤੀ ਅਤੇ ਅੱਗੇ ਪੁੱਠੇ ਪਾਸੇ ਸੀ ਹੁਣ ਇਹਨਾਂ ਨੇ ਗੁਰੂ ਨਿੰਦਿਆ ਸ਼ੁਰੂ ਕਰ ਦਿੱਤੀ ਨਾ ਦੇ ਸਟਾਰਟਡ ਸਲੈਂਡਰਿੰਗ ਦ ਸਿੱਖ ਰਿਲੀਜਨ ਅਪ ਫਰੰਟ ਹੁਣ ਇੰਡੀਆ ਦੇ ਵਿੱਚ ਹੁਣ ਵੀ ਦੇਖੋ ਪਿਛਲੇ 2-3 ਸਾਲਾਂ 'ਚ ਦੇਖੋ ਸਿੱਖ ਚੈਨਲ ਦੇਖੋ ਸੰਗਤ ਟੀ ਵੀ ਕੈਨ ਸੀ ਦੈਟਸ ਵੀ ਮੈਨੀ ਇੰਸੀਡੈਂਟਸ ਆਫ ਬੇਅਦਬੀ ਸੈਕਰੀਲੇਜ ਡਿਸਰਿਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਜੀ ਸ਼ਾਇਦ ਤੁਹਾਨੂੰ ਯਾਦ ਥੋੜ੍ਹੇ ਸਾਲ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖੂਹ ਦੇ ਵਿੱਚ ਸਿੱਟਿਆ ਗਿਆ ਸੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਸ ਪ੍ਰੋਬਲਮ ਨੇ ਵੈਲ ਜਿਸ ਉੱਪਰ ਸ਼ਰਾਬ ਪਾਈ ਗਈ ਐਲਕੋਹੋਲਿਸਟ ਫੂਡ ਆਫ ਗੁਰੂ ਗ੍ਰੰਥ ਸਾਹਿਬ ਜੀ ਇੱਕ ਹੋਰ ਪਿੰਡ ਦੇ ਵਿੱਚ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਅੰਗ ਪਾੜ ਦਿੱਤੇ ਗਏ ਸੀ ਗੁਰੂ ਗ੍ਰੰਥ ਸਾਹਿਬ ਜੀ ਵਾਸ ਰਿਪਟ ਅਫਾ ਬਾਈ ਸੰਬਡੀ ਇੱਕ ਹੋਰ ਗੁਰਦੁਆਰੇ ਸਾਹਿਬ ਵਿੱਚ ਵੀ ਸੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਅੱਗ ਲਾ ਦਿੱਤੀ ਗਈ ਇਹ ਬੜੇ ਕੇਸ ਹੋ ਰਹੇ ਆ ਕਿਹੜੀ ਹਿੰਮਤ ਹੈ ਇਹ ਚੀਜ਼ ਕਰਨ ਦੀ ਹਿਊ ਹੈਜ਼ ਦ ਸਟਰੈਂਥ ਔਰ ਦ ਖਰਜ ਟੂ ਡੂ ਦਿਸ ਬੇਅਦਬੀ ਦਿਸ ਸੈਕਰੀਲੇਜ ਇੰਗਲੈਂਡ ਵਿੱਚ ਨਹੀਂ ਕਦੀ ਹੁੰਦਾ ਪਾਕਿਸਤਾਨ ਵਿੱਚ ਨਹੀਂ ਹੁੰਦਾ ਹੈਵ ਯੂ ਐਵਰ ਹਰਡ ਆਫ ਦਿਸ ਟਾਈਪ ਆਫ ਥਿੰਗ ਹੈਪਨਿੰਗ ਇਨ ਮਾਡਰਨ ਪਾਕਿਸਤਾਨ ਕਦੀ ਇਹ ਗੱਲ ਇਹ ਸੁਣੀ ਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਸੇ ਨੇ ਪਾੜ ਦਿੱਤਾ ਗਿਆ ਅਫਗਾਨਿਸਤਾਨ ਦੇ ਵਿੱਚ ਉਹ ਵੀ ਮੁਸਲਮਾਨਾਂ ਦੇ ਦੇਸ਼ ਆ ਦੇ ਬਲੀਵ ਯੂਅਰ ਕਾਫਰਸ ਵੇ ਇਨਫਿਡਲਸ ਕਦੀ ਇਹ ਸੁਣਿਆ ਇੰਗਲੈਂਡ ਵਿੱਚ ਕਿਸੇ ਨੇ ਇਹ ਕੀਤਾ ਹੋਵੇ ਪਰ ਇਹ ਚਲੋ ਇੱਕ ਵਾਰੀ ਕਿਸੇ ਨੇ ਕੀਤਾ ਵੀ ਹੋਵੇ ਪਰ ਨੋ ਨੀਰੀ 3-4 ਕੇਸਿਸ ਇਹ 3-4 ਕੇਸ ਹੁੰਦੇ ਸਾਲ ਦੇ ਵਿੱਚ ਵਟ ਸਿੱਖ ਚੈਨਲ ਇਹ ਹਾਈਲਾਈਟਸ ਜਿਹੜੇ ਦਿਖਾਉਂਦੇ ਆ ਹੁਣ ਵਾਈ ਡੂ ਪੀਪਲ ਡੂ ਦਿਸ ਬਿਕੋਜ਼ ਦੇ ਨੋ ਦੈਟ ਦੇ ਨਫ ਦੇ ਗੋਟ ਪਾਵਰ ਬਿਹਾਈਂਡ ਦੈਮ ਉਹਨਾਂ ਪਿੱਛੇ ਕੋਈ ਫੋਰਸ ਆ ਕੋਈ ਤਾਕਤ ਆ ਫਿਰ ਤੁਸੀਂ ਜੋ ਮਰਜ਼ੀ ਕਰੋ ਤੁਹਾਡੇ ਪਿੱਛੇ ਬੰਦੇ ਹੈਗੇ ਆ ਦਿਸ ਫੋਰ ਸੋ ਇਸ ਇਸ ਵੈਰੀ ਯੂ ਕੈਨ ਦਿਸ ਇੰਡੀਕੇਸ਼ਨ ਦੈਟ ਦੀਸ ਥਿੰਗਸ ਆਰ ਡਨ ਬਾਈ ਗਵਰਨਮੈਂਟਸ ਗੌਰਮੈਂਟ ਸਰਕਾਰਾਂ ਕਰਾਉਂਦੀਆਂ ਹੁਣ ਗੁਰਬਚਨ ਸਿਉਂ ਦੇ ਕੀ ਪ੍ਰਚਾਰ ਸ਼ੁਰੂ ਕਰ ਦਿੱਤਾ ਗੁਰਬਚਨ ਸਿਉਂ ਦਿਸ ਪਿਕਚਰ ਯੂ ਕੈਨ ਸੀ ਫੋਟੋ ਤਾਂ ਦੇਖ ਸਕਦੇ ਆ ਗੁਰਬਚਨ ਸਿਉਂ ਇੱਕ ਰੱਥ ਦੇ ਉੱਪਰ ਆ ਹੀ ਇਜ਼ ਆਨ ਅ ਚੈਰੀਅਟ ਜਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਤਿਕਾਰ ਦਿੰਦੇ ਆ ਲਾਈਕ ਯੂ ਰਿਸਪੈਕਟ ਗੁਰੂ ਗ੍ਰੰਥ ਸਾਹਿਬ ਜੀ ਗੁਰਬਚਨ ਸਿਉਂ ਦੇ ਸਿਰ ਦੇ ਉੱਪਰ ਚੰਦੋਆ ਸਾਹਿਬ ਆ ਜਿਹਦਾ ਮਹਾਰਾਜ ਦੇ ਉੱਪਰ ਚੰਦੋਆ ਸਾਹਿਬ ਆ ਚੰਦੋਆ ਸਾਹਿਬ ਇਜ਼ ਔਨ ਟੋਪ ਆਫ ਗੁਰਬਚਨ ਸਿਉਂ ਵਿਖੜ ਵੀ ਉਹ ਪਿੱਛੇ ਬੰਦਾ ਖੜਾ ਚੌਲ ਸਾਹਿਬ ਕਰਦਾ ਆ ਐਂਡ ਆਪਣੇ ਆਪ ਨੂੰ ਗੁਰੂ ਬੈਠਾ ਆ ਐਂਡ ਜਿਹੜਾ ਗੁਰਬਚਨ ਸਿਉਂ ਸੀ ਹੀ ਨਾਓ ਸਟਾਰਟ ਟੂ ਡਿਗ੍ਰੇਡ ਪ੍ਰੋਮੀਨੈਂਟ ਗੁਰਸਿੱਖ ਨੇਮਸ ਜਿਹੜੇ ਸਾਡੇ ਸਿੱਖ ਅਤੇ ਅੱਜ ਮੰਨੇ ਪਰ ਮੰਨੇ ਗੁਰੂ ਕੇ ਸਿੱਖ ਸੀ ਹੁਣ ਉਹਨਾਂ ਦੇ ਨਾਮ ਵਰਤ ਕੇ ਉਹਨਾਂ ਦੀ ਤੁਹੀਨ ਸ਼ੁਰੂ ਕਰ ਦਿੱਤੀ
he would name somebody in their congregation ਉਹਦੇ ਜਿਹੜੇ ਉਹਨਾਂ ਦੇ ਇਕੱਠ ਦੇ ਵਿੱਚ ਕਿਸੇ ਨੂੰ ਕਹਿੰਦਾ ਅੱਛਾ ਤੇਰਾ ਨਾਂ ਮਾਤਾ ਤ੍ਰਿਪਤਾ ਆ ਦੇ ਉਸ ਤਾਂ ਖੋਲਿੰਗ ਸਮ ਰੈਂਡਮ ਲੇਡੀ ਮਾਤਾ ਤ੍ਰਿਪਤਾ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਮਾਤਾ ਜੀ ਹੈ ਰਿਸਪੈਕਟਡ ਮਤਲਬ ਗੁਰੂ ਨਾਨਕ ਦੇਵ ਜੀ ਐਂਡ ਹੀ ਵਿਲ ਸਟਾਰਟ ਖੋਲਿੰਗ ਇਸ ਫੋਲੋਅਰਸ ਮਾਤਾ ਤ੍ਰਿਪਤਾ ਕਿਸੇ ਨੂੰ ਕਹਿਣ ਤੂੰ ਭਾਈ ਗੁਰਦਾਸ ਆ ਉਹਨੇ ਆਪਣੇ ਕਿਸੇ ਚੇਲੇ ਦਾ ਨਾਂ ਭਾਈ ਗੁਰਦਾਸ ਜੀ ਰੱਖ ਦਿੱਤਾ ਹੀ ਨੇ ਮੇਨ ਵਨ ਆਫ ਹਿਸ ਫੋਲੋਅਰਸ ਭਾਈ ਗੁਰਦਾਸ ਹੂ ਇਜ਼ ਅ ਵਿਦ ਦਾ ਮਾਮਾ ਜੀ ਗੁਰੂ ਅਰਜਨ ਦੇਵ ਜੀ ਐਂਡ ਸੋ ਔਨ ਐਂਡ ਸੋ ਔਨ ਇਸ ਤਰ੍ਹਾਂ ਤੁਸੀਂ ਆਪ ਥੋੜ੍ਹਾ ਜਿਹਾ ਆਈਡੀਆ ਲੈ ਲਿਆ ਹੋਣਾ ਫਿਰ ਕਿਸ ਤਰ੍ਹਾਂ ਉਹ ਤਹੀਨ ਕਰਦਾ ਸੀ ਇਸ ਡਿਸਰਿਸਪੈਕਟਿੰਗ ਗਾਹ ਉਹਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਤੁਹੀਨ ਕੀਤੀ ਹੀ ਖੋਲ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਆਈ ਬੰਡਲ ਆਫ ਪੇਪਰ ਕਹਿ ਤਾਂ ਇਹ ਤਾਂ ਕਾਗਜ਼ਾਂ ਦਾ ਕਾਗਜ਼ ਹੀ ਇਕੱਠੇ ਕੀਤੇ ਇਹ ਤਾਂ ਤੁਰਕੀ ਬਾਣੀ ਨਹੀਂ ਇਸ ਨਾ ਰੈਵਲੇਸ਼ਨ ਮਹਾਪਾਪੀ ਗੁਰਬਚਨ ਸਿੰਘ ਨੇ ਕਹਿ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਬਾਣੀ ਨਹੀਂ ਦਿਸ ਇਜ਼ ਨੋਟ ਦ ਵਰਡ ਆਫ ਗੋਡ ਇਹ ਤਾਂ ਵੈਸੇ ਇਕੱਠਾ ਕੀਤਾ ਬਸ ਦੱਸ ਦਿਸ ਹੁਣ ਕਿਹੜੀ ਜ਼ਰੂਰਤ ਆ ਹੁਣ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਰੀ ਸ੍ਰਿਸ਼ਟੀ ਦੇ ਗੁਰੂ ਮਾਲਕ ਆ ਗੁਰੂ ਗ੍ਰੰਥ ਸਾਹਿਬ ਜੀ ਇਜ਼ ਦ ਗੁਰੂ ਆਫ ਦ ਹੋਲ ਵਰਲਡ ਸਾਰਿਆਂ ਨੂੰ ਪਿਆਰ ਦਿੰਦੇ ਆ ਸਾਰਿਆਂ ਨੂੰ ਗਲਵੱਕਰੀ ਚਲਾਉਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਐਮਬ੍ਰੇਸ ਬੜੀ ਵਾਈ ਇਜ਼ ਹੀ ਸੋ ਐਂਟੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਤੋਂ ਕਰਾਇਆ ਗਿਆ ਦੇ ਆਰ ਬੀਂਗ ਫਿਊ ਟੂ ਡੂ ਦਿਸ ਗਾਹਾਂ ਜਿਹੜੀ ਕਾਰ ਸੇਵਾ ਹੁੰਦੀ ਆ ਕਾਰ ਸੇਵਾ ਮੀਨਜ਼ ਕੰਸਟਰਕਸ਼ਨ ਸੇਵਾ ਬਿਲਡਿੰਗਸ ਉਹਨੇ ਕਹਿ ਦਿੱਤਾ ਬਿਆਨ ਦੇ ਵਿੱਚ ਦੇ ਕਾਰ ਸੇਵਾ ਲੋਕੀ ਕਰਦੇ ਆ ਕਾਰ ਸੇਵਾ ਨਹੀਂ ਹੈ ਬੇਕਾਰ ਸੇਵਾ ਆ ਬੇਕਾਰ ਮੀਨਸ ਇਟਸ ਅ ਵੇਸਟ ਆਫ ਟਾਈਮ ਬਿਲਡਿੰਗ ਦੀਸ ਗੁਰਦੁਆਰੇ ਆ ਵੇਸਟ ਆਫ ਟਾਈਮ ਐਂਡ ਹੀ ਸੇਇੰਗ ਦਿਸ ਪਬਲਿਕਲੀ ਫਿਰ ਉਹਨੇ ਕੀ ਕੀਤਾ ਹੁਣ ਦਿਸ ਇਜ਼ ਵੈਰੀ ਚੈਲੰਜਿੰਗ ਦ ਖਾਲਸਾ ਖਾਲਸੇ ਨੂੰ ਵੰਗਾਰ ਰਿਹਾ ਤਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਜਾਏ ਸੀ ਤਾਂ ਮੈਂ ਸੱਤ ਸਿਤਾਰੇ ਸਜਾ ਕੇ ਦਿਖਾਊਂਗਾ ਇਫ ਗੁਰੂ ਗੋਬਿੰਦ ਸਿੰਘ ਮੈਂ ਤਾਂ ਪੰਜ ਪਿਆਰੇ ਦ ਫਾਈਵ ਬਲਵਡ ਵੰਸ ਆਲ ਮੇਕ ਦ ਸੈਵਨ ਸਟਾਰਸ ਸੱਤ ਸਿਤਾਰੇ ਉਹਨੇ ਕੀ ਕੀਤਾ ਆਹ ਫੋਟੋ ਇੱਕ ਫੋਟੋ ਹੈਗੀ ਸੀ ਮੇਰੇ ਕੋਲ ਸਲਾਈਡ 'ਚ ਜ਼ਿਆਦਾ ਜਗ੍ਹਾ ਨਹੀਂ ਸੀ ਮੈਂ ਇਸ ਕਰਕੇ ਐਡ ਨਹੀਂ ਕੀਤੀ ਉਹਦਾ ਕੰਪਿਊਟਰ 'ਤੇ ਹੈਗੀ ਮੇਰੇ ਸੱਤ ਬੰਦੇ ਆ ਦਾ ਸੈਵਨ ਪੀਪਲ ਚਿੱਟੀਆਂ ਪੱਗਾਂ ਬਣੀਆਂ ਚਿੱਟੇ ਕੁਰਤੇ ਪਾਏ ਆ ਐਂਡ ਚਿੱਟੇ ਨਿਸ਼ਾਨ ਸਾਹਿਬ ਸੋ ਵਾਈ ਦੇ ਵੇਂਗ ਐਵਰੀਥਿੰਗ ਵਾਈ ਐਂਡ ਦੇ ਗਾਟ ਵਾਈਟ ਨਿਸ਼ਾਨ ਸਾਹਿਬ ਫਲੈਗਸ ਇਨ ਦੇ ਹੈਂਡ ਤਾਂ ਦੀਸ ਸੈਵਨ ਪੀਪਲ ਵਖੋ ਦ ਸੱਤ ਸਿਤਾਰੇ ਨਕਲ ਕੀਤੀ ਗਈ ਮਤਲਬ ਜਾਣ ਕੇ ਵੰਗਾਰੇ ਸੀ ਖਾਲਸਾ ਚੈਲੰਜ ਇਨ ਦ ਖਾਲਸਾ ਲੁੱਕ ਗੁਰੂ ਗੋਬਿੰਦ ਸਿੰਘ ਜੀ ਇਜ਼ ਨਥਿੰਗ ਸਪੈਸ਼ਲ ਆਈ ਕੈਨ ਡੂ ਹਿਮ ਬੈਟਰ ਬਾਈ ਮੇਕਿੰਗ ਦੀਸ ਸੈਵਨ ਸਟਾਰਸ ਐਨੀਵੇ ਹੁਣ ਇੰਨਾ ਮਤਲਬ ਗੁਰਬਾਣੀ ਤੋਂ ਤਹੀਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਅਪਮਾਨ ਦਸਾਂ ਗੁਰੂ ਸਾਹਿਬਾਨ ਦੇ ਖਿਲਾਫ ਉਹਨੇ ਕੂੜ ਗੰਦ ਬੋਲਿਆ ਹੁਣ ਦਿਸ ਇਜ਼ ਦ ਨੈਕਸਟ ਸਟੈਪ ਅਗਲਾ ਉਹਨੇ ਕੀ ਕਦਮ ਚੱਕਿਆ ਹੁਣ 1978 ਦੀ ਵਿਸਾਖੀ 'ਤੇ ਔਨ 1970 ਔਨ ਵਿਸਾਖੀ ਡੇ ਔਨ ਵਿਸਾਖੀ ਡੇ ਇਜ਼ ਵੀ ਸੈਲੀਬ੍ਰੇਟ ਦ ਖਾਲਸਾ ਉਦੋਂ ਅਸੀਂ ਖਾਲਸਾ ਦੀ ਸਿਰਜਣਾ ਦਿਵਸ ਪ੍ਰਕਾਸ਼ ਦਿਵਸ ਪ੍ਰਗਟ ਦਿਵਸ ਅਸੀਂ ਮਨਾਉਂਦੇ ਹਾਂ ਤਾਂ ਹੁਣ ਬਾਪੀ ਗੁਰਬਚਨ ਨੇ ਕੀ ਸੋਚਿਆ ਫਿਰ ਅਸੀਂ ਖਾਲਸੇ ਵਾਲੇ ਦਿਨ 'ਤੇ ਵਿਸਾਖੀ ਡੇ 13 April 1978 ਕਹਿੰਦਾ ਅਸੀਂ ਅੰਮ੍ਰਿਤਸਰ ਦੇ ਵਿੱਚ ਜਲੂਸ ਕੱਢਣਾ ਹੈ ਨਗਰ ਕੀਰਤਨ ਹੀ ਨੇ ਕਹਿੰਦਾ ਜਲੂਸ ਪ੍ਰੋਸੈਸ਼ਨ ਤਾਂ ਹੀ ਸਰ ਵੀ ਪ੍ਰੋਸੈਸ਼ਨ ਇਨ ਅੰਮ੍ਰਿਤਸਰ ਹੁਣ ਇਜ਼ ਨੋਟ ਇਨ ਸਮ ਰੈਂਡਮ ਸਿਟੀ ਇਹ ਨਹੀਂ ਕਿਸੇ ਹੋਰ ਕਿਸੇ ਪਿੰਡ ਦਾ ਸ਼ਹਿਰ ਦੇ ਵਿੱਚ ਕਰਨਾ ਅੰਮ੍ਰਿਤਸਰ ਦੇ ਵਿੱਚ ਵਿਸਾਖੀ ਵਾਲੇ ਦਿਨ ਔਨ ਵਿਸਾਖੀ ਡੇ ਉਹੀ ਬੰਦਾ ਹੀ ਇਜ਼ ਬੀਨ ਇਨਸਲਟਿੰਗ ਗੁਰੂ ਗੋਬਿੰਦ ਸਿੰਘ ਜੀ ਇੱਥੇ ਤੱਕ ਵੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬਾਜਾ ਵਾਲੇ ਕਹਿੰਦੇ ਆ ਬਾਜਾ ਵਾਲੇ ਬਾਜ ਕਹਿੰਦੇ ਇਕੁਇਵਲੈਂਟ ਆਫ ਬਾਜ ਇਨ ਮਾਈ ਕਰੈਕਟ ਆਈ ਥਿੰਕ ਇਟਸ ਈਗਲ ਸ਼ਾਇਦ ਈਗਲ ਹੀ ਆ ਜਾਂ ਹੋਕ ਵਨ ਆਫ ਦੀ ਅਦਰਸ ਆਈ ਐਮ ਨਾਟ ਟੂ ਸ਼ੋਰ ਆਈ ਥਿੰਕ ਇਟਸ ਈਗਲ ਔਰ ਹੋਕ ਗੁਰੂ ਗੋਬਿੰਦ ਸਿੰਘ ਯੂਸ ਟੂ ਹੈਵ ਵਨ ਬਾਜ ਐਂਡ ਹੀ ਵਾਟ ਹੀ ਡਿਡ ਉਹਨੇ ਬਾਜ ਲੈ ਕੇ ਆਪਣੇ ਘਰ ਦੇ ਮੋਢੇ ਤੇ ਰੱਖ ਦਿੱਤਾ ਕਹਿੰਦੇ ਤੁਸੀਂ ਬਾਜਾ ਵਾਲਿਆਂ ਨੂੰ ਮੰਨਦੇ ਮੇਰੇ ਘਰ ਵਾਲੇ ਤੇ ਬਾਜ ਬੈਠਾ ਮਤਲਬ ਬਿਲਕੁਲ ਮਤਲਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਤਲਬ ਅਪਮਾਨ ਕਰਨ ਦੀ ਕੋਸ਼ਿਸ਼ ਹੁਣ ਵਿਸਾਖੀ 'ਤੇ ਜੋ ਪਤਾ ਲੱਗਿਆ ਫਿਰ ਹੀ ਇਹਦੇ ਨੇ ਇੱਕ ਜਲੂਸ ਕੱਢਣਾ ਹੀ ਇਸ ਕਿਨਾਵੇ ਸੱਤ ਸਿਤਾਰੇ ਹੀ ਜਨਾਵੇ ਸੈਵਨ ਸਟਾਰਸ
in front, these men holding white flags. Unne rat de upar behna, he's me on a chariot, upar chaur honi hai, he's gonna present himself as guru. And it's not just he's a passive guy, jithe kai dere hai, kai jithe bande guru hai, they're a bit dodgy, they're a bit weird, but they don't say anything against Sikhs upright. ਪਰ ਇਹ ਜਿਹੜਾ ਬੰਦਾ ਆ ਜਿਹੜੇ ਬਾਕੀ ਬਾਬੇ ਜਿਹੜੇ ਉਹ ਗੁਪਤ ਪ੍ਰਚਾਰ ਕਰਦੇ ਆ ਇਹ ਬੰਦਾ ਸ਼ਰੇਆਮ ਸ਼ੁਰੂ ਕਰ ਦਿੱਤਾ ਸਿੱਖਾਂ ਦੇ ਖਿਲਾਫ ਬੋਲਣਾ ਜਸ ਰਾਈਟ ਆਊਟ ਅਬਿਊਸ ਟੂਵਰਡਸ ਦ ਸਿੱਖਸ ਐਂਡ ਦ ਗੁਰੂਸ ਹੁਣ ਉਸ ਸਮੇਂ 1978 ਵਿਸਾਖੀ ਵਾਲੇ ਦਿਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਜ਼ ਇਨ ਗੁਰੂ ਰਾਮਦਾਸ ਜੀ ਨਿਵਾਸ This is an accommodation or rest house in Amritsar, in the Harmandir Sahib complex. Harmandir Sahib, the complex the which Sarai hai jithe sangta thehar diya, Guru Ramdas Nivas. Utte Baba Janai Singh ji Bhindra wale, Taksal de Singh, utte aram, utte unna da tha takana si, that's where the rest place was. Ta jadon santa nu pata lagya, when the sant ji heard that Gurbachan Singh is planning this procession, and he's challenging the Khalsa, and that Gurbachan Singh has made derogatory comments against Guru Granth Sahib Ji. He's called Guru Granth Sahib Ji a bundle of paper. Itte tak Vaisakhi te pehla inne keh tan se Guru Granth Sahib Ji sirf ik kagaj da kagaj ikattha kita das hai. Hun santan ne socha fir eh gur ki ninda sune na kaan, eh rehta nama aya gur ki ninda, the slander of the guru. ਸੁਣਿਆ ਨਾ ਕਾਨ, ਨੈਵਰ ਟੋਲਰੇਟ ਦ ਏਅਰਸ, ਨੈਵਰ ਟੋਲਰੇਟ ਸਲੈਂਡਰ ਦ ਗੁਰੂ. ਕਦੀ ਜਿਹੜੇ ਕੰਨ ਆ ਗੁਰੂ ਦੀ ਨਿੰਦਾ ਨੂੰ ਬਰਦਾਸ਼ਤ ਨਹੀਂ ਕਰਨੇ ਚਾਹੀਦੇ. ਹੁਣ ਕੀ ਹੋਇਆ, ਸੰਤਾਂ ਨੇ ਇੱਕ ਟਕਸਾਲ ਦਾ ਸਿੰਘ ਭੇਜਿਆ. ਟਕਸਾਲ ਇਜ਼ ਏ ਸਕੂਲ ਇਨ ਦ ਸਿੱਖ ਰਿਲੀਜਨ, ਇਨ ਇਜ਼ ਵਨ ਸਕੂਲ ਵਿਚ ਟੀਚਿਸ ਗੁਰਬਾਣੀ, ਇਜ਼ ਅ ਵੈਰੀ ਫੇਮਸ ਸਕੂਲ. ਉਹਨਾਂ ਦਾ ਨਾਂ ਆ ਟਕਸਾਲ, ਦਮਦਮੀ ਟਕਸਾਲ. ਹੁਣ ਉਹੀ ਬਾਬਾ ਜਰਨੈਲ ਸਿੰਘ ਜੀ ਵਾਜ਼ ਦ ਲੀਡਰ ਆਫ ਦਿਸ ਔਰਗਨਾਈਜੇਸ਼ਨ. And Baba Janai Singh sends one of his men to Ajit Nagar. Ajit Nagar ki ho raha si? Ajit Nagar is a sector in Amritsar. Utte Akhand Kirtan jathe de samagam ho raha chal raha si. Jidda next month Akhand ki jidda samagam darbi ho raha. Samagam means like a program. It's a special program. The Akhand ki jatha is a kirtan group which is famous for doing Akhand non-stop kirtan. They usually recite Vaheguru in their kirtan as well. Jira khad ki jatha aya oh apna samagam kar rahe si Ajit Nagar de vich. Santan ne Taksal da Singh bheje ve tusi Ajit Nagar ja ke khand kirtan de jathe de singhan nu dassiyo, fir eh gal ho rahi te oh aan te assi rad mil ke eh morcha shuru kariye. They tell them that we will come here and then we will do take action together. ਹੁਣ ਕਿਉਂ ਸੰਤਾਂ ਨੇ ਅਖੰਡ ਕੀ ਜਥੇ ਨੂੰ ਇਹ ਬੇਨਤੀ ਕੀਤੀ? ਵਾਈ ਡਿਡ ਸੰਤ ਜੀ ਅਪਰੋਚ ਦ ਅਖੰਡ ਕੀ ਜਥਾ? ਬਿਫੋਰ ਸੰਤ ਜਰਨੈਲ ਸਿੰਘ ਜੀ, ਉਹਨਾਂ ਦੇ ਜਿਹੜੇ ਪਹਿਲੇ ਉਹਨਾਂ ਤੋਂ ਪਹਿਲੇ ਜਿਹੜੇ ਮਹਾਂਪੁਰਸ਼ ਸੀ ਉਹ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ. ਹੀ ਵਾਜ਼ ਦ ਪ੍ਰੀਵੀਅਸ ਹੈੱਡ ਆਫ ਦ ਟਕਸਾਲ ਗਰੁੱਪ. ਤਾਂ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਸੀ ਉਹ ਵੈਸੇ ਅਖੰਡ ਕੀ ਜਿੱਥੇ ਨਾਲ ਵੀ ਬਹੁਤ ਪਿਆਰ ਕਰਦੇ ਸੀ. ਅਖੰਡ ਕੇ ਜਿੱਥੇ ਸਿੰਘ ਮਹਿਤੇ ਆ ਕੇ ਵੀ ਰਹਿਣ ਸਫਾਈ ਕਰਦੇ ਹੁੰਦੇ ਸੀ. ਡਿਸਟ੍ਰਿਕਟ ਕੀਰਤਨ ਮਹਿਤਾ ਦੇ ਮੇਨ ਹੈੱਡਕੁਆਰਟਰਸ ਇਜ਼ ਵੈਲ. ਤਾਂ ਆਪਸ ਵਿੱਚ ਬਹੁਤ ਪਿਆਰ ਸੀ. ਬਾਬਾ ਗੁਰਬਚਨ ਸਿੰਘ ਦਾ ਭਾਈ ਰਣਜੀਤ ਸਿੰਘ ਦਾ ਬੜਾ ਪਿਆਰ ਸੀ. ਕੀ ਹੋਇਆ ਸੀ, ਨਿਰੰਕਾਰੀ ਜਿਹੜੇ ਸੀ, ਨਕਲੀ ਨਿਰੰਕਾਰੀ, ਇਹਨਾਂ ਨੇ ਪਹਿਲਾਂ ਨਹੀਂ ਇਹ ਕਦਮ ਉਠਾਇਆ, ਪਹਿਲਾਂ ਵੀ ਇਹਨਾਂ ਨੇ ਗੁਰਨਿੰਦਾ ਕੀਤੀ ਸੀ. The nakli narankaris, they had in the past also spoken rubbish about the Sikh religion. Odo Gurdaspur de vich Sant Baba Kartar Singh ji,
ਤਾਂ ਭਾਈ ਫੌਜਾ ਸਿੰਘ ਜੋ ਅਖੰਡ ਕੀਤੀ ਜਥੇ ਦੇ ਸਿੰਘ ਸੀ, ਇਹਨਾਂ ਦੀ ਫੋਟੋ ਹੈ ਭਾਈ ਸਾਹਿਬ ਦੀ, ਭਾਈ ਫੌਜਾ ਸਿੰਘ, ਦੇ ਵਰਕ ਟੁਗੈਦਰ, ਇਕੱਠਿਆਂ ਨੇ ਦੇ ਪ੍ਰੋਟੈਸਟਿਡ ਅਗੇਂਸਟ ਗੁਰਬਚਨ ਸਿੰਘ। ਸੋ ਇਹਨਾਂ ਦੇ ਪਹਿਲਾਂ ਪਤਾ ਸੀ ਸਾਂਝ ਸੀ, ਫਿਰ ਅਸੀਂ ਇਕੱਠਿਆਂ ਨੇ ਅੱਗੇ ਵੀ ਦੋ ਕੁ ਵਾਰੀ ਪਹਿਲਾਂ ਟੂ ਓਕੇਜ਼ਨਸ ਬਿਫੋਰ ਦੇ ਵਰਕ ਟੁਗੈਦਰ ਅਗੇਂਸਟ ਦ ਨਿਰੰਕਾਰੀਸ ਟੂ ਅਪੋਜ਼ ਦਮ। ਸੋ ਇਹਨਾਂ ਦੇ ਥੋੜ੍ਹਾ ਜਿਹਾ ਹਿਸਟਰੀ ਸੀ। ਹੁਣ ਕੀ ਹੋਇਆ, ਜਦੋਂ ਟਕਸਾਲ ਦੇ ਸੰਗਤ ਕੀਰਤਨ ਚੱਲਦਾ ਸੀ, ਮੈਂ ਆਸਟ੍ਰੇਲੀਆ ਗਿਆ ਸੀ, ਉੱਥੇ ਮੈਨੂੰ ਸਿੰਘਾਂ ਨੇ ਦੱਸਿਆ ਸੀ ਨਾਮ ਜਿਸ ਬੀਬੀ ਕੀਰਤਨ ਕਰਦੇ ਸੀ, ਮੈਂ ਨਾਮ ਵਿਸਰ ਗਿਆ, ਫਗੋਟਨ ਦ ਨੇਮ ਆਫ ਦ ਲੇਡੀ ਹੂ ਇਜ਼ ਡੂਇੰਗ ਦ ਕੀਰਤਨ। ਬੀਬੀ ਜੀ ਕੀਰਤਨ ਕਰਦੇ ਸੀ, ਬੀਬੀ ਜੀ ਕੀਰਤਨ ਕਰਦੇ ਸੀ, ਉਹਨੇ ਮੈਨੂੰ ਸ਼ਬਦ ਵੀ ਦੱਸੇ, ਮੈਂ ਸ਼ਬਦ ਹੀ ਭੁੱਲ ਗਿਆ, ਮੈਨੂੰ ਨੋਟ ਨਹੀਂ ਕੀਤਾ, ਲੇਕਿਨ ਦੱਸਦੇ ਇਹ ਸ਼ਬਦ ਪੜ੍ਹਿਆ ਜਾ ਰਿਹਾ ਸੀ। ਸਿੰਘ ਆਇਆ ਤਾਂ ਦੱਸਿਆ ਤਾਂ ਭਾਈ ਜਗਿੰਦਰ ਸਿੰਘ ਜੀ ਤਲਵਾਰਾ ਜੋ ਖੰਡ ਕੀ ਜਿੱਦੇ ਉਹਦੇ ਮੋਢੀ ਮੋਢੀ ਸਿੰਘ ਸੀ, ਹੀ ਸਟੋਪਸ ਦ ਕੀਰਤਨ, ਕੀਰਤਨ ਰੋਕ ਦਿੰਦੇ ਆ। ਇਹ ਵੈਸੇ ਖੰਡ ਮਤਲਬ ਇਸ ਨੋਨ ਸਟਾਪ ਕੀਰਤਨ, ਜਿੱਦਾਂ ਹਰਿਮੰਦਰ ਸਾਹਿਬ ਉਹ ਵੀ ਖੰਡ ਕੀਰਤਨ ਇਜ਼ ਨੋਨ ਸਟਾਪ ਕੀਰਤਨ, ਦਸ ਉੱਥੇ ਫਤਿਹ, ਵੈਨ ਨੈਕਸਟ ਕੀਰਤਨ ਹੀ ਖਮਜ਼ ਔਨ ਯੂ ਡੋਂਟ ਸੇ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬੁਲਾਉਂਦੇ, ਉਹ ਲਗਾਤਾਰ ਕੀਰਤਨ ਹੁੰਦਾ ਹੈ। ਪਰ ਉਸ ਸਮੇਂ ਉਸ ਸਮਾਗਮ ਵਿੱਚ ਉਹ ਕੀਰਤਨ ਰੋਕਿਆ ਗਿਆ, ਦ ਕੀਰਤਨ ਵਾਸ ਸਟੋਪਡ, ਤਾਂ ਅਨਾਊਂਸਮੈਂਟ ਕੀਤੀ ਗਈ, ਅਨਾਊਂਸਮੈਂਟ ਔਨ ਦ ਸਮਾਗਮ। ਫਿਰ ਪਾਪੀ ਗੁਰਬਚਨ ਸਿੰਘ ਗੁਰੂ ਨਿੰਦਾ ਕੀਤੀ ਆ, ਦ ਹੀ ਇਜ਼ ਸਲੈਂਡਰਡ ਦ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਅਪਸ਼ਬਦ ਵਰਤੇ ਆ, ਐਂਡ ਇਜ਼ ਪਲੈਨਿੰਗ ਅ ਪ੍ਰੋਸੈਸ਼ਨ ਅੰਮ੍ਰਿਤਸਰ ਵਿਸਾਖੀ ਵਾਲੇ ਦਿਨ, ਟੂਡੇ ਔਨ ਦਿਸ ਡੇ, ਇਹ 13 ਤਰੀਕ ਦੀ ਗੱਲ ਹੈ, 13th April। ਹੁਣ ਕੀ ਹੋਇਆ, ਵਨ ਦਿਸ ਅਨਾਊਂਸਮੈਂਟ ਬੀਂਗ ਮੇਡ, ਭਾਈ ਫੌਜਾ ਸਿੰਘ ਜੀ ਜੀ ਫੋਟੋ ਦਿਖਾਈ ਇੱਥੇ, ਸ਼ਹੀਦ ਭਾਈ ਫੌਜਾ ਸਿੰਘ ਇਜ਼ ਡੂਇੰਗ ਸੇਵਾ, ਸੇਵਾਗਿਰੀ ਕਰ ਰਿਹਾ, ਆਟਾ ਗੁੰਨ ਰਿਹਾ, ਹੀ ਇਜ਼ ਨੀਡਿੰਗ ਦ ਡੋ, ਨੀਡਿੰਗ ਦ ਆਟਾ। ਉਹਨਾਂ ਨੂੰ ਇੰਨਾ ਸੁਣਦਾ ਹੈ, ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤੁਹੀਨ ਹੋ ਰਹੀ ਆ, ਤਾਂ ਗੁਰੂ ਦੀ ਨਿੰਦਿਆ ਹੋ ਰਹੀ ਆ, ਗੁਰੂ ਇਜ਼ ਬੀਂਗ ਸਲੈਂਡਰਡ, ਤਾਂ ਗੁਰੂ ਕੀ ਨਿੰਦਾ ਸੁਣੇ ਨਾ ਕਾਣ। ਤਾਂ ਭਾਈ ਫੌਜਾ ਸਿੰਘ ਜੀ ਦੌੜ ਕੇ ਦਰਬਾਰ 'ਚ ਆ ਜਾਂਦੇ ਆ, ਹੀ ਖਮਸ ਇਨ ਟੂ ਦਰਬਾਰ ਸਾਹਿਬ, ਤਾਂ ਉਹਨਾਂ ਦੇ ਹੱਥ ਆਟੇ ਨਾਲ ਲਿਬ ਰਹੇ ਆ, ਹਿਸ ਹੈਂਡਸ ਆਰ ਕਵਰਡ ਵਿਦ ਵਿਦ ਆਟਾ ਵਿਦ ਫਲਾਵਰ। ਤਾਂ ਭਾਈ ਫੌਜਾ ਸਿੰਘ ਕਹਿੰਦੇ ਜਿਹੜੇ ਲੈਸ ਗਊ, ਸਾਰੇ ਆ ਜਾਓ, ਤਿਆਰ ਹੋ ਜਾਓ, ਵਿਘਨ ਗਊ, ਅਸੀਂ ਚੱਲੀਏ। ਦਾਸ ਨੇ ਕਿਸ ਕਈ ਸਿੰਘਾਂ ਨਾਲ ਗੱਲ ਕੀਤੀ ਜੋ ਉਸ ਸਮੇਂ ਉੱਥੇ ਹੈਗੇ ਸੀ, ਦੋਜ਼ ਐਕਚੁਅਲੀ ਵਰ ਦੇਅਰ ਐਟ ਦ ਟਾਈਮ, ਉਹ ਦੱਸਦੇ ਆ। ਦੇ ਸੈਡ ਦਾ ਭਾਈ ਫੌਜਾ ਸਿੰਘ ਬਾਹਰ ਜਾਂਦੇ ਆ ਗੁਰਦੁਆਰਾ ਸਾਹਿਬ ਦੇ, ਹੀ ਗੋਸ ਆਊਟਸਾਈਡ, ਉੱਤੇ ਲੀਕ ਵਾ ਦਿੰਦੇ ਆ, ਹੀ ਮੇਕਸ ਅ ਲਾਈਨ, ਉਹਦੇ ਅਨਾਊਂਸਮੈਂਟ ਹੋਈ ਸੀ ਕੋਈ ਬੀਬੀਆਂ ਬੱਚੇ ਨਾ, ਨੋ ਵਿਮੈਨ ਔਰ ਚਿਲਡਰਨ ਸ਼ੁਡ ਕਮ ਐਂਡ ਪ੍ਰੋਟੈਸਟ। ਭਾਈ ਫੌਜਾ ਸਿੰਘ ਕਹਿੰਦੇ ਉਹੀ ਬੰਦਾ ਆਵੇ, ਉਹੀ ਬੰਦਾ ਲਕੀਰ ਪਾਰ ਕਰੇ, ਜਿੱਦਾਂ ਬਾਬਾ ਦੀਪ ਸਿੰਘ ਲਕੀਰ ਬਾਈ ਸੀ, ਜਿਸ ਤੱਕ ਬਾਬਾ ਦੀਪ ਸਿੰਘ ਮੇਰੇ ਲਾਈਨ ਸੈਡ, ਓਨਲੀ ਦੈਟ ਪਰਸਨ ਕ੍ਰੋਸ, ਉਹੀ ਬੰਦਾ ਲਕੀਰ ਪਾਰ ਕਰੇ ਜਿਹੜਾ ਬੰਦਾ ਮਰਨ ਨੂੰ ਤਿਆਰ ਆ, ਜਿਹੜਾ ਬੰਦਾ ਇੱਥੇ ਮੰਨ ਗਿਆ, ਇੱਥੇ ਮਰ ਗਿਆ, ਇੱਥੇ ਸ਼ਹੀਦੀ ਪ੍ਰਵਾਨ ਕਰੀ, ਅੱਜ ਮੈਂ ਸ਼ਹੀਦ ਹੋਣਾ, ਉਹੀ ਬੰਦਾ ਲਕੀਰ ਪਾਰ ਕਰੇ, ਓਨਲੀ ਦੈਟ ਪਰਸਨ ਕ੍ਰੋਸ ਦਿਸ ਲਾਈਨ ਹੂ ਇਜ਼ ਐਕਸੈਪਟਸ ਡੈਥ, ਦੈਟ ਟੂਡੇ ਵੈਨ ਵੀ ਗੋ ਟੂ ਪ੍ਰੋਟੈਸਟ ਪੀਸਫੁਲੀ ਵੀ ਵਿਲ ਡਾਈ। ਉਹਨਾਂ ਨੇ ਇਹ ਸਲਾਹ ਬਣਾਈ ਸੀ, ਅਸੀਂ ਸ਼ਾਂਤਮਈ ਅਸੀਂ ਪ੍ਰੋਟੈਸਟ ਕਰਨਾ, ਇਟਸ ਅ ਪੀਸਫੁਲ ਪ੍ਰੋਟੈਸਟ, ਹਥਿਆਰਬੰਦ ਨਹੀਂ ਪ੍ਰੋਟੈਸਟ ਸੀ, ਇਟ ਵਾਜ਼ ਅਨਆਰਮਡ, ਸੋ ਦੇ ਵੈਰ ਦੇ ਗੋਇੰਗ ਟੂ ਟੇਕ ਨੋ ਵੈਪਨਸ ਅਪਾਰਟ ਫਰਮ ਦ ਨੋਰਮਲ ਕਿਰਪਾਨ ਦੈਟ ਦੇ ਵੈਰ। ਹੁਣ ਸਿੰਘ ਪਹੁੰਚਦੇ ਆ ਗੁਰੂ ਰਾਮਦਾਸ ਨਿਵਾਸ, ਗੁਰੂ ਰਾਮਦਾਸ ਨਿਵਾਸ ਵਨ ਆਫ ਦ ਰੈਸਟ ਹਾਊਸਿਸ ਇਨ ਦ ਹਰਿਮੰਦਰ ਸਾਹਿਬ ਅੰਮ੍ਰਿਤਸਰ ਕੰਪਲੈਕਸ। ਸੰਤਾਂ ਨਾਲ ਮਿਲਦੇ ਆ, ਟਕਸਾਲ ਦੇ ਸਿੰਘ ਉੱਥੇ ਮਿਲਦੇ ਆ, ਤਾਂ ਉੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲ ਉੱਥੇ ਉਹ ਅਰਦਾਸ ਕਰਦੇ ਆ। ਦਾਸ ਆਸਟ੍ਰੇਲੀਆ ਵਿੱਚ ਵੀ ਕਿਸ ਨੂੰ ਮਿਲਿਆ ਸੀ ਜਿਹੜੇ ਉਸ ਸਮੇਂ ਉੱਥੇ ਹੈਗੇ ਸੀ, ਉਹ ਦੱਸਦੇ ਸੀ। ਤਾਂ ਸੰਤਾਂ ਨੇ ਅਰਦਾਸ ਕੀਤੀ, ਸੰਤ ਜਰਨੈਲ ਸਿੰਘ ਜੀ ਦੀ ਅਰਦਾਸ ਦਾ
ਅਸੀਂ ਹੁਣ ਇਹ ਮੋਰਚਾ ਸ਼ੁਰੂ ਕਰਨ ਲੱਗੇ ਹਾਂ, ਦਿਸ ਮੋਰਚਾ ਇਜ਼ ਗੋਇੰਗ ਟੂ ਹੈਪਨ, ਤਾਂ ਉਹਨਾਂ ਨੇ ਅਰਦਾਸ, ਉਹਨਾਂ ਨੇ ਆਰੰਭ ਦੀ ਅਰਦਾਸ ਉਹਨਾਂ ਨੇ ਕੀਤੀ ਸੀ, ਡਿਡ ਦੇ ਅਰਦਾਸ ਫੋਰ ਦ ਕਮੈਂਸਮੈਂਟ ਆਫ ਦਿਸ ਪੀਸਫੁਲ ਪ੍ਰੋਟੈਸਟ। ਜਦੋਂ ਜਾਣ ਦਾ ਟਾਈਮ ਹੋ ਗਿਆ, ਸੰਤ ਜੀ ਤੁਰਨ ਲੱਗੇ, ਤਾਂ ਟਕਸਾਲ ਦੇ ਸਿੰਘਾਂ ਨੇ ਸੰਤਾਂ ਦੇ ਬਾਂਹ ਫੜ ਲਈ ਅਤੇ ਕਹਿੰਦੇ ਤੁਸੀਂ ਨਹੀਂ ਜਾ ਸਕਦੇ, ਯੂ ਕਾਂਟ ਗੋ। ਉਹ ਕਹਿੰਦੇ ਮੈਂ ਤਾਂ ਅਰਦਾਸ ਕੀਤੀ ਆ, ਬਸ ਸੰਤਾਂ ਨੇ ਅਰਦਾਸ ਕੀਤੀ ਸੀ। ਉਹ ਕਹਿੰਦੇ ਸੀ ਚਲੋ ਤੁਸੀਂ ਅਰਦਾਸ ਕੀਤੀ ਆ, ਪਰ ਉਹ ਸੰਗਤ ਵਾਸਤੇ ਅਰਦਾਸ ਆ, ਪਰ ਕਹਿੰਦੇ ਤੁਹਾਡੀ ਹਜੇ ਪੰਥ ਵਾਸਤੇ ਲੋੜ ਆ, ਤਾਂ ਪੰਥ ਨੀਜ ਯੂ, ਤੁਸੀਂ ਆਗੂ ਆ, ਮੁਖੀ ਆ, ਜੇ ਤੁਸੀਂ ਵੀ ਅੱਜ ਸ਼ਹੀਦ ਹੋ ਗਏ ਤਾਂ ਪੰਥ ਦਾ ਕੀ ਹੋਵੇਗਾ, ਹਜੇ ਸਮੇਂ ਦੀ ਲੋੜ ਆ, ਅਤੇ ਤੁਸੀਂ ਹੋਣ, ਟਾਈਮ ਨੀਜ ਯੂ ਐਟ ਦ ਮੋਮੈਂਟ ਟੂ ਬੀ ਅਲਾਈਵ। ਸੰਗਤ ਦਾ ਬੇਨਤੀ ਮੰਨਦੀਆਂ, ਐਕਸੈਪਟਿੰਗ ਦ ਬੇਨਤੀ ਆਫ ਦ ਸੰਗਤ, ਸੰਤ ਜੀ ਗਏ ਨਹੀਂ, ਤਾਂ ਭਾਈ ਫੌਜਾ ਸਿੰਘ ਨੂੰ ਆਖਿਆ ਗਿਆ ਫਿਰ ਤੁਸੀਂ ਅਗਵਾਈ ਕਰੋ, ਤਾਂ ਭਾਈ ਫੌਜਾ ਸਿੰਘ ਦਾ ਯੂ ਗੋ ਐਂਡ ਲੀਡ ਦ ਗਰੁੱਪ। ਸੋ ਸ਼ਹੀਦ ਭਾਈ ਫੌਜਾ ਸਿੰਘ, ਟਕਸਾਲ ਦੇ ਸਿੰਘ ਤਾਂ ਅਖੰਡ ਕੀ ਜਥੇ ਸਿੰਘ ਰਲ ਮਿਲ ਕੇ ਜਾਂਦੇ ਆ, ਭਾਈ ਫੌਜਾ ਸਿੰਘ ਤਾਂ ਉਹਨਾਂ ਦੇ ਸਾਥੀ ਅੱਗੇ ਆ, ਤਾਂ ਨਾਲ ਹੋਰ ਵੀ ਸੰਗਤ ਆ ਜਿਹਨਾਂ ਨੂੰ ਪਤਾ ਲੱਗ ਰਿਹਾ, ਅਦਰ ਸੰਗਤ ਮੈਂਬਰਸ ਜਿਸ ਨੋਰਮਲ ਸੰਗਤ ਕਮ ਟੂ ਮੱਥਾ ਟੇਕ, ਜਿਹੜੇ ਵੈਸੇ ਮੱਥਾ ਟੇਕਣ ਆਏ ਆ ਹਰਿਮੰਦਰ ਸਾਹਿਬ, ਉਹਨਾਂ ਨੂੰ ਪਤਾ ਲੱਗਦਾ ਆ। ਅੱਛਾ ਇੱਕ ਗੱਡੀ ਹੈ DA09BAV, ਬੇਨਤੀ ਆ ਗੱਡੀ ਮੂਵ ਕਰ ਦਿਓ, ਹਾਂ ਬੇਨਤੀ ਆ DA09BAV, ਹਾਂ ਬੇਨਤੀ ਆ, ਫਿਕਰ ਮੂਵ ਦਾ ਖਾ। ਜਦੋਂ ਹੁਣ ਸ਼ੁਰੂ ਕਰਨ ਲੱਗਿਆ ਦੇ ਬਟ ਟੂ ਗੋ, ਹੁਣ ਜਿਹੜਾ ਨਰਕ ਧਾਰੀ ਹੈ, ਜਿਹੜੇ ਨਕਲੀ ਨਿਰੰਕਾਰੀ ਆ, ਦੈ ਪ੍ਰੋਗਰਾਮ ਵਾਜ਼ ਇਨ ਅ ਸਟੇਡੀਅਮ, ਇੱਕ ਸਟੇਡੀਅਮ ਸੀ, ਉੱਥੇ ਵੱਡੇ ਵੱਡੇ ਤੰਬੂ ਲਾਏ ਸੀ, ਐਂਡ ਦੈਟ ਮੇਡ ਦਾ ਐਸ ਦੇ ਅਖੰਡ ਯੂ ਕੈਨ ਸੇ ਦੈਟਸ ਦਾ ਸੈਂਟਰ ਪੁਆਇੰਟ ਇਨ ਅੰਮ੍ਰਿਤਸਰ। ਹੁਣ ਉਹਨਾਂ ਦਾ ਜਿਹੜਾ ਜਿੱਥੇ ਸਮਾਗਮ ਉਹਨਾਂ ਦਾ ਹੋ ਰਿਹਾ, ਵੈਰ ਦ ਨਿਰੰਕਾਰੀ ਪ੍ਰੋਗਰਾਮ ਟੇਕਿੰਗ ਪਲੇਸ ਇਸ ਨੇਅਰ ਦ ਟ੍ਰੇਨ ਸਟੇਸ਼ਨ ਰੀਗੋ ਬ੍ਰਿਜ, ਗੋਬਿੰਦ ਘਰ ਦੇ ਨੇੜੇ, ਉੱਥੇ ਇੱਕ ਉਹਨਾਂ ਦਾ ਪ੍ਰੋਗਰਾਮ ਹੋ ਰਿਹਾ। ਸਿੰਘ ਸਟਾਪ ਵੋਕਿੰਗ, ਇੱਥੇ ਤੱਕ ਤਾਂ ਜੁੱਤੀਆਂ ਵੀ ਨਹੀਂ ਸਿੰਘਾਂ ਨੇ ਪਾਈਆਂ, ਦੇ ਨਾ ਇਹ ਵੈਰਿੰਗ ਸ਼ੂਜ਼, ਦੇ ਨਾ ਅਨਆਰਮਡ, ਹਥਿਆਰ ਬੰਦ ਨਹੀਂ, ਤੁਰ ਰਹੇ ਆ, ਤਾਂ ਵਾਹਿਗੁਰੂ ਦਾ ਜਾਪ ਕਰਦੇ ਆ, ਵਾਹਿਗੁਰੂ 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 ਵਾਹਿਗੁਰੂ। ਆਪਣੇ ਮਨ ਚ ਸੋਚਣ ਦੀ ਕੋਸ਼ਿਸ਼ ਕਰੋ, ਫਿਰ ਉਹਨਾਂ ਦੇ ਮਨ ਚ ਕੀ ਫੁਰਨੇ ਆਉਂਦੇ ਹੋਣੇ ਆ, ਵਾਟ ਥਿੰਗਸ, ਵਾਟ ਫੋਰਸ ਮਸਟ ਬੀ ਕਮਿੰਗ ਇਨ ਦੇਅਰ ਮਾਈਂਡ ਵੈਨ ਦੇ ਵੋਕਿੰਗ, ਤੇ ਸਾਡੀ ਗੁਰੂ ਦੀ ਨਿੰਦਿਆ ਹੋ ਰਹੀ ਆ, ਗੁਰੂ ਹੈਜ਼ ਬੀਨ ਸਲੈਂਡਰਡ ਐਂਡ ਦੇ ਗੋਇੰਗ ਦੇਅਰ ਟੂ ਪੀਸਫੁਲੀ ਪ੍ਰੋਟੈਸਟ, ਤੇ ਦਿਖਾਈਏ ਦੁਨੀਆ ਨੂੰ ਫਿਰ ਅਜੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤ ਅਜੇ ਜਿਉਂਦੇ ਆ, ਅਸੀਂ ਮਰੇ ਨਹੀਂ, ਸਾਡੇ ਚ ਅਣਖ ਹੈ, the sons of Guru Gobind Singh have not died, we are still here and we do have got some, we have some self respect. As they arrived there, ਉਹਨਾਂ ਦੇ ਸਮਾਗਮ ਭੰਡਾਰ ਦੇ ਸਾਹਮਣੇ ਪਹੁੰਚ ਜਾਂਦੇ ਆ, they arrived there, ਉਸ ਸਮੇਂ ਪੁਲਿਸ ਉਹਨਾਂ ਨੂੰ ਰੋਕਦੀ ਹੈ, the police stop them, this picture that's of that scene, ਇਹ ਵੈਸੇ ਬਾਅਦ ਦੀ ਫੋਟੋ ਹੈ ਜਦੋਂ ਸ਼ਹੀਦੀ ਸਾਕਾ ਵਾਪਰਦਾ। What happens when the police stops them, the DC of Amritsar, DSP of Amritsar, is someone called Mr. Joshi. ਜਿਹੜਾ ਜੋਸ਼ੀ ਆ, DSP ਆ, ਉਹ ਮੋਹਰੇ ਆ ਕੇ ਕਹਿੰਦਾ ਦੇਖੋ ਸਿੰਘੋ, ਤੁਸੀਂ ਇੱਥੇ ਬੈਠੋ, ਕੋਈ ਗੱਲ ਨਹੀਂ, ਤੁਸੀਂ ਮੁੜ ਜਾਓ, ਗੋ ਬੈਕ, ਕੋਈ ਫਿਕਰ ਕਰਨ ਦੀ ਲੋੜ ਨਹੀਂ, ਨਥਿੰਗ ਟੂ ਬਿਕਾਜ਼ ਲੁੱਕ ਐਂਡ ਉਹ ਜਿਹੜੇ ਨਿਰੰਕਾਰੀ ਸੀ, ਨਕਲੀ ਨਿਰੰਕਾਰੀ, ਉਹ ਸਪੀਕਰਾਂ ਦੇ ਵਿੱਚ ਗੁਰੂ ਪਾਤਸ਼ਾਹ ਦੇ ਖਿਲਾਫ ਬਕਵਾਸ ਬੋਲ ਰਹੇ ਸੀ, ਦੇ ਵਰ ਔਨ ਦ ਲਾਊਡ ਸਪੀਕਰਸ ਸਪਿਊਇੰਗ ਫਿਲਥ ਅਬਾਊਟ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਇਨਸਲਟਿੰਗ ਦ ਖਾਲਸਾ ਔਨ ਦ ਲਾਊਡ ਸਪੀਕਰ, ਅਤੇ ਕਹਿੰਦੇ ਲੋਕ ਸਪੀਕਰਾਂ 'ਤੇ ਉਹ ਸ਼ਰੇਆਮ ਸਾਡੇ ਖਿਲਾਫ਼ ਪ੍ਰਚਾਰ ਕਰਦੇ ਆ, ਕਹਿੰਦੇ ਡੋਂਟ ਵਰੀ, ਅਸੀਂ ਸਪੀਕਰ ਬੰਦ ਕਰ ਦਿੰਦੇ, ਡੋਂਟ ਵਰੀ, ਅਸੀਂ ਇਹਨਾਂ ਨੂੰ ਕਹਿ ਦਿੰਦੇ ਤੁਸੀਂ ਆਪਣਾ ਪ੍ਰੋਗਰਾਮ ਬੰਦ ਕਰ ਦਿਓ, ਵੀ ਟੈਲ ਦਮ ਟੂ ਸਟੌਪ ਦੈਟ ਪ੍ਰੋਗਰਾਮ, ਤੁਸੀਂ ਮੁੜ ਜਾਓ, ਡੋਂਟ ਡੂ ਐਨੀਥਿੰਗ, ਜਸ ਗੋ ਬੈਕ। ਸਿੰਘ
ਉਹ ਕਹਿੰਦਾ ਚਲੋ ਅਸੀਂ ਵੇਟ ਕਰਦੇ ਹਾਂ, ਵੀ ਜਸ ਵਾਈ ਸੋ ਦ ਸਿੰਗਸ ਵੇਟਡ। ਕੀ ਹੋਇਆ, ਪੁਲਿਸ ਅੰਦਰ ਗਏ ਤਾਂ ਦ ਪੁਲਿਸ ਇਨਸਟੈਡ ਆਫ ਸਟੋਪਿੰਗ ਦ ਸਪੀਕਰ, ਸਪੀਕਰ ਤਾਂ ਬੰਦ ਨਹੀਂ ਕਰਵਾਏ, ਅਤੇ ਜਿਹੜਾ ਗਵਰਨਮੈਂਟ ਹੈ ਦ ਨਿਰੰਕਾਰੀ ਸਟੋਪ, ਇਨਸਟੈਡ ਦੇ ਗੇਵ ਦ ਨਿਰੰਕਾਰੀ ਟਾਈਮ ਟੂ ਬਿਕਮ ਇਕੁਇਪਡ ਵਿਦ ਵੈਪਨਸ, ਟਾਈਮ ਦਿੱਤਾ ਕਿ ਉਹ ਹਥਿਆਰਬੰਦ ਹੋ ਜਾਣ। ਦ ਨਿਰੰਕਾਰੀਜ਼, ਦ ਨਕਲੀ ਨਿਰੰਕਾਰੀਜ਼, ਦੇ ਗੋ ਰਾਈਫਲਸ, ਗਨਸ, ਬ੍ਰਿਕਸ, ਸਟਿਕਸ ਐਂਡ ਬੋਟਲਸ ਆਫ ਐਸਿਡ। ਬੋਤਲਾਂ ਵਿੱਚ ਐਸਿਡ ਪਾਇਆ ਗਿਆ, ਲਾਠੀਆਂ ਸੀ, ਬੰਦੂਕਾਂ ਵੀ ਸੀ ਉਹਨਾਂ ਕੋਲ, ਤਾਂ ਬਾਹਰ ਆ ਗਏ। ਜੇ ਨਿਰੰਕਾਰੀ, ਜੇ ਨਕਲੀ ਨਿਰੰਕਾਰੀ, ਉਹ ਵੀ ਬਾਹਰ ਆ ਗਏ, ਤਾਂ ਪੁਲਿਸ ਵੀ ਉਹਨਾਂ ਦਾ ਸਾਥ, ਦ ਪੁਲਿਸ ਹੈਲਪ ਦੈਮ, ਤਾਂ ਗੋਲੀਆਂ ਸ਼ੁਰੂ ਕਰ ਦਿੱਤੀਆਂ ਚਲਾਉਣੀਆਂ। ਦ ਨਿਰੰਕਾਰੀ ਸਟਾਰਟਡ ਫਾਇਰਿੰਗ, ਤਾਂ ਡੀ ਐਸ ਪੀ ਜੋਸ਼ੀ ਆਲਸੋ ਫਾਇਰਡ। ਤਾਂ ਪਹਿਲਾ ਕਿਹਨੂੰ ਟਾਰਗੇਟ ਬਣਾਇਆ, ਦ ਫਸਟ ਟੂ ਬੀ ਮੇਡ ਏ ਟਾਰਗੇਟ, ਪਹਿਲਾ ਨਿਸ਼ਾਨਾ ਬਣਾ ਗਿਆ ਸ਼ਹੀਦ ਭਾਈ ਫੌਜਾ ਸਿੰਘ, ਬਿਕੋਜ਼ ਉਹ ਮੋਹਰੇ ਸੀ, ਆਗੂ ਸੀ, ਉਹਨਾਂ ਨੂੰ ਪਤਾ ਲੱਗਿਆ ਵੀ ਲੀਡਰ ਕੌਣ ਹੈ, ਲੀਡਰ ਨੂੰ ਖਤਮ ਕਰੀਏ ਤਾਂ ਆਪਣੇ ਆਪ ਬਾਕੀਆਂ ਦੇ ਹੌਸਲੇ ਡੋਲ ਜਾਉਂਗੇ। ਇਫ ਯੂ ਗੈਟ ਵਿਦ ਦ ਲੀਡਰ ਦੈਨ ਐਵਰੀਬਡੀ ਆਲਸੋ ਵਿਲ ਲੂਸ ਕਰੇਜ। ਜਦੋਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਈ ਜਿਵੇਂ ਜਿਹਨਾਂ ਨੂੰ ਉਸ ਸਮੇਂ 'ਤੇ ਹੈਗੇ ਸੀ ਤਾਂ ਉਹ ਦੱਸਦੇ ਆ, ਅਤੇ ਸ਼ਹੀਦ ਭਾਈ ਫੌਜਾ ਸਿੰਘ ਦੇ ਸਿੰਘ ਨੇ ਬੀਬੀ ਅਮਰਜੀਤ ਕੌਰ ਜੀ, ਉਹਨਾਂ ਨੇ ਵੀ ਦਾਸ ਨੂੰ ਦੱਸਿਆ ਸੀ, ਭਾਈ ਸਾਹਿਬ ਵਾਈਫ ਆਲਸੋ ਸ਼ੇਅਰ ਦਿਸ ਵਿਦ ਮੀ। ਤਾਂ ਉਸ ਸਮੇਂ ਕਈ ਸਿੰਘ ਡਰ ਕੇ ਕਹਿ ਸਕਦੇ, ਆਪਣੇ ਜਾਨ ਬਚਾਉਣ ਖਾਤਰ ਕਹਿ ਸਕਦੇ, ਟੂ ਸੇਵ ਦੇਅਰ ਲਾਈਫ ਦੇ ਰਨ ਅਵੇ, ਉਹ ਨੱਟ ਗਏ ਸੀ ਸਾਈਡਾਂ ਤੋਂ, ਪਿੱਛੋਂ ਕਈ ਸਿੰਘ ਨੱਟ ਗਏ, ਤਾਂ ਭਾਈ ਫੌਜਾ ਸਿੰਘ ਨੂੰ ਦਿਸ ਉਹ ਲੋਕ ਦਿਸਣ। ਫਿਰ ਭਾਈ ਫੌਜਾ ਸਿੰਘ ਉੱਚੀ ਆਵਾਜ਼ 'ਚ ਉਹਨਾਂ ਨੇ ਕਹੀ, ਤੁਸੀਂ ਕਾਇਰ ਆ, ਯੂ ਆਰ ਕੈਵਰਡਸ, ਤੁਸੀਂ ਸੋਹਾ ਖਾਧੀਆ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ, ਫਿਰ ਅਸੀਂ ਉੱਥੇ ਸ਼ਹੀਦੀਆਂ ਦੇਣੀਆਂ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਨਹੀਂ ਬਰਦਾਸ਼ਤ ਕਰਨਾ, ਅਸੀਂ ਅਰਦਾਸ ਕਰਕੇ ਆਏ ਸੀ, ਤਾਂ ਤੁਸੀਂ ਨੱਠ ਰਹੇ ਆ, ਤੁਸੀਂ ਦੇਣਦਾਰ ਆ, ਤੁਸੀਂ ਕਾਇਰ ਆ, ਯੂ ਆਰ ਕੈਵਰਡਸ that you will have to pay for this, that you've done ardaas, that you're going to go there and become martyrs and die, but you're running away. Bhai Fauja Singh ne dekh ke oh kande koi gall nahi, jinna unade saathi si te hor piche singh si oh phir vi this thing 150 si us samay 150 ta oh singha de upar goliyan shuru ho jandiyan, shahid Bhai Fauja Singh ne goli akh vich vajdi hai is and phir baad de vich Bhai Kewal Singh unna da jehde saathi si, his companion, unna de upar ਲੰਬੇ ਪੈ ਜਾਂਦੇ ਆ। ਤਾਂ ਫਿਰ ਭਾਈ ਕੇਵਲ ਸਿੰਘ ਦੇ ਪਿੱਠ 'ਤੇ ਵਾਰ ਹੁੰਦਾ, ਹੀ ਇਜ਼ ਗੈਟਸ ਬੁਲਟਸ ਇਨ ਹਿਸ ਬੈਕ। ਬਾਅਦ ਵਿੱਚ ਨਰਕ ਤਾਰੀਏ, ਦ ਨਕਲੀ ਨਿਰੰਕਾਰ ਇਜ਼ ਖਮ ਐਂਡ ਦੇ ਸਮੈਸ਼ ਭਾਈ ਫੌਜਾ ਸਿੰਘ ਫੇਸ। ਇਹ ਗੱਲ ਮੈਨੂੰ ਪਤਾ ਨਹੀਂ ਸੀ ਅੱਗੇ, ਕਹਿੰਦੇ ਥੌੜੀ ਦੇ ਨਾਲ ਵਿਦ ਹੈਮ ਭਾਈ ਫੌਜਾ ਸਿੰਘ ਫੇਸ, ਇਹ ਜਿਹੜੀ ਆਹ ਜਗ੍ਹਾ ਆ ਭਾਈ ਫੌਜਾ ਸਿੰਘ ਦਾ ਮੂੰਹ ਭੰਨਿਆ ਗਿਆ ਥੌੜੀ ਦੇ ਨਾਲ ਵਿਦ ਹੈਮ, ਅਤੇ ਐਸਿਡ ਉਹਨਾਂ ਦੇ ਮੂੰਹ ਦੇ ਉੱਪਰ ਸੁੱਟਿਆ ਗਿਆ, ਹੀ ਹੈਡ ਐਸਿਡ ਥਰੋਨ ਇਨ ਫੇਸ। ਤਾਂ ਉਸ ਸਮੇਂ ਇਨ ਦਿਸ ਮੈਸਕ 13 ਗੁਰਸਿੱਖਸ ਅਬਟੇਨ ਸ਼ਹੀਦੀ, 13 ਗੁਰਸਿੱਖ, ਉਹ ਆਮ ਗੁਰਸਿੱਖ ਨਹੀਂ ਸੀ, ਨੋਰਮਲ ਗੁਰਸਿੱਖਸ। ਜੇ ਟਾਈਮ ਹੋਇਆ ਵੀ ਟਰਾਈ ਟੂ ਸੀ ਵੀ ਗਾ ਹਾਫ ਐਨ ਆਵਰ ਸੋ ਵੀ ਟਰਾਈ ਟੂ ਸੀ ਇਫ ਯੂ ਕੈਨ ਸੀ ਬ੍ਰੀਫ ਸਮਾਲ ਗਲਿੰਪਸ ਆਫ ਦੇਅਰ ਲਾਈਫ, ਥੋੜ੍ਹਾ ਝਲਕ ਦੇ ਦੇਖਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜੀਵਨ ਜੇ ਟਾਈਮ ਹੋਵੇ। ਸੋ ਵਾਟ ਹੈਪਨ ਨੈਕਸਟ, ਸੋ 13 ਗੁਰਸਿੱਖਸ ਬਿਕਮ ਸ਼ਹੀਦ, 13 ਗੁਰਸਿੱਖ ਸ਼ਹੀਦ ਹੁੰਦੇ ਆ, ਐਂਡ 75 ਤਕਰੀਬ 75 ਗੁਰੂ ਕੇ ਸਿੱਖ ਫੱਟਰ ਹੁੰਦੇ ਆ, 75 ਪੀਪਲ ਆਰ ਇੰਜਰਡ। ਹੁਣ ਇਹ ਜਿਹੜੀ ਗੁਰੂ ਕੇ ਸਿੱਖਾਂ ਦੀਆਂ ਲਾਸ਼ਾਂ ਚੁੱਕ ਚੁੱਕ ਕੇ ਭਾਈ ਸ਼ਹੀਦ ਭਾਈ ਫੌਜਾ ਸਿੰਘ ਦੀ ਜਿਹੜੀ ਲਾਸ਼ ਸੀ, ਹਿਸ ਬੋਡੀ ਇਜ਼ ਪੁੱਟ ਔਨ ਟੂ ਵੈਨ, ਬਿਕਾਜ਼ ਵੈਨ ਸੀ ਜਾਂ ਕੋਈ ਜਿੱਦਾਂ ਕੋਈ
ਜਿਹੜੇ ਗੱਡਾ ਸੀ ਅਖਾਟ ਉਹਦੇ ਉੱਪਰ ਲੱਦੇ ਗਏ। ਦੇ ਵਰ ਟੂ ਲੈਡਸ, ਦੋ ਬੱਚੇ ਸੀ, ਨੌਜਵਾਨ ਸੀ, ਉਹਨਾਂ ਨੇ ਦੇਖਿਆ ਭਾਈ ਫੌਜਾ ਸਿੰਘ ਜਿਉਂਦੇ ਆ। ਉਹਨਾਂ ਨੇ ਭਾਈ ਸਾਹਿਬ ਦੀ ਲਾਸ਼ ਲੈ ਕੇ ਗੱਤ ਭਾਈ ਸਾਹਿਬ ਬੋਡੀ ਐਂਡ ਦੇ ਅਬਾਊਟ ਟੂ ਕੈਰੀ ਇਟ ਟੂ ਦਾ ਹੋਸਪਿਟਲ। ਪੁਲਿਸ ਵਾਲੇ ਆਏ, ਦੇ ਸੈਡ ਇਫ ਯੂ ਟੇਕ ਦਿਸ ਬੋਡੀ ਵੇਅਰ ਯੂ ਟੇਕ ਇਨ ਦਿਸ, ਕਹਿੰਦੇ ਸੀ ਹਸਪਤਾਲ ਲੈ ਕੇ ਜਾਵੇ, ਟੇਕ ਇਨ ਹੋਸਪਿਟਲ। ਭਾਈ ਸਾਹਿਬ ਜਿੰਜਟ, ਕਹਿੰਦੇ ਹਜੇ ਜਿਉਂਦੇ ਸੀ, ਉਹ ਜਾਣਦੇ ਸੀ ਭਾਈ ਸਾਹਿਬ ਨੂੰ ਬੱਚੇ। ਕਹਿੰਦੇ ਇਫ ਯੂ ਟੇਕ ਹਿਮ ਟੂ ਹੋਸਪਿਟਲ ਵੀ ਵਿਲ ਸ਼ੂਟ ਯੂ ਡੈਡ, ਜੇ ਤੁਸੀਂ ਭਾਈ ਸਾਹਿਬ ਦੀ ਲਾਸ਼ ਨੂੰ ਹਜੇ ਫਟਰ ਸੀ ਵਾਸ ਇੰਜਰਡ, ਇਫ ਯੂ ਟੇਕ ਇਟ ਯੂ ਵਿਲ ਬੀ ਸ਼ੋਟ ਡੈਡ। ਬੱਚਿਆਂ ਨੇ ਫਿਰ ਲਾਸ਼ ਪੁਲਿਸ ਵਾਲੇ ਨੂੰ ਫੜਾ ਦਿੱਤੀ, ਤੇ ਪੁਲਿਸ ਟੁੱਕ ਦ ਬੋਡੀ। ਪੁਲਿਸ ਬੋਡੀ ਲੈ ਕੇ ਬਾਅਦ ਜਦ ਭਾਈ ਸਾਹਿਬ ਜਿਉਂਦੇ ਸੀ ਤਾਂ ਬਾਅਦ ਵਿੱਚ ਸ਼ਹੀਦ ਹੋਏ। ਬੀਬੀ ਅਮਰਜੀਤ ਕੌਰ ਨੇ ਵੈਸੇ ਉਹਨਾਂ ਦੇ ਦਰਸ਼ਨ ਕੀਤੇ ਸੀ ਸ਼ਹੀਦ ਹੋਣ ਤੋਂ ਪਹਿਲਾਂ, ਪਰ ਭਾਈ ਸਾਹਿਬ ਬਰੀਦ ਇਟ ਇਜ਼ ਲਾਸਟ ਐਂਡ ਬਿਕੇਮ ਸ਼ਹੀਦ। ਹੁਣ ਉਸੀ ਦਿਨ ਰੈਣ ਸਬਾਈ ਸੀ, ਦੇ ਵਾਜ਼ ਅ ਰੈਣ ਸਬਾਈ ਕੀਰਤਨ। ਉਸ ਰੈਣ ਸਬਾਈ ਕੀਰਤਨ ਵਿੱਚ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਆਨੰਦ ਕਾਰਜ ਹੋਏ ਸੀ ਸ਼ਹੀਦੀ ਵਾਲੇ ਦਿਨ, ਔਨ ਦਾ ਸ਼ਹੀਦੀ ਦੇਈ ਦਾ ਹਿਜ਼ ਆਨੰਦ ਕਾਰਜ ਵੈਡਿੰਗ ਟੁੱਕ ਪਲੇਸ। ਹੁਣ ਕੀ ਹੋਇਆ, ਇਨ ਦਿਸ ਨਰੰਕ ਨਕਲੀ ਨਿਰੰਕਾਰੀ ਪ੍ਰੋਗਰਾਮ, ਇਹ ਨਰਕ ਧਾਰੀਆਂ ਦੇ ਇਕੱਠ ਦੇ ਵਿੱਚ ਸਮਾਗਮ ਦੇ ਵਿੱਚ ਆਮ ਬੰਦੇ ਨਹੀਂ ਸੀ, ਦੇ ਹੈਡ ਸਮ ਸਪੈਸ਼ਲ ਗੈਸਟ। ਡੀ ਸੀ ਆਫ ਗੁਰਦਾਸਪੁਰ ਨਿਰੰਜਨ ਸਿੰਘ, ਆਈ ਏ ਐੱਸ ਐਂਡ ਅਦਰ ਸੀਨੀਅਰ ਪੁਲਿਸ ਅਫੀਸ਼ਲਸ ਇਨ ਦੈ ਗੈਦਰਿੰਗ, ਉਹ ਨਿਰੰਕਾਰੀਆਂ ਉਹਨਾਂ ਵਿੱਚ ਸੀ। ਬਾਅਦ ਦੇ ਵਿੱਚ ਉਹਨਾਂ ਦੀ ਗੁਰੂ ਕੇ ਸਿੱਖਾਂ ਦੀ ਪੋਸਟਮਾਰਟਮ ਕਰਾਉਣੀ ਸੀ, ਦੇ ਵਾਸ ਸਪੋਜ਼ ਟੂ ਬੀ ਡਨ ਬਾਏ ਅ ਡਾਕਟਰ, ਦ ਡੀ ਸੀ ਓਰਡਰਡ। ਡੀ ਸੀ ਨੇ ਕਿਹਾ ਫਿਰ ਤੁਸੀਂ ਇਹਨਾਂ ਨੇ ਪੋਸਟਮਾਰਟਮ ਕਰਾਉਣੀ ਹੈ, ਪਰ ਪੋਸਟਮਾਰਟਮਾਂ ਹੋਈਆਂ ਨਹੀਂ। ਐਂਡ ਵਾਈ ਦੀ ਡਿਡ ਨੋਟ ਹੈਪਨ, ਬਿਕੋਜ਼ ਦ ਡੀ ਸੀ ਵਾਸ ਆਲਸੋ ਇਨਵੋਲਵਡ ਵਿਦ ਨਿਰੰਕਾਰੀਜ਼। ਜਿਹੜਾ ਡੀ ਸੀ ਆਪ ਨਿਰੰਕਾਰ ਦੇ ਵਿੱਚ ਸੀ, ਪੋਸਟ ਉੱਦਾਂ ਕਹਿ ਦਿੱਤਾ ਕਰਾਉਣੀ ਹੈ ਪਰ ਕੀਤੀ ਨਹੀਂ। ਦ ਨਿਊਜ਼ ਪੇਪਰਸ, ਹੁਣ ਜਿਹੜੇ ਅਖਬਾਰਾਂ ਸੀ, ਇਹ ਅਖਬਾਰਾਂ ਨੇ ਇਹ ਨਹੀਂ ਕਿਹਾ ਫਿਰ ਗੁਰੂ ਕੇ ਸਿੱਖ ਦਾ ਪਰਿਵਾਰ ਹੋਇਆ, ਦੈਟ ਦੇ ਵਾਸ ਪੀਸਫੁਲ ਪ੍ਰੋਟੈਸਟਿੰਗ ਗੁਰ ਸਿੱਖਸ, ਦੇ ਹੈਡ ਨੋ ਦ ਵੈਪਨਸ। ਵੈਸੇ ਦੋ ਸਿੰਘਾਂ ਕੋਲ ਰਾਈਫਲਾਂ ਹੈਗੀਆਂ ਸੀ, ਜਿਸ ਤਰ੍ਹਾਂ ਦਾਸ ਨੂੰ ਦੱਸਿਆ ਗਿਆ, ਦੋ ਟਕਸਾਲ ਦੇ ਸਿੰਘ ਸੀ, ਉਹਨਾਂ ਕੋਲ ਰਾਈਫਲ, ਇੱਕ ਸਿੰਘ ਦੀ ਰਾਈਫਲ ਉਹ ਚੱਲੀ ਨਹੀਂ, ਵਨ ਸਿੰਘ ਰਾਈਫਲ ਇਟ ਡਿਡਨਟ ਵਰਕ, ਉਦਾਂ ਫਰੀ ਸੀ ਯੂ ਇਸ ਦ ਰਾਈਫਲ ਉਹਨੇ। ਇੱਕ ਜਿਹੜਾ ਰਾਈਫਲ ਵਾਲਾ ਸਿੰਘ ਸੀ ਉਹ ਭੱਜ ਗਿਆ ਸੀ, ਜੋ ਪਿੱਛੇ ਹਟ ਗਿਆ ਸੀ, ਜਿਸ ਤਰ੍ਹਾਂ ਦੱਸਿਆ ਗਿਆ ਭਾਈ ਦਲਵੀਰ ਸਿੰਘ ਉਹਨਾਂ ਨੇ। ਨਾਓ ਇਨ ਦ ਨਿਊਜ਼ ਪੇਪਰਸ ਇਜ਼ ਰਿਟਨ ਦਾ ਇਹ ਜਿਹੜੇ ਸਿੱਖ ਸੀ ਇਹ ਕੱਟੜਵਾਦ ਸਿੱਖ ਸੀ, ਦੇ ਆਰ ਫਨੈਟੀਕਲ ਸਿੱਖਸ ਯੂ ਅਟੈਕਡ ਦਿਸ ਇਨਸੈਂਟ ਰਿਲੀਜੀਅਸ ਪ੍ਰੋਗਰਾਮ। ਇੱਕ ਸਮਾਗਮ ਚੱਲ ਰਿਹਾ ਸੀ ਤਾਂ ਕੱਟੜਵਾਦ ਸਿੱਖਾਂ ਨੇ ਹਮਲਾ ਕਰ ਦਿੱਤਾ, ਕਿਸ ਤਰ੍ਹਾਂ ਪੇਸ਼ ਕੀਤਾ, ਦ ਈਵਨ ਦ ਮੀਡੀਆ ਵਾਸ ਐਂਟੀ ਸਿੱਖ। ਉਸ ਸਮੇਂ ਯੋਗੀ ਭਜਨ, ਜੋ ਹਰਭਜਨ ਸਿੰਘ ਖਾਲਸਾ, he was probably well famous for inspiring white American Sikhs to white American people to become Sikhs in America. He was there as well. Gore Sikh Udo Hege Si, American white Sikhs were in India and Amritsar at that time as well. Ta Harbhajan Singh Yogi ne fir bayan ditta si akhbar de vich hi gayi vei response to this media reports, and he said the following: today I read the newspaper report in which it said a body of fanatic Sikhs, ਕਹਿੰਦੇ ਫਿਰ ਇੱਕ ਗਰੁੱਪ ਸੀ ਕੱਟੜ ਸਿੱਖਾਂ ਦਾ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ, ਤਾਂ ਉਹ ਮੁੱਦਾ ਇਹ ਨਹੀਂ ਕਿ ਉਹ ਸ਼ਹੀਦ ਹੋ ਗਏ, ਕਹਿੰਦੇ ਉਦੋਂ ਹੀ ਮਰ ਗਏ। ਇਫ ਡੂਇੰਗ ਕੀਰਤਨ ਐਂਡ ਡਿਫੈਂਡਿੰਗ ਦ ਗੁੱਡ ਨੇਮ ਆਫ ਆ ਫਾਦਰ ਮੇਕਸ ਅਸ ਫਨੈਟਿਕਸ, ਦੈਨ ਵੀ ਵੈਲਕਮ ਦਿਸ ਅਲੀਗੇਸ਼ਨ। ਜੇ ਕੀਰਤਨ ਕਰਨਾ ਤਾਂ ਆਪਣੇ ਪਿਓ ਦਾ ਨਾਮ, ਕਲਗੀਧਰ ਪਾਸ ਦਾ ਨਾਮ ਦੀ ਲਾਜ ਰੱਖਣੀ ਇਹ ਇੱਕ ਗੁਨਾਹ ਆ, ਤਾਂ ਫਿਰ ਅਸੀਂ ਜੋ ਸਾਡੇ 'ਤੇ ਇਹ ਐਲੀਗੇਸ਼ਨ ਪਾਇਆ ਗਿਆ ਅਸੀਂ ਉਹਨੂੰ ਸਵਾਗਤ ਕਰਦੇ ਹਾਂ। Remember those who do not defend the honor of their father are never worthy of respect on this earth. Jira koi bachcha apne pyo di izzat pat nahi rakhda, ora koi satkar nahi is tarti te.
ਅੱਗੇ ਭਾਈ ਸਾਹਿਬ ਰਾਏ ਦੀਸ ਮਾਰਟਿਰਸ ਅੰਮ੍ਰਿਤਸਰ ਹੈਵ ਸ਼ੋਨ ਅਸ ਦੈਟ ਵੀ ਸ਼ੈਲ ਲਿਵ ਇਨ ਡਿਗਨਿਟੀ ਇਫ ਇਟ ਇਜ਼ ਨਾਟ ਪੋਸੀਬਲ ਵੀ ਚੂਜ਼ ਟੂ ਡਾਈ ਵਿਦ ਆਨਰ ਅਸੀਂ ਅਣਖ ਨਾਲ ਜਿਉਣਗੇ ਤਾਂ ਜੇ ਅਸੀਂ ਅਣਖ ਨਾਲ ਨਹੀਂ ਜਿਉਂ ਸਕਦੇ ਅਸੀਂ ਸ਼ਾਨ ਦੇ ਨਾਲ ਮਰੋਂਗੇ ਇਹ ਹਰਭਜਨ ਸਿੰਘ ਯੋਗੀ ਨੇ ਅਖਬਾਰ ਵਿੱਚ ਬਿਆਨ ਦਿੱਤਾ ਸੀ ਇਨ ਦਿਸ ਪਿਕਚਰ ਬਾਬਾ ਗੁਰਬਚਨ ਸਿੰਘ ਮਾਨੋਚਾਰ ਜੋ ਦਮਨਿਓ ਟਕਸਾਲ ਦੇ ਸਿੰਘ ਆ ਅਤੇ ਜਿਹੜੇ ਸ਼ਹੀਦ ਸਿੰਘ ਆ ਉਹਨਾਂ ਦੀ ਫੋਟੋ ਹਸਪਤਾਲ ਵਿੱਚ ਫਿਟਰਸ ਹੋਏ ਸਿੱਖ ਆ ਦੀਜ ਦੇ ਇੰਜਰਡ ਸਿੰਘ ਤਾਂ ਆਹ ਫੋਟੋ ਬਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਅਮੋਲਕ ਸਿੰਘ ਜੀ ਜੋ ਖੰਡ ਕੇ ਜੱਥੇ ਦੇ ਸਿੰਘ ਆ ਉਹਨਾਂ ਨੂੰ ਸਾਥ ਦੇ ਰਿਹਾ ਈਜ਼ ਗਿਵਿੰਗ ਇਮ ਸਪੋਰਟ ਦੈਟ ਹੁਣ 15 ਤਰੀਕ ਨੂੰ ਸੰਸਕਾਰ ਹੁੰਦਾ ਹੈ ਔਨ 15th of April ਇਜ਼ ਦਾ ਕ੍ਰਮੇਸ਼ਨ ਹੁਣ ਕੀ ਹੁੰਦਾ ਇਸੀ ਤਰੀਕ ਨੂੰ 15th of April ਦਾ ਪੁਲਿਸ ਡਿਸਾਈਡ ਟੂ ਡੂ ਐਨ ਇਨਵੈਸਟੀਗੇਸ਼ਨ ਉਦੋਂ ਉਹਨਾਂ ਨੇ ਜਿਹੜਾ ਨਰਕ ਧਾਰੀਆ ਦਾ ਜਿਹੜਾ ਕੇਂਦਰ ਸੀ ਜਿੱਥੇ ਸਮਾਗਮ ਹੋਇਆ ਚੈਕਿੰਗ ਉਦੋਂ ਤਲਾਸ਼ੀ ਉਦੋਂ ਕੀਤੀ 15 ਤਰੀਕ ਨੂੰ 15th of April ਦਾ ਪੁਲਿਸ ਡਿਸਾਈਡ ਟੂ ਸਰਚ ਦਾ ਗਰਾਊਂਡਸ ਵੇਅਰ ਦਾ ਮਰਡਰਸ ਟੁੱਕ ਪਲੇਸ 62 people were accused of murder. 62 ਬੰਦਿਆਂ ਦੇ ਨਾਮ ਦਿੱਤੇ ਗਏ ਸੀ ਜਿਨ੍ਹਾਂ ਦੇ ਹੱਥਾਂ 'ਤੇ ਖੂਨ ਸੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਹੀ ਮਰਡਰ ਦ ਸਿੱਖਸ ਐਂਡ ਇੰਜਰਡ ਦੈਮ ਤਾਂ ਉਹਨਾਂ ਵਿੱਚ ਗੁਰਬਚਨ ਸਿੰਘ ਦਾ ਨਾਮ ਵੀ ਦਿੱਤਾ ਗਿਆ ਗੁਰਬਚਨ ਸਿੰਘ ਇਜ਼ ਆਲਸੋ ਫਾਰ ਹਿਸ ਨੇਮ ਵਾਸ ਇਨ ਦਾ ਲਿਸਟ ਈਵਨ ਦੋ ਦੀਸ ਪੀਪਲ ਹੈਡ ਚਾਰਜਸ ਅਗੇਂਸਟ ਹਿਮ ਆਲ ਚਾਰਜਸ ਵਰ ਡ੍ਰੌਪਡ ਸਾਰੇ ਚਾਰਜ ਜਿਹੜੇ ਸੀ ਉਹ ਉਹਨਾਂ ਦੇ ਜਿਹੜੇ ਲਾਏ ਗਏ ਸੀ ਉਹ ਹਟਾ ਦਿੱਤੇ ਦੇ ਵਰ ਟੇਕਨ ਆਫ ਹੁਣ ਜਦੋਂ ਤਲਾਸ਼ੀ ਕੀਤੀ 2 ਦਿਨ ਦਿੱਤੇ ਗਏ ਟੂ ਡੇਜ਼ 2 ਦਿਨਾਂ ਵਿੱਚ ਜਿੰਨਾ ਵੀ ਮਾੜਾ ਮੋਟਾ ਖੂਨ ਡੁੱਲਿਆ ਸੀ ਹਥਿਆਰ ਸੀ ਵੈਪਨਸ ਇਜ਼ ਓ ਕਲੀਅਰਡ ਸਾਰਾ ਕੁਛ ਉਹਨਾਂ ਨੇ ਕਲੀਅਰ ਕਰ ਦਿੱਤਾ ਸੀ ਸੋ ਇਜ਼ ਅ ਪ੍ਰੀ ਪਲੈਨਡ ਫਿਰ ਅਸੀਂ ਤਲਾਸ਼ੀ ਵੀ ਕੀਤੀ ਆ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਨਾ ਵੀ ਡਿਡ ਸਰਚ ਦਾ ਗਰਾਊਂਡ ਇਜ਼ ਨਥਿੰਗ ਦੈਟ ਬਟ ਵੀ ਗਿਵ 2 days ਫੋਰ ਦੈਮ ਟੂ ਵਾਈਪ ਅਪ ਆਲ ਦੀ ਐਵੀਡੈਂਸ ਉਸੀ ਸਮਾਗਮ ਦੇ ਵਿੱਚ ਨਕਲੀ ਨਿਰੰਕਾਰੀ ਪ੍ਰੋਗਰਾਮ the government the police arranged for their leader Gurbachan Singh to be transported out of Punjab ਉਹਨਾਂ ਨੂੰ ਟਰਾਂਸਪੋਰਟ ਕਰਾ ਕੇ ਪੰਜਾਬ ਤੋਂ ਕੱਢ ਦਿੱਤਾ ਗਿਆ ਸੀ ਗੁਰਬਚਨ ਸਿੰਘ ਤੋਂ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੱਤਾ ਗਿਆ ਸੀ ਸੋ ਦੈਟ ਜਸਟ ਸ਼ੋਜ਼ ਯੂ ਸਮਥਿੰਗ ਵੇਅਰ ਦ ਗਵਰਨਮੈਂਟ ਵਾਸ ਸਟੈਂਡਿੰਗ ਇਨ ਟਰਮਸ ਆਫ ਹਿਊਮਨ ਰਾਈਟਸ ਐਂਡ ਵਦ ਸਿਕਸ ਐਵਨੀ ਰਾਈਟਸ ਹੁਣ ਇਸ ਸੰਸਕਾਰ ਦੇ ਵਿੱਚ ਇਨ ਦਿਸ ਕ੍ਰਮੇਸ਼ਨ about 25 to 30,000 people attended 25 to 30,000 ਦਾ ਇਕੱਠ ਸੀ ਤਾਂ ਦਿਸ ਇਜ਼ ਵਿਚ ਲੀਡਸ ਓ ਦ ਵੇ ਟੂ ਜਿਹੜਾ 1984 ਜੋ ਹੁੰਦਾ ਅੱਜ ਇੱਥੋਂ ਸ਼ੁਰੂ ਹੁੰਦਾ ਜਦੋਂ ਨੇ ਸ਼ਹੀਦਾਂ ਦਾ ਖੂਨ ਡੁੱਲਿਆ ਵਨ ਦਿਸ ਇਨ ਦ ਸਿੰਘਸ ਇਨ 1978 ਵਨ ਦੇ ਬਲੱਡ ਵੈਂਟ ਔਨ ਦ ਫਲੋਰ ਵਨ ਦਿਸ ਦੇ ਸ਼ੈਡ ਦੇ ਬਲੱਡ ਕੀ ਹੋਇਆ ਅੰਦਰ ਸਿੱਖਾਂ ਦੀ ਜ਼ਮੀਰਾਂ ਜਾਗ ਪਈਆਂ ਦ ਸਿੱਖਸ ਦੇ ਕੌਨਸ਼ੀਅਸਨੈਸ ਬਿਕੇਮ ਅਵੋਕ ਤਾਂ ਪਤਾ ਲੱਗਿਆ ਵੀ ਇਹ ਜਿਹੜਾ ਦੇਸ਼ ਆ ਸਾਡਾ ਨਹੀਂ ਅਸੀਂ ਬੇਗਾਨੇ ਬੈਠੇ ਇਸ ਦੇਸ਼ ਵਿੱਚ ਚਲੋ ਅੱਗੇ ਸੀ ਪੰਜਾਬੀ ਦੇ ਹੱਕਾਂ ਦੀ ਲੜਾਈ ਸੀ ਬਿਫੋਰ ਇਜ਼ ਓਲ ਦ ਪੰਜਾਬੀਜ਼ ਐਜ਼ ਅ ਹੋਲ ਵੈਦਰ ਯੂ ਹਿੰਦੂ ਕ੍ਰਿਸਚਨ ਮੁਸਲਿਮ ਦੈਟ ਦੇ ਆਰ ਫਾਈਟਿੰਗ ਫੋਰ ਪੰਜਾਬੀ ਰਾਈਟਸ ਵੈਦਰ ਇਟਸ ਆਵਰ ਲੈਂਗੁਏਜ ਬੋਲੀ ਦੀ ਸੀ ਪੰਜਾਬੀ ਸੂਬਾ ਸੀ ਵੈਦਰ ਪੰਜਾਬੀ ਪਾਣੀਆਂ ਦਾ ਰੌਲਾ ਸੀ ਬਟ ਆਵਰ ਰਿਵਰ ਵਾਟਰ ਸ਼ੁਡ ਬੀ ਗਿਵਨ ਟੂ ਪੰਜਾਬ ਜਾਂ ਤਾਂ ਰੌਲਾ ਸੀ ਆਪਣੇ ਬਿਜਲੀ ਦਾ ਇਲੈਕਟ੍ਰੀਸਿਟੀ ਜਾਂ ਸੀ ਫਿਰ ਜਿਹੜੇ ਪੰਜਾਬ ਵਿੱਚ ਹੋਰ ਸਾਡੇ ਹੱਕ ਮਿਲਣੇ ਚਾਹੀਦੇ ਆ ਪਰ ਨਾ ਹੁਣ ਇਹ ਆਮ ਬੰਦੇ ਦੇ ਹੱਕਾਂ ਦੀ ਉਹ ਵੱਖਰੀ ਗੱਲ ਆ ਸਿਆਸੀ ਹੱਕ ਜਾਂ ਇਕਨੋਮਿਕ ਰਾਈਟਸ ਹੁਣ ਇਹ ਸਾਡੇ ਧਰਮ ਦੇ ਉੱਪਰ ਵਾਰ ਹੋ ਰਿਹਾ ਐਂਡ ਇਟ ਵਾਜ਼ ਵੈਰੀ ਕਲੀਅਰ ਦੈਟ ਦ ਗਵਰਨਮੈਂਟ ਇਜ਼ ਅਟੈਕਿੰਗ ਦ ਸਿੱਖਸ ਬਿਕੋਜ਼ ਦ ਗਵਰਨਮੈਂਟ ਟੁੱਕ ਨੋ ਐਕਸ਼ਨ ਅਗੇਂਸਟ ਦ ਮਰਡਰ 62 ਬੰਦੇ ਹੁਣ ਦੇਖੋ ਇੱਥੇ ਕੇਸ ਹੋਇਆ ਮੁਸਲਮਾਨ ਜਿਹੜਾ ਸੀ ਰੈਸਟੋਰੈਂਟ ਦਾ ਕੇਸ ਹੋਇਆ
ਇੱਥੇ ਲੈਸਟਰ ਦੇ ਵਿੱਚ ਦੀ ਪੀਪਲ ਆਫ ਡੂਇੰਗ ਗਰੂਮਿੰਗ ਆਪਣੇ ਜਿਹੜੇ ਜਿਹੜੇ ਸਿੰਘ ਸੀ ਉੱਥੇ ਰੈਸਟੋਰੈਂਟ 'ਚ ਗਏ ਜਿਹੜੇ ਮੁਸਲਮਾਨ ਸਾਡੇ ਕੁੜੀਆਂ ਨੂੰ ਗਲਤ ਤਰੀਕੇ ਨਾਲ ਡਰਗਾ ਦੇ ਕੇ ਉਹਨਾਂ ਨਾਲ ਗਲਤ ਕੰਮ ਕਰਦੇ ਸੀ, ਸਿੰਘ ਉੱਥੇ ਗਏ ਅਤੇ ਉਹਨਾਂ ਦੇ ਉੱਪਰ ਪ੍ਰੈਸ਼ਰ ਪਿਆ, ਪਾਕਿਸਤਾਨੀ ਪ੍ਰੈਸ਼ਰ ਪਾਇਆ ਅਤੇ ਸਿੰਘ ਅਜੇ ਤੱਕ ਵੀ ਉਹਨਾਂ 'ਤੇ ਚਾਰਜ ਪੈ ਰਹੇ ਆ। ਐਨੀਥਿੰਗ ਪੁਲਿਸ ਕੈਨ ਡੂ ਐਨੀਥਿੰਗ, ਪਰ ਦੇਖੋ ਉਹ ਤਾਂ ਫਿਰ ਵੀ ਐਵੀਡੈਂਸ ਵੀ ਹੈ ਨਹੀਂ, ਦੇ ਜਸਟ ਟ੍ਰਾਈ ਟੂ ਦੈਟ ਪਰਸਨ ਵਾਸ ਇਨ ਲੈਸਟਰ ਐਂਡ ਦੇ ਜਸਟ ਸੇਇੰਗ ਦੈ ਚਾਰਜ ਇਨ ਹਿਮ, ਸਬੂਤ ਹੈ ਨਹੀਂ ਪਰ ਉਦਾਂ ਇਹ ਆ ਤੇ ਉਹ ਬੰਦਾ ਲੈਸਟਰ ਵਿੱਚ ਸੀ ਉਹ ਗੁਰਸਿੱਖ ਐਂਡ ਉਹ ਦੈਨ ਦੇ ਚਾਰਜ ਸੇਨ ਗੁਰਸਿੱਖਸ। ਪਰ ਗੁਰੂ ਕੇ ਪਿਆਰੋ ਇੰਨੇ ਗਵਾਹੀਆਂ ਹੋਣ, ਸੋ ਮੈਨੀ ਆਈ ਵਿਟਨੈਸਿਸ, ਉੱਥੇ ਪੁਲਿਸ ਵਾਲੇ ਵੀ ਹੋਣ ਤੇ ਪੁਲਿਸ ਆਰ ਦੇਅਰ ਐਜ਼ ਵੈਲ, ਪਰ 62 ਮਰਡਰਸ 62 ਕਾਤਲ ਉਹਨਾਂ ਨੂੰ ਖੁੱਲ੍ਹੀ ਛੁੱਟੀ, ਐਂਡ ਦੈਟ ਜਸਟ ਸ਼ੋਅ ਸਮਥਿੰਗ ਵਟ ਇੰਡੀਅਨ ਗਵਰਨਮੈਂਟ ਵਾਸ ਸ਼ੋਇੰਗ ਦੈਟ we actually complicit in the murder of Sikhs, una da hath vich vi si sikha de khoon vich hun us samay babbar khalsa paida hoya si, babbar khalsa as a sikh group, a freedom fighter group, us samay jo khand kite jade khand kite naujawan si te baad ch hor vi aam singh ral gaye si pai jathedar pai Sukhdev Singh babbar hor guru ke sikh ohna ne jadon singha da sanskar hoya when the singhs are cremated ਉਹਨਾਂ ਨੇ ਅਸਤ ਚੁੱਕ ਕੇ ਦੇ ਫਿਕਟ ਅਪ ਦ ਐਸ਼ਿਸ ਤਾਂ ਸੋਹਾਂ ਖਾਧੀਆਂ ਸੀ, ਫਿਰ ਹੁਣ ਤੋਂ ਬਾਅਦ ਅਸੀਂ ਆਪਣੇ ਘਰਾਂ ਲਈ ਮੁੜ ਕੇ ਜਾਣਗੇ, ਦ ਵੀ ਨੋਟ ਗੋ ਬੈਕ ਟੂ ਆਰ ਹੋਮਸ। ਉਹਨਾਂ ਨੇ ਸੋਹਾਂ ਖਾਧੀਆਂ ਜਿੰਨਾ ਚਿਰ ਤੱਕ ਅਸੀਂ ਦੁਸ਼ਟਾਂ ਨੂੰ ਸੋਧਦੇ ਨਹੀਂ, ਜਿੰਨਾ ਚਿਰ ਅਸੀਂ ਇਨਸਾਫ਼ ਨਹੀਂ ਦਵਾਉਂਦੇ, ਅਸੀਂ ਆਪਣੇ ਘਰਾਂ ਨੂੰ ਨਹੀਂ ਮੁੜਨਾ, ਪਰਿਵਾਰਾਂ ਨੂੰ ਨਹੀਂ ਮੁੜਨਾ। ਵੀ ਨੋਟ ਗੋ ਬੈਕ ਟੂ ਆਰ ਫੈਮਲੀਜ਼ ਐਂਡ ਟੂ ਆਰ ਹੋਮਸ ਇੰਟਿਲ ਵੀ ਡਿਲੀਵਰ ਜਸਟਿਸ ਐਂਡ ਇੰਟਿਲ ਵੀ ਇਹ ਸੂਟ ਆਊ ਦ ਪੀਪਲ who committed these crimes against these innocent Sikhs. Ta baad vich ki hoya, afterwards there was no action taken and instead the nirankaris were given extra support, government ne inna nu hor sahulta de dittiyan. This is an article, Indian Express the article ya jo Chandigarh edition vich chhapai gayi si in April 1978. ਉਹਦੇ ਵਿੱਚ ਇਹ ਲਿਖਿਆ ਗਿਆ, ਜਿਹੜਾ ਪੱਤਰਕਾਰ ਹੈ ਸਤਪਾਲ ਬਾਗੀ ਐਂਡ ਹੀ ਰਾਈਟਸ ਦ ਫੋਲੋਇੰਗ, ਦ ਜੈਨੇਸਿਸ ਆਫ ਦ ਰੀਅਲ ਟ੍ਰਬਲ ਬਿਟਵੀਨ ਦ ਨਿਰੰਕਾਰੀਜ਼ ਐਂਡ ਦ ਅਕਾਲੀਜ਼, ਅਕਾਲੀਜ਼ ਇਜ਼ ਅ ਸਿੱਖ ਪੋਲੀਟੀਕਲ ਗਰੁੱਪ, ਸਿੱਖ ਪੋਲੀਟੀਕਲ ਪਾਰਟੀ, ਵਾਸ ਨਾਓਡੇਜ਼ ਇਜ਼ ਐਕਚੁਅਲੀ ਅ ਸੈਕੂਲਰ ਪਾਰਟੀ ਨਾਓ, goes back to the years when Indira Gandhi headed the Union Government. She wanted to weaken the Shromani Akali Dal but found that the Akalis could not be brought to heel. She fought an elaborate plan to strengthen the Nirankari sect not only in Punjab but throughout the country and abroad also. Official patronage was extended to the Nirankaris, much to the anger of the Akalis who have always considered the Nirankaris as heretics. In pursuit of this policy to divide and rule, Indira Gandhi personally gave clearance for a diplomatic passport to be issued to the Nirankari chief and the Indian High Commissioners and ambassadors abroad were instructed to show him respect and regard. This was meant to help the sect improve its image and increase its following abroad. Hon ਜਿਹੜੀ ਗੌਰਮੈਂਟ ਸੀ ਇੰਦਰਾ ਦੀ, ਇਹ ਚਾਹੁੰਦੇ ਸੀ ਅਕਾਲੀਆਂ ਨੂੰ ਕਮਜ਼ੋਰ ਕਰਨ, ਅਕਾਲੀ ਉਦੋਂ ਤਾਂ ਚਲੋ ਫਿਰ ਵੀ ਸਿੱਖੀ ਸਿਧਾਂਤਾਂ 'ਤੇ ਮਾੜਾ ਮੋਟਾ ਖੜੇ ਸੀ, ਅੱਜ ਤਾਂ ਚਲੋ ਵੱਖਰੀ ਗੱਲ ਆ, ਦੇਰ ਇਜ਼ ਅ ਸਿੱਖ ਪੋਲੀਟੀਕਲ ਪਾਰਟੀ ਮੋਰ ਸੋ ਇਨ ਦੋਜ਼ ਟਾਈਮਸ,
ਤਾਂ ਉਹਨਾਂ ਨੂੰ ਕਮਜ਼ੋਰ ਕਰਨ ਵਾਸਤੇ ਫਿਰ ਇਹਨਾਂ ਨੇ ਨਿਰੰਕਾਰੀਆਂ ਨੂੰ ਵਰਤਿਆ। ਪਤਾ ਵੀ ਸੀ ਜੇ ਨਿਰੰਕਾਰੀ ਜਿਹੜੇ ਆ ਫਿਰ ਇਹ ਸਿੱਖ ਸਿਧਾਂਤਾਂ ਦੇ ਖਿਲਾਫ ਆ, ਐਚੀ ਗੋ ਅਗੇਂਸਟ ਸਿੱਖ ਪ੍ਰਿੰਸੀਪਲ, ਪਰ ਫਿਰ ਵੀ ਇਹਨਾਂ ਨੂੰ ਵਰਤਿਆ ਗਿਆ। ਫਿਰ ਸਿੱਖਾਂ ਵਿੱਚ ਵੰਡ ਪਾਓ, ਵੰਡਾ ਪਾ ਕੇ ਇਹਨਾਂ ਨੂੰ ਕਮਜ਼ੋਰ ਕਰੋ। ਜਿੱਦਾਂ ਅੱਜ ਸਾਡੇ ਵਿੱਚ ਕਿੰਨੇ ਡੇਹਧਾਰੀ ਵਿੱਚ ਆ ਗਏ ਆ, ਤੁਸੀਂ ਆਪ ਸਮਝ ਗਏ ਹੋਣੇ ਆ। ਅੱਜ ਸਾਡੇ ਵਿੱਚ ਇਹ ਕਿਉਂ ਪਾਏ ਗਏ ਆ, ਇੰਡੀਆ ਜਾਓ, ਘਰ ਘਰ ਉੱਥੇ ਫੋਟੋਆਂ ਲੱਗੀਆਂ ਰਾਧਾ ਸਵਾਮੀਆਂ ਦੀ ਜਾਂ ਅਸ਼ੂਤੋਸ਼ ਦੀ ਜਾਂ ਸਰਸੇ ਵਾਲੇ ਡੇਰੇ ਦੇ। ਕਿਉਂ? ਸਾਡੇ ਵਿੱਚ ਵੰਡਾ ਪਾਓ। It's divide and rule. When you, every Sikh unites with Guru Granth Sahib Ji, when every Sikh unites with the Akal Takht Sahib, we are powerful. ਸਾਡੀ ਯੂਨਿਟੀ ਨਾਲ ਸਾਡੀ ਪਾਵਰ ਬਣੂਗੀ। ਪਰ ਇਹਨਾਂ ਨੂੰ ਤੋੜ ਦਿਓ ਅਕਾਲ ਤਖ਼ਤ ਤੋਂ, ਇਹਨਾਂ ਨੂੰ ਤੋੜ ਦਿਓ ਗੁਰੂ ਗ੍ਰੰਥ ਸਾਹਿਬ ਜੀ ਤੋਂ, ਤੋੜ ਦਿਓ ਮਰਿਆਦਾ ਤੋਂ, ਤਾਂ ਇਹ ਆਪਣਾ ਜਿਵੇਂ ਵੰਡੀਆਂ ਪੈ ਗਏ, ਆਪਣਾ ਆਪ ਕਮਜ਼ੋਰ ਹੈ ਤਾਂ ਜੋ ਮਰਜ਼ੀ ਇਹਨਾਂ 'ਤੇ ਹੁਣ ਕਰ ਲਈਏ। ਸੋ ਬਾਅਦ ਦੇ ਵਿੱਚ ਜਿਹੜਾ ਨਿਰੰਕਾਰੀਆਂ, ਇਹ ਪੱਤਰਕਾਰ ਲਿਖਦਾ, ਐਂਡ ਵਨ ਥਿੰਗ ਇਜ਼ ਟੂ ਡਰਾ ਇਨ ਅ ਨਿਊਜ਼ ਪੇਪਰ, ਅਖਬਾਰ ਵਿੱਚ ਕੋਈ ਚੀਜ਼ ਲਿਖਣੀ ਆ ਤੁਸੀਂ ਉੱਦਾਂ ਨਹੀਂ ਲਿਖ ਸਕਦੇ। ਯੂ ਹੈਵ ਟੂ ਹੈਵ ਸਮ ਐਵੀਡੈਂਸਿਸ, ਐਨੀ ਨਿਊਜ਼ ਪੇਪਰ ਯੂ ਕੈਨ ਬੀ ਚੈਲੰਜ ਦ ਮੀਡੀਆ, ਹੈਵ ਟੂ ਹੈਵ ਸਮ ਸੋਰਟ ਆਫ ਐਵੀਡੈਂਸ ਬੇਸਡ ਟੂ ਮੇਕ ਦੇਅਰ ਕਲੇਮਸ। ਤਾਂ ਉਹ ਲਿਖਦਾ ਆ ਪੱਤਰਕਾਰ। ਫਿਰ ਜਿਹੜਾ ਨਿਰੰਕਾਰੀ ਸੀ ਉਹਨਾਂ ਨੂੰ ਇੰਦਰਾ ਨੇ ਸਪੈਸ਼ਲ ਪਰਮਿਸ਼ਨ ਦਿੱਤੀ ਸੀ, ਫਿਰ ਜਿੱਥੇ ਵੀ ਮੁਲਕ ਜਾਣ ਇਹਨਾਂ ਦੇ ਕੋਈ ਪੁੱਛ ਗਿੱਛ ਨਹੀਂ, ਅਤੇ ਇਹਨਾਂ ਦੇ ਪ੍ਰਚਾਰ ਹੋਵੇ, ਇਹਨਾਂ ਦੀ ਸਗੋਂ ਇਹਨਾਂ ਦੇ ਇੰਪ੍ਰੈਸ਼ਨ ਬਣਾਓ, ਹੋਰ ਵਧੀਆ ਇਹਨਾਂ ਦੀ ਇਮੇਜ ਬਣਾਓ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ। ਇੱਥੇ ਤੱਕ ਇੰਗਲੈਂਡ ਦੇ ਵਿੱਚ, ਦਾਸ ਨੇ ਅੱਗੇ ਵੀ ਕੱਲ੍ਹ ਜ਼ਿਕਰ ਕੀਤਾ ਸੀ, ਇਨ ਆਕਸਫਰਡ, ਆਕਸਫਰਡ ਵਿੱਚ ਜੇ ਗੁਰਦੁਆਰਾ ਨਹੀਂ ਬਣਿਆ, ਜੈਸੇ ਪੰਜਾਬੀ ਕਮਿਊਨਿਟੀ ਦਾ ਜਿਹੜੇ ਸਿੱਖ ਕਮਿਊਨਿਟੀ ਉੱਤੇ ਹੈਗੀ ਆ, ਛੋਟੀ ਜਿਹੀ ਹੈਗੀ ਆ, ਹਜੇ ਗੁਰਦੁਆਰਾ ਨਹੀਂ ਬਣਾਇਆ। ਗੁਰਦੁਆਰਾ ਛੋਟਾ ਜਿਹੀ ਬਿਲਡਿੰਗ ਆ, ਇਟਸ ਅ ਟੈਂਪਰੀ, ਕੈਨ ਸੇ ਅ ਗੁਰਦੁਆਰਾ, ਇਟਸ ਅ ਬਿਲਡਿੰਗ। ਬਟ ਫੋਰ ਮੈਨੀ ਈਅਰਸ, ਮੇਰੇ ਖਿਆਲ ਨਾਲ ਸ਼ਾਇਦ ਜਿੰਨਾ ਦਾਸ ਨੂੰ ਯਾਦ, ਸ਼ਾਇਦ 15 ਤੋਂ ਸ਼ਾਇਦ ਜ਼ਿਆਦਾ ਹੋ ਸਕਦੇ ਆ, ਫੋਰ ਮੋਰ ਦੈਨ 15 or so years, ਦੇਰ ਹੈਜ਼ ਬੀਨ ਨਿਰੰਕਾਰੀ ਭਵਨ ਇਨ ਆਕਸਫਰਡ। ਨਿਰੰਕਾਰੀ ਭਵਨ ਹੈਗਾ ਆ, ਤਾਂ ਭਵਨ 'ਚ ਕਿਹੜੇ ਜਾਂਦੇ? ਗੋਰੇ ਕਾਲੇ ਜਾਂਦੇ ਆ, ਉਹੀ ਪੰਜਾਬੀ ਉਹੀ ਬੰਦੇ ਜਾਂਦੇ ਆ, ਪੰਜਾਬੀਆਂ ਵਿੱਚੋਂ ਹੀ ਜਾਂਦੇ ਆ, ਜਿਹੜੇ ਆਪਣੇ ਨਾਂ ਦਾ ਸਿੰਘ ਲਾਉਂਦੇ ਉਹੀ ਉੱਥੇ ਜਾਂਦੇ ਆ। ਵੈਡ ਦੇ ਕਹੇ ਤਾਂ ਮਨੀ ਟੂ ਮੇਕ ਅ ਨਿਰੰਕਾਰੀ ਭਵਨ ਵਨ ਪ੍ਰੋਪਰਟੀ ਇਜ਼ ਐਕਸਪੈਂਸਿਵ ਇਨ ਆਕਸਫਰਡ, ਉਹੀ 15 ਸਾਲ ਪਹਿਲੇ, ਤਾਂ ਅਜੇ ਤੱਕ ਗੁਰਦੁਆਰੇ ਨੇ ਪੈਸਾ ਨਹੀਂ ਇਕੱਠਾ ਹੁੰਦਾ ਗੁਰਦੁਆਰਾ ਬਣਾਉਣ ਲਈ। ਇਟ ਡਜ਼ ਮੇਕ ਯੂ ਵੰਡਰ ਵੈਦਰ ਦੇ ਗੈਟ ਦੇ ਗੋਟ ਸਮ ਸਪੌਂਸਰਸ ਐਂਡ ਡੋਨਰਸ ਫਰਮ ਇੰਡੀਆ। ਹੁਣ ਇਹ ਜਦੋਂ ਹੋਇਆ, ਹਾਦਸਾ ਹੋਇਆ, ਸਿੱਖਾਂ ਵਿੱਚ ਰੋਸ ਪ੍ਰਗਟ ਹੋਇਆ, ਸਿੱਖਸ ਆ ਵੈਰੀ ਐਜੀਟੇਟਿਡ, ਤਾਂ ਵੀ ਵਾਂਟ ਨੋ ਜਸਟਿਸ। ਇਹ ਕੋਈ ਨਵੀਂ ਗੱਲ ਨਹੀਂ, ਅੱਜ ਤੱਕ ਭਾਈ ਗੁਰ ਜਸਪਾਲ ਸਿੰਘ ਜੀ ਸ਼ਹੀਦ ਹੋਏ ਗੁਰਦਾਸਪੁਰ ਚ, ਐਂਡ 18-year-old ਗੁਰਸਿੱਖ ਵਾਜ਼ ਮਰਡਰਡ ਬਾਏ ਦਾ ਪੁਲਿਸ ਫੋਰ ਪੀਸਫੁਲੀ ਪ੍ਰੋਟੈਸਟਿੰਗ, ਬੈਠ ਕੇ ਸਿਮਰਨ ਕਰਦੇ ਸੀ, ਵਾਜ਼ ਸੇਇੰਗ ਵਾਹਿਗੁਰੂ ਇਨ ਪ੍ਰੋਟੈਸਟ, ਬੈਠੇ ਸੀ, ਐਂਡ ਹੀ ਵਾਜ਼ ਸਪਰੇਡ ਵਿਦ ਬੁਲੇਟਸ ਬਾਏ ਦਾ ਪੁਲਿਸ, ਸ਼ਹੀਦ ਹੋ ਗਏ ਸੀ। ਅੱਜ ਤੱਕ ਮੇਰੇ ਖਿਆਲ ਤੋਂ ਜਿਹੜਾ ਬੰਦੇ ਨੇ ਉਹਨੇ ਪੁਲਿਸ ਬਾਰੇ ਕੀਤਾ ਜੋ ਮਰਜ਼ੀ, ਅਖਬਾਰ ਮੈਂ ਪ੍ਰਿਜ਼ਨ, ਉਸ ਬੰਦੇ ਨੂੰ ਅੱਜ ਤੱਕ ਮੈਂ ਜੇਲ੍ਹ ਨਹੀਂ ਮਿਲੀ ਹੋਣੀ ਆ ਜਿਹੜੇ ਬੰਦੇ ਨੇ ਕੀਤਾ ਹੈ। ਦਿਸ ਇਜ਼ ਅ ਔਨ ਗੋਇੰਗ ਥਿੰਗ। ਭਾਈ ਦਰਸ਼ਨ ਸਿੰਘ ਲੋਹਾਰ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਲੁਧਿਆਣੇ ਦੇ ਵਿੱਚ, ਲੁਧਿਆਣਾ ਗੁਰਸਿੱਖ ਉਸ ਮੈਂ ਸ਼ਹੀਦ, ਹਜੇ ਤੱਕ ਜਿਹਨਾਂ ਨੇ ਸ਼ਹੀਦ ਕੀਤਾ ਕੋਈ ਫਰੇ ਨਹੀਂ, ਨੋ ਵਨਸ ਬੀਨ ਅਰੈਸਟਡ ਫੋਰ ਪ੍ਰਿਜ਼ਨ। ਹਜੇ ਤੱਕ ਝੂਠੇ ਕੇਸ ਗੁਰਸਿੱਖਾਂ ਦੇ ਪੈਂਦੇ ਹਨ ਵੀ, ਕਹਿੰਦੇ ਸ਼ੇਖ ਆਪਣੇ ਮੁੰਡੇ ਗ੍ਰਿਫਤਾਰ ਹੋਏ ਆ, 6 people ਹੈਵ ਬੀਨ ਅਰੈਸਟਡ, ਤਾਂ ਉਹਨਾਂ ਦੇ ਉੱਪਰ ਕੇਸ ਪਾਇਆ ਗਿਆ ਫੋਰ ਟੈਰਰਿਜ਼ਮ, ਝੂਠੇ ਕੇਸ ਪਾਏ ਗਏ ਆ, ਫਾਲਸ ਕੇਸਿਸ, ਯੂ ਡੋਨਟ ਨੀਡ ਐਵੀਡੈਂਸਿਸ, ਐਂਡ ਦੇ ਹੈਵ ਬੀਨ ਪੁਟ ਇਨ ਪ੍ਰਿਜ਼ਨ। ਸੋਚਣ ਦੀ ਗੱਲ ਸਾਡੇ ਤੇ, ਕੀ ਕੋਈ ਨਵੀਂ ਗੱਲ ਨਹੀਂ।
ਹੁਣ ਕੀ ਹੋਇਆ, ਸਿੱਖਾਂ ਨੇ ਹੁਣ ਆਪਣਾ ਰੋਸ ਪ੍ਰਗਟ ਕੀਤਾ ਤੇ ਇਨ ਦਿਸ ਕੰਟਰੀ, ਇਸ ਦੇਸ਼ ਦੇ ਵਿੱਚ ਸਾਡੀ ਕੋਈ ਸੁਣਦਾ ਨਹੀਂ, ਤਾਂ ਜਿੱਥੇ ਵੀ ਇਹ ਨਕਲੀ ਨਿਰੰਕਾਰੀ ਜਾਣਗੇ ਅਸੀਂ ਉੱਥੇ ਜਾ ਕੇ ਅਸੀਂ ਨਾਰੇ ਲਾਉਣਗੇ, ਵੀ ਵਿਲ ਪ੍ਰੋਟੈਸਟ ਦੈਟ ਪੀਸਫੁਲੀ ਵੇਅਰ ਐਵਰ ਦੀਜ਼ ਨਿਰੰਕਾਰੀਜ਼ ਗੋ। ਹੁਣ ਕਾਨਪੁਰ ਦੀ ਸੰਗਤ ਆ, ਆਈ ਨੈਵਰ ਨਿਊ ਅਬਾਊਟ ਦਿਸ ਮਚ ਡੀਟੇਲ, ਦੋ ਕੁ ਹਫ਼ਤੇ ਹੋਏ ਦਾਸ ਤਿਆਰੀ ਕਰਦਾ ਸੀ ਤਾਂ ਦਾਸ ਨੂੰ ਪਤਾ ਲੱਗਾ। ਦੈਨ ਕਾਨਪੁਰ, ਕਾਨਪੁਰ ਇਜ਼ ਨਾ ਪੰਜਾਬ, ਪੰਜਾਬ ਤੋਂ ਬਾਹਰ ਹੈ ਕਾਨਪੁਰ, ਇਸ ਸ਼ਹਿਰ ਦੇ ਵਿੱਚ ਕਾਫ਼ੀ ਮਾਰਾ ਦੀ ਕਿਰਪਾ ਨਾਲ ਸਿੱਖ ਸੰਗਤ ਹੈਗੀ ਹੈ, ਸਾਈਜ਼ੇਬਲ ਸਿੱਖ ਪਾਪੂਲੇਸ਼ਨ ਇਨ ਕਾਨਪੁਰ। ਤਾਂ ਕਾਨਪੁਰ ਦੇ ਵਿੱਚ ਸਿੱਖਾਂ ਨੂੰ ਪਤਾ ਲੱਗਿਆ, ਫਿਰ ਗੁਰਬਚਨ ਸਿੰਘ ਆਉਣ ਲੱਗਾ, ਦੈ ਨਿਰੰਕਾਰੀ ਲੀਡਰ, ਨਰਕ ਧਾਰਿਆ ਜਿਹੜਾ ਲੀਡਰ ਆ ਉਹ ਆ ਰਿਹਾ ਕਾਨਪੁਰ। ਐਂਡ ਦਿਸ ਵਾਜ਼ ਔਨ 25th September 1978, ਸੋ 1978 ਅਪ੍ਰੈਲ ਦੇ ਵਿੱਚ, ਅਪ੍ਰੈਲ ਦਿਸ ਦ ਮੈਸਕ ਆਫ ਅੰਮ੍ਰਿਤਸਰ, ਨਾਵ ਸੈਪਟੈਂਬਰ। ਹੁਣ ਸਿੰਘਾਂ ਨੂੰ ਪਤਾ ਲੱਗਾ ਤਾਂ ਗੋਬਿੰਦਪੁਰੀ ਗੁਰਦੁਆਰੇ ਪਹੁੰਚਦੇ ਆ, ਐਂਡ ਦਿਸ ਇਜ਼ 3 kilometers ਜਸਟ ਅਵੇ ਫਰੋਮ ਵੇਅਰ ਦ ਨਿਰੰਕਾਰੀ ਸੈਂਟਰ ਇਜ਼, ਜਿੱਥੇ ਨਿਰੰਕਾਰੀਆਂ ਦਾ ਭਵਨ ਆ, ਅਤੇ 3 kilometers ਦਾ ਫਰਕ ਆ। ਸੰਗਤ ਇਕੱਠੀ ਹੋ ਕੇ ਕਹਿੰਦੇ ਅਸੀਂ ਉੱਥੇ ਜਾ ਕੇ ਅਸੀਂ ਆਪਣਾ ਰੋਸ ਪ੍ਰਗਟ ਕਰਨਾ, ਅਸੀਂ ਉਹਨਾਂ ਨੂੰ ਇੱਥੇ ਇਕੱਠ ਨਹੀਂ ਕਰਨ ਦੇਣਾ, ਵੀ ਨੋ ਕੈਨ ਅਲਾਉ ਦੈਮ, ਦੀਸ ਪੀਪਲ ਆਰ ਮਰਡਰਸ, ਐਂਡ ਯੂ ਨੋ ਵਿਨ ਐਂਡ ਦੇ ਸਪਿਊ ਦੇ ਸਪੀਕ ਵਾਇਲ ਕਮੈਂਟਸ ਅਬਾਊਟ ਦ ਗੁਰੂਸ, ਵੀ ਕੈਨ ਅਲਾਉ ਦੈਮ, ਵੀ ਗੋਇੰ ਟੂ ਪ੍ਰੋਟੈਸਟ। ਸੰਗਤ ਇਕੱਠੀ ਹੁੰਦੀ ਆ ਅਤੇ ਸੰਗਤ ਜਾਂਦੀ ਆ, ਅਗੈਨ ਪੀਸਫੁਲ ਪ੍ਰੋਟੈਸਟ, ਹਥਿਆਰਬੰਦ ਨਹੀਂ, ਦੇ ਨੋ ਆਰਮਡ ਵਿਦ ਐਕਸਟਰਾ ਵੈਪਨਸ ਅਦਰ ਦੈਨ ਯੂ ਨੋ ਦੇ ਨੋਰਮਲ ਕਿਰਪਾਨਾਂ। ਉਸ ਸਮੇਂ ਕੀ ਹੋਇਆ, ਜਿਹੜੇ ਨਰਕ ਧਾਰੀਏ ਸੀ, ਨਰਕ ਧਾਰੀਆਂ ਨੇ ਜਥੇਦਾਰ ਬਾਬਾ ਕਿਸ਼ਨ ਸਿੰਘ ਉੱਪਰ ਵਾਰ ਕੀਤਾ। ਬਾਬਾ ਕਿਸ਼ਨ ਸਿੰਘ ਇਜ਼ ਉੱਪਰ ਜਿਹੜੀ ਫੋਟੋ ਆ, ਸੈਕੰਡ ਜਿਹੜੀ ਦੂਜੀ ਫੋਟੋ ਟੋਪ 'ਤੇ ਆ, ਇਹ ਬਾਬਾ ਕਿਸ਼ਨ ਸਿੰਘ ਆ, ਉਹ ਜਥੇਦਾਰ ਸੀ, ਵਾਜ਼ ਦਾ ਲੀਡਰ ਆਫ ਦਾ ਲੋਕਲ ਸੰਗਤ। ਇੱਕ ਨੇਜਾ ਲੈ ਕੇ ਐਸਪੇਅਰ ਤਾਂ ਉਹਨਾਂ ਦੇ ਢਿੱਡ ਵਿੱਚ ਮਾਰੀ ਗਈ ਸੀ, ਦੈਨ ਨਰਕ ਧਾਰੀ ਦੇ ਨਕਲੀ ਨਿਰੰਕਾਰੀ ਦੇ ਗੋ ਐਸਪੇਅਰ, ਉਹਨਾਂ ਨੇ ਨੇਜਾ ਜਥੇਦਾਰ ਦੇ ਢਿੱਡ ਵਿੱਚ ਮਾਰਿਆ ਤਾਂ ਉੱਥੇ ਸ਼ਹੀਦ ਹੋ ਗਈ, ਡਾਇਡ ਔਨ ਦ ਸਪੋਟ। ਬਾਅਦ ਦੇ ਵਿੱਚ ਜਿਹੜੇ ਬਾਕੀ ਗੁਰੂ ਕੇ ਸਿੱਖ ਸੀ, ਦ ਪੁਲਿਸ ਫਾਇਰਡ ਬੁਲੇਟਸ ਐਟ ਦੈਮ, ਜਿੱਥੇ ਪੁਲਿਸ ਨੇ ਉਹਨਾਂ ਦੇ ਰੱਖਿਆ ਕਰਨੀ ਸੀ, ਦ ਪੁਲਿਸ ਇਨਸਟੈਡ ਸਟਾਰਟ ਫਾਇਰਿੰਗ ਐਟ ਦੈਮ, ਦ ਪੀਪਲ ਆਰ ਇਨਸੈਂਟਲੀ ਪ੍ਰੋਟੈਸਟਿੰਗ, ਐਂਡ ਦਿਸ ਇਜ਼ ਅ ਕਾਮਨ ਸਟੋਰੀ, ਇਹ ਵਾਰ ਵਾਰ ਅੱਗੇ ਆਉਂਦੀ ਆ। ਹੁਣ ਵੀ ਮੈਂ ਕਿਹਾ ਦੋ ਕੁ ਹਫ਼ਤੇ ਹੋਇਆ ਅੰਮ੍ਰਿਤਧਾਰੀ ਸਿੰਘ ਅੰਮ੍ਰਿਤਸਰ ਵਿੱਚ, ਉਹਦੀ ਪੱਗ ਲਾਈ ਗਈ, ਕੁੱਟਿਆ ਗਿਆ, ਫਾਰਨਾ ਸੀ ਦੂਸਰਿਆਂ ਨੂੰ ਜਿਨ੍ਹਾਂ ਨੇ ਕੁੱਟਿਆ, ਦੋਜ਼ ਹੂ ਟੁੱਕ ਦ ਅੰਮ੍ਰਿਤਧਾਰੀ ਸਿੰਘ ਪੱਗ ਆਫ ਐਂਡ ਬੀਟ ਹਿਮ ਇਨ ਪਬਲਿਕ, ਐਂਡ ਵਾਟ ਵਾਜ਼ ਹਿਸ ਕ੍ਰਾਈਮ, ਗੁਨਾਹ ਕੀ ਸੀ, ਫਿਰ ਦੇ ਵਰ ਗੈਦਰਿੰਗ ਇਨ ਸਮ ਸੋਰਟ ਪ੍ਰੋਟੈਸਟ, ਹੀ ਜਸਟ ਵਾਂਟਡ ਟੂ ਗੋ ਟੂ ਸ਼ਾਪ, ਦੁਕਾਨ ਖੋਲਣੀ ਸੀ, ਹੀ ਜਸਟ ਗੋਇੰਗ ਟੂ ਡੂ ਹਿਸ ਔਨ ਹਿਸ ਲਾਈਵਲੀਹੁਡ, ਐਂਡ ਦੇ ਸੈਡ ਵਾਈ ਯੂ ਆਸਕਿੰਗ ਟੂ ਗੋ ਥਰੂ, ਐਂਡ ਦੇ ਬੀਟ ਹਿਮ ਅਪ ਦੈਰ। ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ, ਨਾ ਕੋਈ ਗ੍ਰਿਫਤਾਰ ਬੰਦਾ ਕੀਤਾ, ਨੋ ਵਾਜ਼ ਅਰੈਸਟਡ, ਇਨਸਟੈਡ ਫੋਟੋ ਦੇਖਿਆ ਤਾਂ ਦ ਗੁਰਸਿੱਖ ਉਹਨੂੰ ਕਲੀਸ ਕੇ ਲੈ ਕੇ ਜਾ ਰਿਹਾ, ਦੇ ਟੇਕਿੰਗ ਦ ਗੁਰਸਿੱਖ ਅਵੇ ਰਫ ਇਨ ਅ ਰਫ ਮੈਨਰ ਇਨਸਟੈਡ ਆਫ ਸਟੋਪਿੰਗ। ਇਹ ਵੀਡੀਓ ਵੀ ਹੈ ਕਿ ਦੀਸ ਵੀਡੀਓਜ਼ ਆਰ ਕੀਪ ਸਮ ਅਵੇਅਰਨੈਸ, ਸਾਨੂੰ ਸੁਚੇਤ ਰਹਿਣ ਸਾਡੇ ਪੰਥ 'ਚ ਕੀ ਹੋ ਰਿਹਾ। ਹੁਣ ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ ਤਾਂ 13 ਗੁਰਸਿੱਖ ਸ਼ਹੀਦ ਹੋਏ, 13 ਗੁਰਸਿੱਖਸ ਅਬਟੇਨ ਸ਼ਹੀਦੀ, ਐਂਡ ਵਨ ਆਫ ਦੈਮ ਵਾਜ਼ ਅ ਲੇਡੀ, ਉਹਨਾਂ ਵਿੱਚ ਇੱਕ ਮਾਤਾ ਜੀ ਵੀ ਸੀ, ਮਾਤਾ ਜੀ ਨੇ ਫੋਟੋ ਵੀ ਦਿੱਤੀ ਇਹਦੇ ਖੁੰਜੇ ਦੇ ਵਿੱਚ, ਮਾਤਾ ਜੀ ਆਈ ਐਲਡਰਲੀ ਸਿੱਖ ਲੇਡੀ, ਸ਼ੀ ਵਾਜ਼ ਵਨ ਆਫ ਦ ਪ੍ਰੋਟੈਸਟਰ, ਸ਼ੀ ਵਾਜ਼ ਕਿਲਡ ਬਾਈ ਦ ਪੁਲਿਸ ਬਾਈ ਦ ਬੁਲਟਸ। ਇੱਕ ਵਿੱਚ ਉੱਪਰ ਦੀ ਫੋਟੋ ਆ, ਜਿਹਨੇ ਮੈਨੂੰ ਯਾਦ ਹੈ 14 ਸਾਲ ਦੇ ਨੌਜਵਾਨ ਸੀ, ਇਸ 14-year-old 14 ਸਾਲ ਦੇ ਸਿੰਘ ਆ, ਉਹ ਜਿਹੜੀ ਉੱਪਰ ਪਹਿਲਾ ਫੋਟੋ ਆ, ਦ ਟੋਪ ਫੋਟੋ। 13 ਗੁਰਸਿੱਖਸ ਡਾਈ
28 ਸਤੰਬਰ ਨੂੰ ਉਹਨਾਂ ਦਾ ਸੰਸਕਾਰ ਹੁੰਦਾ 28 September ਦੇ ਦੇ ਫਿਊਨਰਲ ਹੈਪਨਸ ਤਾਂ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਪੂਰੇ ਸ਼ਹਿਰ ਦੇ ਵਿੱਚ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਉਹ ਤੇਰਾ ਗੁਰਸਿੱਖਾਂ ਦਾ ਸੰਸਕਾਰ ਕਰਦੇ ਆ ਦੈਟ ਦੇ ਬੋਡੀਜ਼ ਆਰ ਟੇਕਨ ਇਨ ਏ ਪ੍ਰੋਸੈਸ਼ਨ ਸੋ ਦੈਟ ਦੇ ਬ੍ਰਿੰਗ ਅਵੇਅਰਨੈਸ ਆਫ ਵਾਟਸ ਹੈਪਨਡ ਹੁਣ 27 ਤਰੀਕ ਨੂੰ ਜਦੋਂ ਇਹ ਪਤਾ ਲੱਗਾ ਵਨ ਦਾ ਦਿਸ ਇਜ਼ ਹੈਪਨਿੰਗ ਵਨ ਡੇ ਬਿਫੋਰ ਦ ਫਿਊਨਰਲ ਸੰਸਕਾਰ ਤੋਂ ਇੱਕ ਦਿਨ ਪਹਿਲਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੰਬਈ ਦਿੱਲੀ ਕਲਕੱਤਾ ਅੰਮ੍ਰਿਤਸਰ ਓਲ ਦ ਬਿਗ ਲਾਰਜ ਸਿਟੀਜ਼ ਸੰਗਤਾਂ ਇਕੱਠੀਆਂ ਹੋਈਆਂ ਐਂਡ ਸੰਗਤਾਂ ਨੇ ਪ੍ਰੋਟੈਸਟ ਕੀਤੇ ਦੇ ਡਿਡ ਪ੍ਰੋਟੈਸਟ ਇਨ ਡਿਫਰੈਂਟ ਪਲੇਸਿਸ ਹੁਣ ਗੱਲ ਕਰਨੀ ਹੈ ਹੁਣ ਅੱਜ ਦੀ ਪ੍ਰੋਟੈਸਟ ਆਰ ਟੇਕਿੰਗ ਪਲੇਸ ਹੁਣ ਦਾਸ ਨੇ ਗੱਲ ਕਰਨੀ ਹੈ 30 September ਦੀ ਵਨ ਥਿੰਗ ਇਜ਼ ਦਾ ਪੰਜਾਬ ਗਵਰਨਮੈਂਟ ਉਹਨਾਂ ਨੇ ਨਰਕ ਧਾਰੀਆਂ ਅਤੇ ਨਕਲੀ ਨਿਰੰਕਾਰੀਆਂ 'ਤੇ ਪਾਬੰਦੀ ਲਾ ਦਿੱਤੀ ਸੀ ਅਤੇ ਪੰਜਾਬ ਗਵਰਨਮੈਂਟ ਐਕਚੁਲੀ ਡਿਡ ਫੋਰ ਆਈ ਵਾਸ ਆਈ ਸਟੋਪ ਔਨ ਦਾ ਔਨ ਦਾ ਔਨ ਦਿਸ ਗਰੁੱਪ ਫੋਰ 6 months 6 ਮਹੀਨੇ ਉਹਨਾਂ ਦਾ ਬੈਨ ਰਿਹਾ ਦਿਸ ਬੈਨ ਵਾਜ ਲਿਫਟਡ ਦੋ ਇਹ ਜਿਹੜੀ ਪਾਬੰਦੀ ਸੀ ਇਹ ਲਾਈ ਗਈ ਉਹ ਕਿੰਨੇ ਲਾਈ ਦ ਸੁਪਰੀਮ ਕੋਰਟ ਓਵਰ ਰੂਲਡ ਪੰਜਾਬ ਗਵਰਨਮੈਂਟ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਇਹ ਨਕਲੀ ਨਿਰੰਕਾਰ 'ਤੇ ਕੋਈ ਪਾਬੰਦੀ ਨਹੀਂ ਲਾ ਸਕਦੇ ਯੂ ਆਰ ਨੋਟ ਅਲਾਊਡ ਟੂ ਸਟੋਪ ਦਮ ਈਵਨ ਦੋ ਦੇ ਆਰ ਕ੍ਰੀਏਟਿੰਗ ਡਿਸਹਾਰਮਨੀ ਇਨ ਦ ਕਮਿਊਨਿਟੀ ਈਵਨ ਦੋ ਦੇ ਹੈਵ ਮਰਡਰਡ ਪੀਪਲ ਦੇ ਆਰ ਅਲਾਊਡ ਟੂ ਕੈਰੀ ਔਨ ਹੁਣ ਕੀ ਹੋਇਆ 30 September ਨੂੰ ਦਿੱਲੀ ਦੇ ਸਿੱਖਾਂ ਨੇ ਉਹਨਾਂ ਨੇ ਚਿੱਠੀ ਪੱਤਰ ਲੈ ਕੇ ਗੌਰਮੈਂਟ ਨੂੰ ਸੈਂਟਰਲ ਗੌਰਮੈਂਟ ਨੂੰ ਪੇਸ਼ ਕੀਤੀ ਦੇ ਹੈਡ ਮੈਮੋਰੈਂਡਮ ਵਿਚ ਦੇ ਸਬਮਿਟਡ ਟੂ ਦ ਸੈਂਟਰਲ ਗਵਰਨਮੈਂਟ ਦ ਸਿਕਸ ਇਨ ਦਿੱਲੀ ਐਂਡ ਵੈਨ ਦੇ ਸਬਮਿਟਡ ਦਿਸ ਦੇ ਔਨ 4 November ਆਫਟਰਵਰਡਸ ਦੇਰ ਵਾਜ਼ ਦ ਨਿਰੰਕਾਰੀ ਫੰਡ ਪ੍ਰੋਗਰਾਮ ਇਨ ਦਿਸ ਮੈਮੋਰੈਂਡਮ ਚਿੱਠੀ ਪੱਤਰ 'ਚ ਕੀ ਲਿਖਿਆ ਸੀ ਵਨ ਵਾਜ ਦੈਟ ਦ ਨਿਰੰਕਾਰੀ ਸ਼ੁੱਡ ਬੀ ਬੈਂਡ ਨਿਰੰਕਾਰੀ ਜਿੱਥੇ ਵੀ ਇਹ ਪ੍ਰੋਗਰਾਮ ਬਣੇ ਕੋਈ ਪਰਮਿਸ਼ਨ ਨਹੀਂ ਮਿਲਣੀ ਚਾਹੀਦੀ ਦ ਸੈਕੰਡ ਡਿਮਾਂਡ ਵਾਜ ਦਾ ਗੁਰੂ ਗ੍ਰੰਥ ਸਾਹਿਬ ਜੀ ਸ਼ੁੱਡ ਬੀ ਰਿਸਪੈਕਟਡ ਜਿੱਥੇ ਵੀ ਹੋ ਸਕੇ ਜਿੱਥੇ ਕੋਈ ਬੇਅਦਬੀ ਹੁੰਦੀ ਹੈ ਬੇਅਦਬੀ ਨੂੰ ਰੋਕਿਆ ਜਾਵੇ ਗੌਰਮੈਂਟ ਮਦਦ ਕਰੇ ਦ ਗਵਰਨਮੈਂਟ ਸ਼ੁੱਡ ਹੈਲਪ ਟੂ ਪ੍ਰਵੈਂਟ ਸੈਕਰੇਜ ਐਂਡ ਵਾਇਲੇਸ਼ਨ ਐਂਡ ਡਿਸਰਿਸਪੈਕਟ ਆਫ ਗੁਰੂ ਗ੍ਰੰਥ ਸਾਹਿਬ ਜੀ ਟੂ ਰਿਸਪੈਕਟ ਨਥਿੰਗ ਰੋਂਗ ਇਹ 'ਚ ਕੋਈ ਇੱਦਾਂ ਦੀ ਕੋਈ ਕੱਟੜਵਾਦ ਵਾਲੀ ਗੱਲ ਜਾਂ ਕੋਈ ਗੈਰ ਕਾਨੂੰਨੀ ਗੱਲ ਨਹੀਂ ਦਿਸ ਨਥਿੰਗ ਅਲੀਗਲ ਈਵਨ ਅਨਰੀਜ਼ਨਬਲ ਥਿੰਗ ਬੀਂਗ ਆਸਕਡ ਹੁਣ ਕੀ ਹੋਇਆ 4 November ਨੂੰ ਸੋ ਇਹ ਸਪਟੈਂਬਰ ਦੀ ਗੱਲ ਹੈ ਅ ਮੰਥ ਲੇਟਰ ਇਨ ਅਬਾਊਟ ਜਸਟ ਅਬਾਊਟ 5 weeks ਲੇਟਰ 5 ਹਫ਼ਤੇ ਬਾਅਦ 4 November ਨੂੰ ਦ ਨਿਰੰਕਾਰੀ ਫਲਾਨ ਏ ਪ੍ਰੋਸੈਸ਼ਨ ਇਨ ਦਿੱਲੀ ਉਹ ਕਹਿੰਦੇ ਅਸੀਂ ਤਾਂ ਜਿੱਦ ਕਰਨੀ ਆ ਹੁਣ ਅਸੀਂ ਦਿੱਲੀ ਵਿੱਚ ਜਲੂਸ ਕੱਢਣਾ ਆ ਦੈ ਸਿਕਸ ਆਫ ਮੈਮੋਰੈਂਡਮ ਟੂ ਗੈਟ ਦਮ ਸਟੋਪਡ ਦੈਨ ਦੇ ਸੇ ਵੀ ਗੋਇੰਗ ਟੂ ਡੂ ਅ ਪ੍ਰੋਸੈਸ਼ਨ ਅਸੀਂ ਜਲੂਸ ਕੱਢਣਾ ਆ ਉਸ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਅਤੇ ਸੰਗਤ ਅਰਾਈਵਡ ਐਂਡ ਦੇ ਪ੍ਰੋਟੈਸਟਡ ਅਗੇਨ ਉਹਦੇ ਵਿੱਚ ਫਿਰ ਨਿਰੰਕਾਰੀ ਜਿਹੜੇ ਸੀ ਨਕਲੀ ਨਿਰੰਕਾਰੀ ਉਹਨਾਂ ਨੇ ਸਿੱਖਾਂ 'ਤੇ ਵਾਰ ਕੀਤਾ ਇਹ ਜਿਹੜੀ ਫੋਟੋ ਆ ਸਰਚਿੰਗ ਇੰਟਰਨੈਟ ਕਿਰਨ ਬੇਦੀ ਆ ਸ਼ੀ ਇਜ਼ ਏ ਆਫਿਸਰ ਆਫ ਸਿੱਖ ਹੈਰੀਟੇਜ ਐਨਸੈਸਟਰਸ ਵਰ ਸਿੱਖਸ ਐਂਡ ਸ਼ੀ ਇਜ਼ ਇਨ ਪੁਲਿਸ ਸ਼ੀ ਇਜ਼ ਨੋਟ ਐਗਜੈਕਟਲੀ ਅ ਪ੍ਰੋ ਸਿੱਖ ਪਰਸਨ ਉਹਨੇ ਫੋਟੋ ਲਾਈਸਿੰਗ ਔਨ ਟਵਿੱਟਰ ਔਰ ਸਮਥਿੰਗ ਹੇਠਾਂ ਨੇ ਕਮੈਂਟ ਛੱਡਿਆ ਦੈਟ ਦੀਜ਼ ਆਰ ਦ ਫਨੈਟਿਕ ਦੀਜ਼ ਆਰ ਦ ਟਾਈਮਸ ਵੈਨ ਦ ਫਨੈਟਿਕਲ ਸਿੱਖਸ ਡਿਸਪਿਊਟਡ ਦ ਨਿਰੰਕਾਰੀ ਉਹ ਸਮਾਂ ਜਦੋਂ ਕੱਟੜਵਾਦ ਸਿੱਖਾਂ ਨੇ ਨਿਰੰਕਾਰੀਆਂ ਨਾਲ ਝਗੜਾ ਕੀਤਾ ਦਾ ਉਹਨੇ ਪੋਸਟ ਕੀਤਾ ਸੀ ਦੇ ਪਿਕਚਰ ਦਿੱਲੀ ਦੀ ਆ ਦਿੱਲੀ ਦੇ ਵਿੱਚ ਜਿਹੜੇ ਨਿਰੰਕਾਰੀ ਆ ਨਿਰੰਕਾਰੀ ਲਾਠੀਆਂ ਲੈ ਕੇ ਤਾਂ ਸਿੰਘਾਂ ਨਾਲ ਲੜਦੇ ਆ ਐਂਡ ਸਿੰਘ ਵੀ ਉਹ ਵੀ ਫਿਰ ਜਵਾਬ ਦਿੰਦੇ ਆ ਉਹ ਉਦੋਂ ਦੇ ਫੋਟੋ ਆ
Now this happened and ਇਹ ਜਿਹੜੀ ਲੜਾਈ ਵਿੱਚ ਜਿਹੜੇ ਪੁਲਿਸ ਸੀ, ਪੁਲਿਸ ਨੇ ਟੇਅਰ ਗੈਸ ਵਰਤੋਂ ਕੀਤੀ. They used tear gas canisters and when they threw the canister, ਉਹ ਅਕਾਲੀ ਦਲ ਜਿਹੜੇ ਦੇ ਪ੍ਰਧਾਨ ਸੀ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਜਿਹੜੇ ਸੀ ਭਾਈ ਅਵਤਾਰ ਸਿੰਘ ਕੋਹਲੀ, ਉਹਨਾਂ ਦੇ ਸਿਰ ਵਿੱਚ ਵੱਜੀ. ਇਹ ਭਾਈ ਸਾਹਿਬ ਸੈਟ ਤਾਂ ਇਨਐਕਸਪਲੋਡ ਇਨ ਭਾਈ ਸਾਹਿਬ ਸੈਟ, ਉਹ ਫੱਟਰ ਹੋ ਗਿਆ ਜਿਹੜਾ ਕੈਨਿਸਟਰ ਸੀ ਭਾਈ ਸਾਹਿਬ ਦੇ ਸਿਰ ਦੇ ਵਿੱਚ, ਤਾਂ ਭਾਈ ਸਾਹਿਬ ਉੱਥੇ ਸ਼ਹੀਦ ਹੋ ਗਏ ਸੀ. ਹੀ ਬਿਖੈਮ ਸ਼ਹੀਦ ਹੈ. 13-year-old ਭਾਈ ਮਨਿੰਦਰ ਸਿੰਘ ਬਿਖੈਮ ਸ਼ਹੀਦ, ਭਾਈ ਦਰਸ਼ਨ ਸਿੰਘ ਬਿਖੈਮ ਸ਼ਹੀਦ, ਇੱਕ 13 ਸਾਲ ਦਾ ਬੱਚਾ ਵੀ ਸ਼ਹੀਦ ਹੋਇਆ. 3 ਗੁਰੂ ਕੇ ਸਿੱਖ ਦਿੱਲੀ 'ਚ ਸ਼ਹੀਦ ਹੋਏ ਪੁਲਿਸ ਤਾਂ ਨਿਰੰਕਾਰ ਹੱਥੋਂ. ਫਰੋਮ ਬਿਕੋਜ਼ ਆਫ ਦ ਨਿਰੰਕਾਰੀਜ਼ ਐਂਡ ਬਿਕੋਜ਼ ਦ ਪੁਲਿਸ, 3 ਗੁਰਸਿੱਖਸ ਵਰ ਮਰਡਰਡ ਐਂਡ 9 ਵਰ ਇੰਜਰਡ, 9 ਫੱਟਰ ਹੋਏ. ਹੁਣ 5-6 ਨਵੰਬਰ ਇਹ ਹੁਣ ਇਹ ਸਿੱਖਾਂ ਅਤੇ ਨਕਲੀ ਨਿਰੰਕਾਰਿਆਂ ਦੀ ਇਹ ਲੜਾਈਆਂ ਹੁੰਦੀਆਂ, ਤਾਂ ਕਰਫਿਊ ਲਾਇਆ ਜਾਂਦਾ ਹੈ. ਅ ਕਰਫਿਊ ਟੇਕਸ ਪਲੇਸ. ਤਾਂ ਇਨ ਦ ਕਰਫਿਊ ਬੀ ਜੇ ਪੀ ਭਾਰਤੀ ਜਨਤਾ ਪਾਰਟੀ, ਵਿਚ ਇਜ਼ ਅ ਪੋਲੀਟੀਕਲ ਰਾਈਟ ਵਿੰਗ ਪਾਰਟੀ ਵਿਚ ਹੈਜ਼ ਅ ਰਾਈਟ ਵਿੰਗ ਹਿੰਦੂ ਏਜੰਡਾ, ਜਿਹੜੀ ਬੀ ਜੇ ਪੀ ਆ ਉਹਨਾਂ ਨੇ ਜੋ ਅੱਜ ਅਕਾਲੀ ਪਾਰਟੀ ਨਾਲ ਕੋਲੀਸ਼ਨ ਵਿੱਚ ਆ, ਵਟ ਦੇ ਡਿਡ ਦੈਟ ਦੇ ਅ ਸਮਾਲ ਗਰੁੱਪ ਵਿਦਿਨ ਦੈਮ, ਉਹਨਾਂ ਦਾ ਇੱਕ ਉਹਨਾਂ ਦਾ ਫਿਰਕਾ ਆ ਜਨ ਸੰਘ, ਇਹ ਦੇ ਹੈਵ ਅ ਸਪਲਿੰਟਰ ਗਰੁੱਪ ਕੋਲ ਜਨ ਸੰਘ, ਐਂਡ ਦਿਸ ਇਜ਼ ਅ ਗਰੁੱਪ ਵਿਚ ਆਰ ਬਿਕੋਜ਼ ਆਫ ਦ ਹੈਵੀਜ਼, ਉਹ ਨੌਜਵਾਨ ਮੁੰਡੇ ਹੁੰਦੇ ਆ. ਐਂਡ ਦੇ ਪ੍ਰੋਵਾਈਡ ਪ੍ਰੋਟੈਕਸ਼ਨ ਫੋਰ ਦ ਨਿਰੰਕਾਰੀ, ਜਿਹੜੇ ਨਿਰੰਕਾਰੀ ਸੀ ਉਹਨਾਂ ਦੀ ਪ੍ਰੋਟੈਕਸ਼ਨ ਦਿੱਤੀ ਗਈ ਜਨ ਸੰਘ, ਜੋ ਭਾਰਤੀ ਜਨਤਾ ਪਾਰਟੀ. ਸੋ ਈਵਨ ਪੋਲੀਟੀਕਲ ਬਾਡੀਜ਼ ਆਰ ਪ੍ਰੋਟੈਕਟਿੰਗ ਮਰਡਰਸ. ਹੁਣ ਜਵਾਬ ਕੀ ਸੀ, ਸਮਾਪਤੀ ਹੋਣ ਵਾਲੀ ਹੈ, ਜਵਾਬ ਕੀ ਸੀ, ਜਾਂ ਸ਼ਾਇਦ ਇੱਥੇ ਗੱਲ ਕਰਕੇ ਭਾਈ ਫੌਜੀ ਸਿੰਘ ਜ਼ਿਕਰ ਕਰਕੇ ਤਾਂ ਸਮਾਪਤੀ, ਹੋਰ ਕਿਸੇ ਜਿਹੜਾ ਅਗਲਾ ਪ੍ਰੋਗਰਾਮ ਤੁਹਾਡੇ ਹੋ ਗਿਆ, ਤੁਸੀਂ ਸ਼ਾਇਦ ਸਪੀਕਰ ਨੂੰ ਰਿਕੁਐਸਟ ਕਰ, ਫਿਰ ਬਾਕੀ ਜਿਹੜੇ 13 ਗੁਰਸਿੱਖ ਆ ਉਹਨਾਂ ਦੀ ਜੀਵਨੀ ਬਾਰੇ ਜੇ ਉਹਨਾਂ ਨੂੰ ਸਾਂਝ ਪਾ ਸਕਦੇ ਵਧੀਆ ਗੱਲ ਹੋਊਗੀ, ਫਿਰ ਟੋਪਿਕ ਲਗਾਤਾਰ ਰਹੇ ਵਧੀਆ ਗੱਲ ਆ. ਵਟ ਵਾਜ਼ ਦ ਸਿੱਖ ਰਿਸਪੋਂਸ, ਇਹ ਪਹਿਲਾ ਫੋਟੋ ਕਿਹਨਾਂ ਦੀ ਆ, ਹਾਂਜੀ ਭਾਈ ਰਣਜੀਤ ਸਿੰਘ, ਹੱਥ ਖੜਾ ਕਰੋ ਜੇ ਤੁਹਾਨੂੰ ਪਤਾ ਸੀ ਤਾਂ ਭਾਈ ਰਣਜੀਤ ਸਿੰਘ ਦੀ ਫੋਟੋ ਆ ਭਾਈ, ਐਂਡ ਇਫ ਯੂ ਨਿਊ ਦੈਟ ਵਾਸ ਭਾਈ ਰਣਜੀਤ ਸਿੰਘ. ਅੱਛਾ, ਓਨਲੀ ਅ ਫਿਊ, ਪੂਰੀ ਸੰਗਤ ਨਹੀਂ. ਅੱਛਾ, ਸਲਾਈਟਲੀ ਸੈਡ, ਦੱਸ ਅਫਸੋਸ ਦੀ ਗੱਲ ਆ, ਚਾਹੇ ਤੁਹਾਡੀ ਗਲਤੀ ਵੀ ਨਹੀਂ, ਸਾਡੀ ਕੌਮ ਦੀ ਗਲਤੀ ਆ, ਦਾ ਵੀ ਡੋਂਟ ਨੋ ਭਾਈ ਰਣਜੀਤ ਸਿੰਘ. ਭਾਈ ਰਣਜੀਤ ਸਿੰਘ ਉਹ ਸਿੰਘ ਸਾਹਿਬ ਹੀ ਰਹੇ ਆ, ਹੀ ਵਾਜ਼ ਅਕਾਲ ਤਖਤ ਜਥੇਦਾਰ ਐਜ਼ ਵੈਲ, ਹੀ ਵਾਜ਼ ਦ ਲਾਸਟ ਜਥੇਦਾਰ ਅਪੋਇੰਟਡ ਬਾਏ ਦ ਖਾਲਸਾ. ਅਸਲੀ ਮਰਿਆਦਾ ਗੁਰਮਤਾ ਨਾਲ ਜੋ ਬਣਾਏ ਗਏ ਜਥੇਦਾਰ ਸੀ, ਹੀ ਵਾਜ਼ ਮੇਡ ਏ ਦਿਸ ਦ ਲੀਡਰ ਆਫ ਅਕਾਲ ਤਖਤ ਅਕੋਰਡਿੰਗ ਟੂ ਸਿੱਖ ਟ੍ਰੈਡੀਸ਼ਨਸ ਵਾਜ਼ ਜਥੇਦਾਰ ਰਣਜੀਤ ਸਿੰਘ. ਉਹਨਾਂ ਤੋਂ ਬਾਅਦ ਇਹਨਾਂ ਨੂੰ ਲਾਇਆ ਗਿਆ, ਹੀ ਵਾਜ਼ ਰਿਮੂਵ ਫਰੋਮ ਹਿਸ ਪੋਜੀਸ਼ਨ ਬਾਏ ਦ ਪੋਲੀਟੀਕਲ ਪਾਰਟੀਜ਼ ਆਫ ਪੰਜਾਬ, ਅਕਾਲੀਆਂ ਨੇ ਇਹਨਾਂ ਨੂੰ ਲਾ ਕੇ, ਐਂਡ ਇਨਸਟੈਡ ਅਦਰ ਜਥੇਦਾਰ ਜੋ ਅਪੋਇੰਟਡ ਇਹਨਾਂ ਨੂੰ ਉੱਤੇ ਰੱਖਿਆ ਗਿਆ. ਸੋ ਦ ਲਾਸਟ ਪ੍ਰੋਪਰ ਜਥੇਦਾਰ ਜਿਹੜੇ ਅਸਲੀ ਮਰਿਆਦਾ ਅਨੁਸਾਰ ਬਣਾਏ ਗਏ ਸੀ, ਉਹ ਭਾਈ ਰਣਜੀਤ ਸਿੰਘ ਸੀ. ਜਸਟ ਕੀਪ ਇਨ ਮਾਇੰਡ, ਇਹ ਭਾਈ ਸਾਹਿਬ ਰਣਜੀਤ ਸਿੰਘ ਕੌਣ ਆ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਖੰਡ ਕੀਰਤ ਦੇ ਜਥੇ ਦੇ ਨਾਲ ਸੰਪਰਕ ਰੱਖਦੇ ਸੀ, ਹੀ ਵਾਜ਼ ਅ ਸਿੰਘ ਆਫ ਅਖੰਡ ਕੀਰਤ ਜਥਾ. ਤਾਂ ਉਹਨਾਂ ਨੇ ਸੋਚਿਆ ਫਿਰ ਇਹ ਹੋ ਗੁਰਬਚਨ ਸਿੰਘ, ਤਾਂ ਹੀ ਵਾਜ਼ ਸਟਿਲ ਰੋਮਿੰਗ ਅਰਾਊਂਡ, ਹੀ ਇਜ਼ ਡੂਇੰਗ ਪ੍ਰੋਗਰਾਮਸ, ਉਹ ਤਾਂ ਨਿਰੰਕਾਰ ਦੇ ਕੋਲ ਠੱਡ ਨਹੀਂ ਪਾਏ. ਵੈਸੇ ਅਕਾਲ ਤਖਤ ਨੇ 1978 ਅਕਤੂਬਰ ਦੇ ਵਿੱਚ 1978 ਅਕਤੂਬਰ ਹੁਕਮਨਾਮਾ ਕੱਢਿਆ, ਹੁਕਮਨਾਮਾ ਜਾਰੀ ਕੀਤਾ. ਇਹ ਹੁਕਮਨਾਮੇ ਇਜ਼ ਐਡਿਕਟ ਵਾਜ਼ ਇਸ਼ੂਡ, ਹੁਕਮਨਾਮਾ ਸੀ ਫਿਰ ਕੋਈ ਵੀ ਸਿੱਖ ਨਿਰੰਕਾਰਿਆਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖ ਸਕਦਾ, ਇਹਨਾਂ ਦਾ ਸੋਸ਼ਲ ਬੋਇਕਟ ਕਰਨਾ ਹੈ. No Sikh is to keep any social relations with the Nirankaris and that to be socially boycotted. No Sikh is to go to a Nirankari shop
to eat with them or have any marital relationship with Nirankaris. Total boycott because they are the murderers and anti-Sikhs. Baad vich Singh Sahib Ranjit Singh, Haji Singh Sahib, when he became the leader of Akal afterwards, he went to prison, jail to baad Singh Sahib bane si. Bhai Ranjit Singh ji, unhan ne ki kita, ਉਹਨਾਂ ਨੇ ਸੋਚਿਆ ਕਿ ਮੇਰਾ ਇਹ ਗੁਰਬਚਨ ਸੀ ਉਹਨੂੰ ਖਤਮ ਕਰਨ ਵਾਸਤੇ ਮੈਨੂੰ ਇਹਨਾਂ ਦੇ ਵਿੱਚ ਵੜਨਾ ਪੈਣਾ ਟੂ ਰਿਮੂਵ ਐਂਡ ਗੈਟ ਵਿਡ ਆਫ ਗੁਰਬਚਨ ਸਿੰਘ ਆਈ ਹੈਵ ਟੂ ਐਂਟਰ ਦਿਸ ਗਰੁੱਪ ਭਾਈ ਰਣਜੀਤ ਸਿੰਘ ਨੇ ਇੱਕ ਮਿਸਤਰੀ ਦਾ ਰੂਪ ਧਾਰਨ ਕਰਕੇ ਉਹ ਦਿੱਲੀ ਇਹਨਾਂ ਦੇ ਨਿਰੰਕਾਰੀ ਭਵਨ ਵਿੱਚ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੀ ਵੈਂਟ ਐਜ਼ ਏ ਕਾਰਪੈਂਟਰ ਟੂ ਦ ਨਿਰੰਕਾਰੀ ਹੈੱਡਕੁਆਰਟਰਸ ਇਨ ਦਿੱਲੀ ਐਂਡ ਸਟਾਰਟ ਵਰਕ ਇਨ ਦੇਅਰ ਡੂਇੰਗ ਕਾਰਪੈਂਟਰੀ ਵਰਕ. He worked there for a few months, so no one was suspicious of him. Inna kaam kita, kai mahine kaam kita, fir unna nu koi shak na rahe. Then on 24th April 1980, 24 April 1980, it was 11 PM, 11 baje raat nu, Gurbachan Singh gaddi vichon aa reha, he's entering the complex in his car, the Nirankari leader. Ta Bhai Ranjit Singh ji ਬਿਲਡਿੰਗ ਦੇ ਉੱਪਰ ਆ, ਹੀ ਇਜ਼ ਔਨ ਦ ਸੈਕੰਡ ਫਲੋਰ, ਦੂਜੀ ਮੰਜ਼ਿਲ ਤੇ ਆ, ਐਂਡ ਇਫ ਥਰੂ ਵਿੰਡੋ ਹੀ ਕੈਨ ਸੀ ਦ ਡਰਾਈਵ ਵੇ. ਜਦੋਂ ਗੱਡੀ ਆ ਰਹੀ ਹੈ, ਸਿੰਘ ਸਾਹਿਬ ਨੂੰ ਦਿਸਦੀ ਸੀ, ਭਾਈ ਸਾਹਿਬ ਨੂੰ ਦਿਸਦੀ ਸੀ, ਐਂਡ ਵਿਦ ਏ ਪਿਸਟਲ, ਬੰਦੂਕ ਦੇ ਨਾਲ ਉਹਨਾਂ ਨੇ ਗੋਲੀਆਂ ਮਾਰੀਆਂ. ਹੀ ਫਾਇਰਡ ਬੁਲੇਟਸ ਐਂਡ ਕਿਲਡ ਗੁਰਬਚਨ ਸਿੰਘ. ਜਥੇਦਾਰ ਭਾਈ ਰਣਜੀਤ ਸਿੰਘ, ਹੀ ਐਸਕੇਪਡ ਫਰੋਮ ਦ ਬੈਕ ਸਾਈਡ ਆਫ ਦ ਬਿਲਡਿੰਗ ਐਂਡ ਹੀ ਐਸਕੇਪਡ ਦ ਕੰਪਲੈਕਸ. ਆਫਟਰਵਰਡਸ ਹੀ ਵਾਸ ਅਰੈਸਟਡ, ਲੇਟਰ ਔਨ ਹੀ ਵਾਸ ਅਰੈਸਟਡ ਐਂਡ ਹੀ ਵਾਸ ਪੁਟ ਟੂ ਜੇਲ. And when he came out of jail, ਜਦੋਂ ਜੇਲ ਤੋਂ ਬਾਹਰ ਨਿਕਲੇ ਤਾਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ, ਖਾਲਸੇ ਨੇ ਕੀਤਾ. ਦ ਖਾਲਸਾ ਅਪੁਆਇੰਟਡ ਹਿਮ ਐਜ਼ ਦ ਸਿੰਘ ਸਾਹਿਬ ਆਫ ਅਕਾਲ ਤਖਤ. ਹੁਣ ਇਹ ਸੀ ਜਥੇਦਾਰ ਭਾਈ ਰਣਜੀਤ ਸਿੰਘ ਹੀ ਸੈਕਰੀਫਾਈਸਡ ਹਿਜ਼ ਲਾਈਫ. ਭਾਈ ਸਾਹਿਬ ਦਾ ਵਿਆਹ ਵੀ ਲੇਟ ਹੋਇਆ, ਸ਼ਾਇਦ ਤੁਸੀਂ ਜਾਣਦੇ ਆ, ਕਿਉਂਕਿ 5 ਸਾਲ ਜੇ ਥੋੜ੍ਹੇ ਪਰ ਦੇਖਣ, ਇੰਨੇ ਸਾਲ ਹੋਏ ਆ, ਥੋੜ੍ਹਾ ਟਾਈਮ ਹੋਇਆ ਭਾਈ ਸਾਹਿਬ ਗੋਟ ਮੈਰਿਡ ਬਿਕੋਜ਼ ਹੀ ਇਜ਼ ਬੀਨ ਸਪੈਂਟ ਸੋ ਮਚ ਟਾਈਮ ਇਨ ਪ੍ਰਿਜ਼ਨ. ਉਹਨਾਂ ਦੀ ਉੱਥੇ ਜਵਾਨੀ ਲੰਘ ਗਈ, ਆਨੰਦ ਕਾਰਜ ਲੇਟ ਹੋਇਆ. ਇਹਨਾਂ ਨੇ ਕਿਉਂ ਕੀਤਾ? ਦ ਸੇਮ ਰੀਜ਼ਨ ਹੈ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਅਸੈਸਿਨੇਟ ਇੰਦਰਾ ਗਾਂਧੀ. ਜੋ ਇੰਦਰਾ ਗਾਂਧੀ ਨੇ ਸੋਧਿਆ, ਉਹੀ ਕਾਰਨ ਭਾਈ ਰਣਜੀਤ ਸਿੰਘ ਨੇ ਗੁਰਬਚਨ ਸਿੰਘ ਨੂੰ ਸੋਧਿਆ. ਕਿਉਂ? ਜੋ ਸਿੱਖਾਂ ਦੀ ਪੱਗ ਸਿਰੋਂ ਲਾਹ ਦਿੱਤੀ ਗਈ ਸੀ, ਦ ਸਿੱਖਾਂ ਦੀ ਦ ਸਿੱਖ ਟਰਬਨ ਵਿਚ ਇਜ਼ ਫਰੋਨ ਆਫ ਆਰ ਹੈਡਸ ਐਂਡ ਪੁੱਟ ਆਨ ਦ ਗਰਾਊਂਡ. ਜਿੱਦਾਂ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਨੇ ਪੱਗ ਚੁੱਕ ਕੇ ਦੁਬਾਰਾ ਪੰਥ ਦੇ ਸਿਰ ਦੇ ਉੱਪਰ ਰੱਖ ਦਿੱਤੀ, ਜਿਸ ਤਰ੍ਹਾਂ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਪਿਕਡ ਅਪ ਦ ਦਸਤਾਰ ਆਫ ਦ ਪੰਥ ਐਂਡ ਪੁੱਟ ਇਟ ਬੈਕ ਔਨ ਹਰ ਹੈਡ, ਗੇਵ ਇਟ ਬੈਕ ਔਨਰ. ਭਾਈ ਰਣਜੀਤ ਸਿੰਘ ਡਿਡ ਦ ਸੇਮ, ਸਾਡੇ ਕੌਮ ਦੇ ਸਿਰ ਦੇ ਉੱਪਰ ਦੁਬਾਰਾ ਪੱਗ ਰੱਖ ਦਿੱਤੀ. ਅਤੇ ਸਾਡੇ ਗੁਰੂਆਂ ਦੇ ਖਿਲਾਫ ਕੋਈ ਇੱਦਾਂ ਦਾ ਕੋਈ ਕਾਰਵਾਈ ਨਹੀਂ ਕਰ ਸਕਦਾ. ਨੋ ਵਨ ਕੈਨ ਗੈਟ ਅਵੇ ਬਾਈ ਇਨਸਲਟਿੰਗ ਗੁਰੂ ਗ੍ਰੰਥ ਸਾਹਿਬ ਜੀ ਐਂਡ ਡੂਇੰਗ ਬੇਅਦਬੀ ਵੀ. ਅਗਲਾ ਜਵਾਬ, ਦ ਨੈਕਸਟ ਪਿਕਚਰ ਇਜ਼ ਆਫ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਬੱਬਰ, ਜਿਹਨਾਂ ਅੱਗੇ ਬੱਬਰਾਂ ਦਾ ਜ਼ਿਕਰ ਕੀਤਾ ਸੀ. ਜਿਹੜੇ ਬੱਬਰ ਸੀ, ਬੱਬਰਾਂ ਨੇ ਕੀ ਕੀਤਾ? ਜਿਹੜੇ ਵੀ ਨਿਰੰਕਾਰੀਏ ਜਿਹੜੇ ਸੀ, ਜਿਹਨਾਂ ਨੇ ਜਿਹੜੇ ਕਾਤਲ ਸੀ, ਦ ਮਰਡਰਸ ਆਫ ਦ ਵਿਦ ਇਨ ਦ ਨਿਰੰਕਾਰੀ ਗਰੁੱਪ, ਤਾਂ ਜਿਹੜੇ ਪੁਲਿਸ ਵਾਲੇ ਸੀ, ਦ ਪੁਲਿਸ ਅਫੀਸਰਸ, ਉਹਨਾਂ ਨੂੰ ਸੋਧਿਆ. ਦੇ ਡਿਲੀਵਰ ਜਸਟਿਸ ਟੂ ਦੈਮ, ਉਹਨਾਂ ਨੂੰ ਚੁਣ ਚੁਣ ਕੇ ਉਹਨਾਂ ਨੂੰ ਸੋਧਿਆ. ਤਾਂ ਜਿਹੜੇ 7 ਸਿਤਾਰੇ ਸੀ, ਦ 7 ਸਟਾਰਸ, ਉਹਨਾਂ ਨੂੰ ਵੀ ਸੋਧਿਆ ਸੀ ਇਹਨਾਂ ਨੇ. ਦ 7 ਸਟਾਰਸ ਵਰ ਡਿਲੀਵਰ ਜਸਟਿਸ ਬਾਈ ਦ ਬੱਬਰਸ. ਹੁਣ ਭਾਈ ਸੰਤ ਜਨੈ ਸਿੰਘ ਭਿੰਡਰਾਂ ਵਾਲੇ ਨੇ ਕੀ ਕੀਤਾ? ਉਹਨਾਂ ਨੇ 1978 ਤੋਂ ਬਾਅਦ ਤੇ ਪ੍ਰਚਾਰ ਸ਼ੁਰੂ ਕਰ ਦਿੱਤਾ. ਹੀ ਸਟਾਰਟਡ ਪ੍ਰੀਚਿੰਗ ਅਬਾਊਟ ਦ ਨਿਰੰਕਾਰੀਆਂ ਦੇ ਜੋ ਉਹਨਾਂ ਦੇ ਜੋ ਕੰਮ ਕੀਤਾ, ਤੇ ਆਲਸੋ ਅਗੇਂਸਟ ਦ ਗਵਰਨਮੈਂਟ. ਅੱਗੇ ਬਾਬਾ ਜੀ ਪ੍ਰਚਾਰ ਕਰਦੇ ਸੀ, ਨਸ਼ੇ ਛੱਡੋ, ਗੁਰਬਾਣੀ ਪੜ੍ਹੋ, ਅੰਮ੍ਰਿਤ ਛਕੋ, ਇਹ ਵਾਸ ਪ੍ਰਚਾਰ, ਕਿੰਗ ਪੀਪਲ ਆਫ ਡਰੱਗਸ.
ਤਾਂ ਵੈਸੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਸੀ ਵਿਲੇਜ ਟੂ ਵਿਲੇਜ, ਬਾਬਾ ਜੀ ਵੁੱਡ ਗੋ ਅਰਾਊਂਡ, ਪਰ ਨਾਓ ਸੰਤ ਜੀ ਸਟਾਰਟ ਡੂਇੰਗ ਪ੍ਰਚਾਰ ਅਗੇਂਸਟ ਦ ਗਵਰਨਮੈਂਟ। ਸਾਡਾ ਕੋਈ ਵੈਰ ਵਿਰੋਧ ਨਹੀਂ ਕਿਸੇ ਗੌਰਮੈਂਟ ਨਾਲ, ਨਾ ਕਿਸੇ ਧਰਮ ਦੇ ਨਾਲ, ਨਾ ਕਿਸੇ ਦੇਸ਼ ਦੇ ਨਾਲ। ਵੀ ਹੈਵ ਨੋ ਕੁਆਲਮ, ਨੋ ਇਸ਼ੂਜ ਵਿਦ ਐਨੀ ਕੰਟਰੀ, ਰਿਲੀਜਨ ਔਰ ਗਰੁੱਪ। ਬਟ ਵੇਅਰ ਸਿੱਖਸ ਵਿਲ ਟੇਕ ਅ ਸਟੈਂਡ ਇਜ਼ ਅਗੇਂਸਟ ਟਿਰਨੀ ਐਂਡ ਇਨਜਸਟਿਸ। ਜਿੱਥੇ ਸਿੱਖਾਂ ਨਾਲ ਧੋਖਾ ਹੋ ਰਿਹਾ, ਜਿੱਥੇ ਸਿੱਖਾਂ ਨਾਲ ਬੇਇਨਸਾਫੀ ਹੋ ਰਿਹਾ, ਉੱਥੇ ਸਿੱਖ ਹਮੇਸ਼ਾ ਖੜਦਾ ਰਿਹਾ ਅਤੇ ਖੜਦਾ ਰਹੇਗਾ। ਸੰਤ ਜਨੈਲ ਸਿੰਘ ਭਿੰਡਰਾਂਵਾਲੇ ਦੀ ਸਪੀਚ ਆ ਗਵਰਨਮੈਂਟ ਦੇ ਖਿਲਾਫ, ਐਕਸਪੋਜ਼ ਦ ਰਿਐਲਿਟੀ। ਹੈਲੋ ਸਿੱਖਸ, ਵੇਕ ਅਪ, ਉੱਠੋ, ਜਾਗੋ, ਤੁਹਾਡੇ ਧਰਮ ਤੇ ਹਮਲਾ ਹੋ ਰਿਹਾ। ਪੀਪਲ ਆਰ ਟ੍ਰਾਈਂਗ ਟੂ ਡਿਸਟਰੋਏ ਯੋਰ ਆਈਡੈਂਟੀ, ਡਿਸਟਰੋਏ ਯੋਰ ਰਿਲੀਜਨ। ਤਾਂ ਤੁਸੀਂ ਸੁੱਤੇ ਪਏ ਆ, ਲੋਕੀ ਤਾਂ ਘਰਾਂ ਸ਼ਰਾਬ ਪੀ ਜਾਂਦੇ ਆ, ਲੋਕੀ ਤਾਂ ਅਸੀਂ ਆਪ ਘਰਾਂ ਵਿੱਚ ਗਾਣੇ ਲਾ ਕੇ ਵੀ ਫਗੋ ਗਰਬਾਹ ਨਹੀਂ। ਵੀ ਡੋਂਟ ਨੀਡ ਐਨੀ ਮੀ ਟੂ ਡਿਸਟਰੋਏ ਇਸ ਨਾਵਡੇਜ਼। ਸਾਨੂੰ ਤਾਂ ਕੋਈ ਖਤਮ ਕਰਨ ਦੀ ਲੋੜ ਨਹੀਂ, ਅਸੀਂ ਆਪ ਹੀ ਖਤਮ ਹੋ ਰਿਹਾ। ਤਾਂ ਸੰਤ ਜੀ ਸਾਨੂੰ ਜਾਗਰੂਕ ਕੀਤਾ, ਵੇਕ ਅਪ, ਸਿੱਖੋ, ਸੰਭਾਲੋ ਸਿੱਖੀ। Don't become the murderers of Sikhi. They murdered Sikhs, don't become the murderers of Sikhi. ਉਹਨਾਂ ਨੇ ਸਿੱਖਾਂ ਨੂੰ ਕਤਲ ਕੀਤਾ, ਤੁਸੀਂ ਸਿੱਖੀ ਦੇ ਕਾਤਲ ਨਾ ਬਣੋ। ਇਹ ਸੰਤ ਜਨੈਲ ਸਿੰਘ ਭਿੰਡਰਾਂਵਾਲੇ ਨੇ ਇਹ ਪੰਥ ਨੂੰ ਜਗਾਇਆ। Just to end with, ਦੋ ਕੁ ਮਿੰਟ ਮੈਂ ਬੋਲ ਕੇ ਫਿਰ ਸਮਾਪਤੀ ਕਰਦਾ ਹਾਂ, ਬਿਕੋਜ਼ ਆਈ ਥਿੰਕ ਇਸ ਵਰਦੀ ਆਫ ਮੈਂਸ਼ਨਿੰਗ। ਸ਼ਹੀਦ ਭਾਈ ਫੌਜਾ ਸਿੰਘ, ਸ਼ਹੀਦ ਭਾਈ ਫੌਜਾ ਸਿੰਘ ਕੌਣ ਸੀ? ਸ਼ਹੀਦ ਭਾਈ ਫੌਜਾ ਸਿੰਘ ਜ਼ਿਕਰ ਕਰਕੇ ਫਿਰ ਸਮਾਪਤੀ ਹੈ। ਮੈਂ ਬੇਨਤੀ ਕਰੂੰਗਾ ਪ੍ਰਬੰਧਕ ਵੀਰਾਂ ਨੂੰ, ਪੀਪਲ ਓਰਗਨਾਈਜ਼ ਪ੍ਰੋਗਰਾਮ ਫਾਰ ਦ ਨੈਕਸਟ ਸਪੀਕਰਸ। ਹਾਂਜੀ ਜੀ, ਅੱਛਾ। ਵੈਸੇ ਦਾਸ, ਜੇ ਬਾਕੀ ਗੁਰੂ ਕੇ ਸਿੱਖ ਆ ਤੇ ਤੇਰਾ ਗੁਰਸਿੱਖ, ਟੂ ਡੂ ਬਿਵ ਜਸਟਿਸ ਇਫ ਦੇ ਕੈਨ ਪਬਲਿਕ ਫਾਲੋ ਆਨ, ਦੈਟ ਬੀ ਅ ਗੁੱਡ ਆਈਡੀਆ। ਸ਼ਹੀਦ ਭਾਈ ਫੌਜਾ ਸਿੰਘ ਕੌਣ ਸਨ? ਸ਼ਹੀਦ ਭਾਈ ਫੌਜਾ ਸਿੰਘ, ਉਹਨਾਂ ਦਾ ਜਨਮ ਹੋਇਆ ਸੀ 1936 ਦੇ ਵਿੱਚ, 1936, ਦੈਟ ਮੇਕਸ ਹੀ ਵਾਸ 42 ਇਅਰਸ ਓਲਡ, 42 ਸਾਲ ਦੇ ਸੀ ਜਦੋਂ ਸ਼ਹੀਦ ਹੋਏ। ਹਜੇ ਤੱਕ ਬੰਦਾ ਸੋਚਦਾ ਮੇਰੀ ਚਿੱਟੀ ਦਾੜੀ ਹੋ ਗਈ, ਆ ਗਿਆ ਵਾਈ ਹੈ, ਮੇਰੇ ਦੋਤੇ ਪੋਤੇ ਹੋਣਗੇ, ਪੀਪਲ ਮੇਕ ਸੋ ਮੈਨੀ ਪਲਾਨਸ ਰਿਟਾਇਰਮੈਂਟ। ਪਰ ਭਾਈ ਸਾਹਿਬ ਇੱਦਾਂ ਪਲਾਨ ਨਹੀਂ ਬਣਾਏ। ਹਿਸ ਪਲਾਨ ਕੀ ਸੀ? ਟੂ ਲਵ ਦ ਗੁਰੂ, ਟੂ ਸਰਵ ਦ ਗੁਰੂ ਐਂਡ ਡਾਈ ਫੋਰ ਦ ਗੁਰੂ। ਭਾਈ ਸਾਹਿਬ ਨੇ ਛੋਟੀ ਉਮਰ ਵਿੱਚ, ਉਹਨਾਂ ਨੇ ਅੰਮ੍ਰਿਤ ਛਕਿਆ ਸੀ ਸਕੂਲ ਦੀ ਉਮਰ ਦੇ ਵਿੱਚ, ਅੰਮ੍ਰਿਤ ਛਕਿਆ ਸੀ। ਦਾਸ ਨੇ ਕਈ ਗੱਲਾਂ ਸਾਂਝੀਆਂ ਕਰਨ ਜੋ ਬੀਬੀ ਜੀ ਨੇ ਦਾਸ ਨੂੰ ਕਹੀਆਂ ਸੀ, ਭਾਈ ਸਾਹਿਬ ਵਾਈਫ ਸ਼ਾਇਦ ਨਹੀਂ ਆ ਸ਼ਾਇਦ ਆ ਇਹ ਦਿਸ ਇਜ਼ ਫਰਮ ਦ ਬੁੱਕ ਕੁਰਬਾਨੀ ਐਂਡ ਆਲਸੋ ਸ਼ੇਅਰ ਸਮ ਥਿੰਗਸ ਵਿੱਚ ਬੀਬੀ ਜੀ ਸ਼ਾਇਦ ਨਹੀਂ ਐਜ਼ ਵੈਲ। ਔਰ ਭਾਈ ਸਾਹਿਬ ਜੀ ਜਦੋਂ ਸਕੂਲੇ ਸੀ, ਉਹ ਇੱਕ ਮਹੀਨਾ ਅਲੋਪ ਹੋ ਗਏ ਸੀ। ਹੀ ਵੈਨਿਸ਼ਡ ਫੋਰ ਵਨ ਫੁੱਲ ਮੰਥ, ਪੂਰਾ ਮਹੀਨਾ ਹੀ ਡਿਡਨਟ ਗੋ ਹੋਮ। ਮਮ ਐਂਡ ਡੈਡ ਨੂੰ ਵੈਰੀ ਇਸ, ਮਾਂ ਬਾਪ ਪਤਾ ਨਹੀਂ ਲੱਗੇ ਫਿਰ ਸਾਡਾ ਪੁੱਤ ਕਿੱਥੇ ਚਲ ਗਿਆ। ਬਾਅਦ ਵਿੱਚ ਇੱਕ ਮਹੀਨੇ ਬਾਅਦ ਦੁਬਾਰਾ ਘਰ ਆਉਂਦੇ, ਕਮਸ ਬੈਕ ਹੋਮ, ਫੈਨਸ ਆਸ ਵੈਰੀ ਯੂ ਬੀਨ, ਵੀ ਫੋਰਗਟ ਵਾਟਸ ਹੈਪਨਡ ਟੂ ਯੂ। ਉਹ ਸਾਦਾ ਸੰਗਤ ਕਰਦੇ ਸੀ। ਹੀ ਵੈਂਟ ਐਂਡ ਵਾਸ ਜਸਟ ਡੂਇੰਗ ਸੰਗਤ, ਕੀਪਿੰਗ ਕੰਪਨੀ ਆਫ ਹੋਲੀ ਮੈਨ। ਗੁਰਦੁਆਰਾ ਚਲ ਕੇ ਪਤਾ ਨਹੀਂ ਕਿਹੜੇ ਸਾਦਾ ਸੰਗਤ ਕਰਨ ਲੱਗ ਪਏ। ਹੀ ਵਾਸ ਵੈਰੀ ਕੇਅਰ ਫਰੀ, ਬੜੇ ਬੇਪਰਵਾਹ ਹੋ ਗਏ, ਮਸਤ ਹੋ ਕੇ ਉਹ ਕਿਸੇ ਸੰਤਾਂ ਮਹਾਂਪੁਰਖਾਂ ਨੂੰ ਤੁਰ ਪਏ। ਦੈਨ ਹੀ ਵੈਂਟ ਟੂ ਖਾਲਸਾ ਕਾਲਜ ਅੰਮ੍ਰਿਤਸਰ। ਤਾਂ ਜਦੋਂ ਕਾਲਜ ਦੇ ਵਿੱਚ ਸੀ, ਉਹ ਦੁਬਾਰਾ 2 ਸਾਲ ਅਲੋਪ ਹੋ ਗਏ। ਪਿਛਲੀ ਵਾਰੀ ਹੀ ਵੈਨਿਸ਼ ਦ ਫਸਟ ਟਾਈਮ ਫੋਰ ਵਨ ਮੰਥ, ਇੱਕ ਮਹੀਨਾ ਪਹਿਲਾਂ ਉਹ ਘਰੋਂ ਨਿਕਲ ਗਏ ਸੀ, ਹੁਣ ਇਸ ਵਾਰੀ 2 ਸਾਲ ਉਹ ਘਰੋਂ ਨਿਕਲ ਗਏ, ਅਲੋਪ ਹੋ ਗਏ, ਕਿਸੇ ਨੂੰ ਪਤਾ ਨਹੀਂ ਲੱਗਿਆ ਫਿਰ ਕਿੱਥੇ ਚੱਲ ਗਏ। ਨੋ ਵਨ ਨਿਊ ਵੇਅਰ ਹੀ ਇਜ਼ ਗੋਨ ਫੋਰ 2 ਈਅਰਸ। ਹੀ ਜਸਟ ਵਾਸ ਲਾਈਕ ਅ ਕੇਅਰਫ੍ਰੀ ਹੋਲੀ ਮੈਨ, ਵਾਂਡਰਿੰਗ ਅਰਾਊਂਡ, ਗੋਇੰਗ ਟੂ ਗੁਰਦੁਆਰੇ, ਡੂਇੰਗ ਸੰਗਤ ਵਿਦ ਵੈਰੀਅਸ ਪੀਪਲ। ਹੁਣ ਕਾਲਜ ਦੇ ਵਿੱਚ ਉੱਥੇ ਉਹਨਾਂ ਦੀ ਗਲਤ ਸੰਗਤ ਮਿਲ ਪਈ। ਹੀ ਗੋਟ ਬੈਡ ਸੰਗਤ ਇਨ ਕਾਲਜ। ਇੱਥੇ ਤੱਕ ਦਾ ਭਾਈ ਫੌਜਾ ਸਿੰਘ, ਮੈਨੂੰ ਪਤਾ ਨਹੀਂ ਲੱਗਿਆ, ਫਿਰ ਬੀਬੀ ਜੀ ਨੇ ਦਾਸ ਨੂੰ ਦੱਸਿਆ, ਫਿਰ ਭਾਈ ਸਾਹਿਬ ਨੇ ਆਪਣੇ ਕੇਸ ਕਤਲ ਕਰ ਲਏ ਸੀ। ਭਾਈ ਸਾਹਿਬ ਖੱਟੇ ਹੈ, ਹੁਣ ਮੈਨੂੰ ਪਤਾ ਨਹੀਂ, ਸੋਚਣ ਦੀ ਗੱਲ, ਇੰਨੇ ਮਹਾਨ ਗੁਰਸਿੱਖ
It was a blessed zone and Pai Sahib is also made a mistake. So he had his case cutter. He had his case cutter. He only cut his hair once. He didn't cut his hair once. He only cut his hair once. And for 2 weeks he stayed like 2 weeks. He ਕਹਿੰਦੇ ਆਪ ਨਹੀਂ ਪਤਾ ਲੱਗਿਆ ਕਿਉਂ ਕੀਤਾ ਹੀ ਡਿਡਨਟ ਰੀਅਲਾਈਜ਼ ਵਾਈ ਹੈਵ ਡਨ ਦਿਸ ਕਹਿੰਦੇ ਉਹਨਾਂ ਦੀ ਗਲਤ ਸੰਗਤ ਪੈ ਗਈ ਸੀ ਬੈਡ ਕੰਪਨੀ ਤਾਂ ਇੱਥੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਆ ਸਮ ਟਾਈਮਸ ਆਈ ਰਿਮੈਂਬਰ ਜਦੋਂ ਦਾਸ ਨੇ ਨਮਨਾ ਅਮਰਸ਼ਾ ਕਿਹਾ ਸੀ ਤਾਂ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਕਹਿਣਾ ਕੋਈ ਗੱਲ ਨਹੀਂ ਪਾਰਟੀਆਂ 'ਤੇ ਜਾਇਆ ਕਰ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਗੋ ਟੂ ਪਾਰਟੀਜ਼ ਬਾਕੀ ਮਰਧਾਰੇ ਜਾਂਦੇ ਤਿੰਨ ਤੂੰ ਨਹੀਂ ਕਿਉਂ ਜਾਂਦਾ ਜਸਟ ਬਿਕੋਜ਼ ਯੂ ਟੇਕ ਅ ਨੰਬਰ ਡਸ ਮੀਨ ਯੂ ਹੈਵ ਟੂ ਲੀਵ ਯੋਰ ਫੈਮਲੀ ਬਟ ਆਮ ਨਾਟ ਲੀਵਿੰਗ ਦ ਫੈਮਲੀ ਆਈ ਜਸਟ ਡੋਨਟ ਗੋ ਟੂ ਅ ਪਲੇਸ ਵੇਅਰ ਦੇਰ ਇਜ਼ ਅਲਕੋਹਲ ਐਂਡ ਮੀ ਪਰਿਵਾਰ ਤੇ ਮੈਂ ਛੱਡ ਰਿਹਾ ਉਹ ਜਗ੍ਹਾ ਤੇ ਮੈਂ ਨਹੀਂ ਜਾਣਾ ਚਾਹੁੰਦਾ ਤੇ ਮੀਟ ਸ਼ਰਾਬ ਨਹੀਂ ਪ੍ਰੈਸ਼ਰ ਪੈ ਕੇ ਮੈਂ ਵੀ ਜਾਣ ਲੱਗ ਪਿਆ ਬੰਦਾ ਮੇਰੇ 'ਚ ਸਿੱਧਕ ਘੱਟ ਸੀ ਹਾਡੇ ਨਾਲ ਦਾ ਮਚ ਫੇਫ ਦਾ ਆਈ ਸਟਾਰਟ ਗੋ ਟੂ ਦੀਸ ਪਲੇਸਿਸ ਪਰ ਵਨ ਥਿੰਗ ਇਜ਼ ਦੈਟ ਕਈ ਬੰਦੇ ਇੱਦਾਂ ਦੇ ਮਿਲ ਪੈਂਦੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਦੇਖੋ ਵੀ ਹੈਵ ਆਨ ਸੈਪਰੇਟ ਟੇਬਲ ਫਾਰ ਮਰਤਾਰੀਸ ਪਾਰਟੀ ਦੇ ਵਿੱਚ ਵਿਆਹ ਦੇ ਵਿੱਚ ਸਾਡਾ ਵੱਖਰਾ ਟੇਬਲ ਆ ਅਸੀਂ ਕ੍ਰਿਸਪ ਖਾਣਗੇ ਉਹ ਬਾਕੀ ਸ਼ਰਾਬ ਪੀਣ ਨਾਲ ਅਸੀਂ ਡਾਂਸ ਦੇਖੋਗੇ ਉਹ ਡਾਂਸ ਕਰਦੇ ਅਸੀਂ ਡਾਂਸ ਦੇਖ ਲਓਗੇ ਇਟਸ ਟਰੂ ਦਿਸ ਤੇ ਮੈਂ ਆਪ ਦੇਖਦਾ ਹੁੰਦਾ ਸੀ ਇੱਕ ਸਾਨੂੰ ਇੱਥੇ ਤੱਕ ਸ਼ਰਾਬ ਦੀ ਬੋਤਲ ਫੜਾ ਦਿੱਤੀ ਸ਼ਰਾਬ ਸਾਡੇ ਮੂੰਹ 'ਚ ਨਹੀਂ ਪੈਣ ਲੱਗੀ ਆ ਇਟਸ ਨਾਟ ਗੋਇੰਗ ਇਨ ਆਰ ਮਾਫ ਇਜ਼ ਇਟ ਹੁਣ ਗੁਰੂ ਕੇ ਪਿਆਰਿਓ ਜੇ ਸ਼ਹੀਦ ਭਾਈ ਫੌਜਾ ਸਿੰਘ ਗਲਤ ਸੰਗਤ 'ਚ ਬਹਿ ਕੇ ਉਹ ਆਪਣੇ ਕੇਸ ਕਤਲ ਕਰ ਸਕਦੇ ਆ ਸਿੱਕੀ ਵਿੱਚ ਡੋਲ ਸਕਦੇ ਆ ਡਿੱਗ ਸਕਦੇ ਆ ਕਿ ਸਾਡੇ ਵਿੱਚ ਇੰਨਾ ਹੈ ਅਸੀਂ ਦਾਅਵਾ ਕਰ ਸਕਦੇ ਕੈਨ ਵੀ ਸੇ ਵਿਦ ਹੈਂਡ ਔਨ ਹਾਰਟ ਦੈਟ ਵੀ ਵਿਲ ਨੈਵਰ ਫਾਲ ਇਨ ਆਰ ਸਪਿਰਚੁਅਲ ਪਾਥ ਕਿ ਅਸੀਂ ਦਾਅਵੇ ਨਾਲ ਕਹਿ ਸਕਦੇ ਫਿਰ ਮਨਮੁੱਖਾਂ ਦੀ ਸੰਗਤ ਕਰਕੇ ਇੱਦਾਂ ਦੀ ਨਰਕ ਵਾਲੀ ਜਗ੍ਹਾ 'ਤੇ ਜਾ ਕੇ ਅਸੀਂ ਨਹੀਂ ਡੋਲੋਂਗੇ ਭਾਈ ਜੋਗਾ ਸਿੰਘ ਡੋਲ ਗਏ ਸੀ ਭਾਈ ਜੋਗਾ ਸਿੰਘ ਵਾਜ਼ ਅ ਸਿੱਖ ਆਫ ਗੁਰੂ ਗੋਬਿੰਦ ਸਿੰਘ ਜੀ ਬਲੈਸਡ ਹੱਥੀ ਕਲ ਕੀ ਤਰਫਾ ਦੇ ਹੱਥੀ ਅਮਰ ਸ਼ਕਿਆ ਹੀ ਚੁੱਕ ਅਮਰ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਜੀ ਐਂਡ ਈਵਨ ਹੀ ਫੈਲ ਡਾਊਨ ਇਨ ਸਪਿਰਚੁਅਲ ਪਾਥ ਭਾਈ ਜੋਗਾ ਸਿੰਘ ਸਾਰੇ ਸਾਖੀ ਜਾਣਦੇ ਔਨ ਇਸ ਵੈਡਿੰਗ ਡੇ ਗੁਰੂ ਗੋਬਿੰਦ ਸਿੰਘ ਖੋਲਡ ਹਿਮ ਆਪਣਾ ਵਿਆਹ ਛੱਡ ਕੇ ਗੁਰੂ ਗੋਬਿੰਦ ਸਿੰਘ ਪਾਸ ਦਰਸ਼ਨ ਕਰਨ ਜਾ ਰਿਹਾ ਇਜ਼ ਅ ਲੌਂਗ ਡਿਸਟੈਂਸ ਓਵਰ ਫਰੋਮ ਦ ਨੋਰਥ ਵੈਸਟ ਫਰੰਟੀਅਰ ਪਾਕਿਸਤਾਨ ਅਫਗਾਨਿਸਤਾਨ ਬੋਰਡਰ ਓਵਰ ਟੂ ਅਨੰਦਪੁਰ ਸਾਹਿਬ ਔਨ ਦ ਵੇ ਹੀ ਵਾਜ਼ ਲਿਉਰਡ ਬਾਈ ਅ ਪ੍ਰੋਸਟੀਟਿਊਟ ਵੇਸਵਾਨ ਮੋਹ ਲਿਆ ਬਟ ਕਲਗੀਧਰ ਨੇ ਫੇਰ ਬਚਾ ਦਿੱਤਾ ਗੁਰੂ ਗੋਬਿੰਦ ਸਿੰਘ ਸੇਵਡ ਹਿਮ ਕਿੱਦਾਂ ਬਚਾਇਆ By standing as a guard in front of the brothel. Veswa de khote de samne, ghar de samne, Kalgi Tarpas, aap ek pehredar de roop ch khad gaye, tab bacha liya. Tab Kalgi Tarpas ne Bhai Fauja Singh nu bachaya. 2 weeks Bhai Sahib stayed like this. Unhone inna rona aa gaya, apni khais hai, kehnde inna rona aan lag paya, kept crying. Bibi ji dasse kehnde roi gaye, main paap kama ditta. Ta shayad sanu ਪਿਛਲੇ ਕਰਮ ਸੀ ਪੂਰਬਲੇ ਕਰਮ ਸਹਿਤ ਸਾਨੂੰ ਕੋਈ ਸਬਕ ਸਿਖਾਉਣਾ ਸੀ ਸੰਗਤਾਂ ਨੂੰ ਕੁਛ ਸੇਧ ਦੇਣੀ ਸੀ ਇਤਿਹਾਸ ਵਿੱਚੋਂ ਤਾਂ ਐਨੀ ਬਡੀ ਕਨਫੋਲ ਮਤ ਦਾਅਵਾ ਕਰੋ ਫਿਰ ਅਸੀਂ ਸ਼ਰਾਬੀਆਂ ਵਿੱਚ ਬਹਿ ਕੇ ਸਾਨੂੰ ਨਹੀਂ ਕੋਈ ਫਰਕ ਪੈਣਾ ਮੈਂ ਤਾਂ ਇਹ ਬੇਨਤੀ ਕਰਦਾ ਜਿੰਨੇ ਵੀ ਸਾਡੇ ਬਾਕੀ ਕੋਈ ਮਰਜ਼ੀ ਕਰਿਓ ਇਫ ਯੂ ਨੋਟ ਟੇਕ ਅ ਨੰਬਰ ਯੂ ਵਾਟ ਯੂ ਵਾਂਟ ਪਰ ਜਿਨ੍ਹਾਂ ਨੇ ਅੰਬ ਸੋਹਾਂ ਖਾਧੀਆਂ ਕਲਗੀ ਤਰ ਪਾਸ਼ਾ ਦੇ ਸਾਹਮਣੇ ਸੋਹਾਂ ਖਾਧੀਆਂ ਜਿਨ੍ਹਾਂ ਨੇ ਮੇਰੇ ਵੀਰਾਂ ਭੈਣਾਂ ਮਤਾਵਾਂ ਬਜ਼ੁਰਗਾਂ ਨੇ ਕਿਰਪਾਨਾਂ ਪਾਈਆਂ ਸਿਰਾਂ 'ਤੇ ਦਸਤਾਰਾਂ ਸਜਾਇਆ ਘੱਟ ਗਿਆ ਤੁਸੀਂ ਤਾਂ ਸੋਹਾਂ ਖਾਧੀਆਂ ਕਲਗੀ ਤਰਪਾ ਦੇ ਸਾਹਮਣੇ ਤਾਂ ਫਿਰ ਅਸੀਂ ਪੂਰਾ ਧਨ ਮਨ ਧਨ ਅਸੀਂ ਗੁਰੂ ਨੂੰ ਸੌਂਪ ਦੇਵਾਂਗੇ ਤਾਂ ਵੀ ਗਨ ਗਿਵ ਐਵਰੀਥਿੰਗ ਟੂ ਦ ਗੁਰੂ ਤਾਂ ਘੱਟ ਤੋਂ ਘੱਟ ਤੁਸੀਂ ਨਾ ਜਾਇਆ ਕੋਈ ਤਾਂ ਜਗ੍ਹਾ 'ਤੇ ਜਿੱਥੇ ਸ਼ਰਾਬ ਹੈ ਜਿੱਥੇ ਗਲਤ ਸੰਗਤ ਆ ਜੇ ਅਸੀਂ ਨਹੀਂ ਬੋਇਕਟ ਕਰੋਂਗੇ ਬਾਬਾ ਜੀ ਨਹੀਂ ਕਿਉਂ ਆਏ ਚਾਚਾ ਜੀ ਨਹੀਂ ਕਿਉਂ ਆਏ ਮਾਸੀ ਨਹੀਂ ਕਿਉਂ ਆਏ ਅਤੇ ਉਹ ਉੱਥੇ ਨਹੀਂ ਆਉਂਦੇ ਜਿੱਥੇ ਸ਼ਰਾਬ ਆ ਹੌਲੀ ਪਤਾ ਕੀ ਹੋਗਾ ਲੋਕਾਂ ਨੇ ਇੱਦਾਂ ਦੇ ਵਿਆਹ ਕਰਨੇ ਹੱਟ ਜਿੰਨੇ ਵੈਜੀਟੇਰੀਅਨ ਵਿਆਹ ਕਰਨੇ ਸ਼ੁਰੂ ਕਰ ਦੇਣੇ ਜਦੋਂ ਸਾਡੀ ਮਾਸੀ ਨਹੀਂ ਆ ਸਕਦੀ ਬੀਬੀ ਨੇ ਨਹੀਂ ਆਉਣਾ ਮੇਰੇ ਮਾਮੇ ਦੇ ਪੁੱਤ ਨੇ ਨਹੀਂ ਆਉਣਾ ਵਿਆਹ 'ਤੇ ਤਾਂ ਇੱਦਾਂ ਦਾ ਵਿਆਹ ਕਰ ਜਿੱਥੇ ਸਾਰੇ ਆ ਸਕਦੇ ਆ
ਇੰਨੀ ਗੱਲ ਨਾ, ਪਰ ਅਸੀਂ ਕਰਦੇ ਨਹੀਂ, ਅਸੀਂ ਕਹਿੰਦੇ ਚਲੋ ਅਸੀਂ ਆਪ ਹੀ, ਅਸੀਂ ਆਪ ਗੁਰਸਿੱਖੀ ਨੂੰ ਤਿਆਗ ਕੇ ਅਸੀਂ ਮਨਮੁਖੀ ਕੰਮ ਕਰਨ ਲੱਗ ਪੈਂਦੇ, ਫਿਰ ਇੱਥੇ ਸਟੇਜਾਂ 'ਤੇ ਅਸੀਂ ਕਹਿੰਦੇ ਸ਼ਰਾਬ ਨਾ ਪੀਆ ਕਰੋ, ਜਾਂ ਲੰਗਰ ਹਾਲ ਵਿੱਚ ਬੀਬੀਆਂ ਆ ਫਲਾਣਾ ਬਹੁਤ ਸ਼ਰਾਬ ਪੀਂਦਾ, ਪਰ ਅਸੀਂ ਆਪ ਉਹਨਾਂ ਦੀ ਜਗ੍ਹਾ 'ਤੇ ਜਾਂਦੇ ਜੇ ਲੋਕੀ ਸ਼ਰਾਬਾਂ ਪੜਾਉਂਦੇ ਆ, ਆਪ ਘਰਾਂ ਵਿੱਚ ਉੱਥੇ ਬਹਿੰਦੇ ਅਤੇ ਜੇ ਲੋਕੀ ਸ਼ਰਾਬ ਪਾਉਂਦੇ, ਹਰੇਕ ਬੰਦਾ ਜੇ ਸਟੈਂਡ ਲੈ, ਮੇਰੇ ਮੈਂ ਆ ਤੁਹਾਡਾ ਜਿਹੜਾ ਪਰਿਵਾਰ ਸਤਿਕਾਰ ਕਰੂਗਾ, ਮੇਰਾ ਆਹ ਫੈਮਿਲੀ ਜਿਹੜੀ ਆ, ਮੈਨੂੰ ਯਾਦ ਮੇਰਾ ਮਾਮੇ ਦਾ ਮੁੰਡਾ ਉਹ ਸ਼ਰਾਬ ਸ਼ਰਾਬ ਪੀਂਦਾ, ਉਹ ਕਹਿੰਦਾ ਮਨਵੀਰ ਤੋਂ ਪਾਰਟੀ ਵਿੱਚ ਕਿਉਂ ਨਹੀਂ ਆਇਆ, ਤਾਂ ਮੈਂ ਕਿਹਾ ਵੀ ਮੇਰਾ ਜਿੱਥੇ ਮੈਂ ਜਿੱਥੇ ਸ਼ਰਾਬ ਹੈ ਮੈਂ ਉੱਥੇ ਨਹੀਂ ਜਾਣਾ, ਉਹਦੇ ਉਹਦੇ ਸ਼ਰਾਬ ਪੀਤੀ ਸੀ, ਮੈਂ ਗੱਡੀ 'ਚ ਬੈਠਾ ਸੀ, ਅੱਜ ਸਟੇਜ ਨੂੰ ਦਿਖਾ। ਬਾਅਦ ਦੇ ਵਿੱਚ ਮੈਂ ਬਸ ਇਹ ਸਾਂਝਾ ਕਰ, ਥੋੜ੍ਹਾ ਜਿਹਾ ਹੌਸਲਾ ਦੇਣ ਵਾਸਤੇ, ਗਿਵ ਸਮ ਮੋਰਲ ਸਪੋਰਟ ਫੋਰ ਦੋਜ਼ ਯੂ ਵਾਂਟ ਟੂ ਡੂ ਦਿਸ, ਬਟ ਸਮ ਟਾਈਮਸ ਪ੍ਰੈਸ਼ਰ ਆਫ ਫੈਮਿਲੀ। ਉਹਨੇ ਆ ਕੇ ਕਹਿ ਦਿੱਤਾ, ਕਹਿੰਦਾ ਆਈ ਰਿਸਪੈਕਟ ਯੂ, ਕਹਿੰਦਾ ਮੈਂ ਤੇਰਾ ਰਿਸਪੈਕਟ ਕਰਦਾ, ਮੈਂ ਤੇਰਾ ਸਤਿਕਾਰ ਕਰਦਾ, ਕਹਿੰਦਾ ਮੀਨਸ ਯੂ ਗੋਟ ਯੂ ਹੈਵ ਸੈਲਫ ਰਿਸਪੈਕਟ, ਤੇਰਾ ਜਿਹੜਾ ਬੰਦਾ ਸਿੱਖੀ ਦਾ ਰਿਸਪੈਕਟ ਕਰਦਾ, ਕਹਿੰਦਾ ਰਿਸਪੈਕਟ ਯੂ। ਹੁਣ ਜੇ ਮੈਂ ਜਾਂਦਾ ਖੁਸ਼ ਤਾਂ ਹੋਣਾ ਸੀ, ਆ ਗਿਆ ਉਹਨੂੰ ਉੱਥੋਂ ਹੀ ਸਾਡਾ ਭੰਗੜਾ ਪਾ, ਪਰ ਉਹਨੇ ਫਿਰ ਸਿੱਖੀ ਦੀ ਰਿਸਪੈਕਟ, ਹੁਣ ਸਗੋਂ ਜ਼ਿਆਦਾ ਰਿਸਪੈਕਟ ਕਰਦਾ, ਰਿਸਪੈਕਟ ਸਿੱਖੀ ਮੋ। ਗੁਰੂ ਕਿਰਪਾ ਕਰ, ਮਾਫ਼ ਮੇਰੇ ਮਨ ਦੀ ਇੱਕ ਗੱਲ ਸੀ ਮੈਂ ਸਾਂਝੀ ਕਰਨੀ ਸੀ। ਭਾਈ ਸਾਹਿਬ ਹੀ ਬਿਕਮਸ ਪਤਿਤ, ਸਿੱਖੀ ਤੋਂ ਦੂਰ ਹੁੰਦੇ ਆ ਜਸਟ ਫੋਰ 2 ਵੀਕਸ, ਥੋੜ੍ਹਾ ਸਮਾਂ ਸੀ। ਦੈਨ ਭਾਈ ਸਾਹਿਬ ਗੋਜ਼ ਟੂ ਅੰਮ੍ਰਿਤ ਸੰਚਾਰ, ਕਹਿੰਦੇ ਮੈਨੂੰ ਮੈਂ ਪਤਿਤ ਹੋ ਗਿਆ, ਮੈਂ ਗੁਰੂ ਤੋਂ ਬੇਮੁੱਖ ਹੋ ਗਿਆ, ਮੈਨੂੰ ਗੁਰੂ ਨਾਲ ਮਿਲਾਓ, ਪਲੀਜ਼ ਮੇਕ ਮੀ ਮੀਟ ਦ ਗੁਰੂ। ਲੁਧਿਆਣੇ ਵਿੱਚ ਅੰਮ੍ਰਿਤ ਸੰਚਾਰ ਹੋਇਆ, ਅਖੰਡ ਕੀਰਤਨੀ ਜੱਥਾ ਦਾ ਸਮਾਗਮ ਸੀ ਲੁਧਿਆਣੇ ਦੇ ਵਿੱਚ, ਤਾਂ ਭਾਈ ਫੌਜਾ ਸਿੰਘ ਉੱਥੇ ਪੇਸ਼ ਹੋਏ। ਜਦੋਂ ਪੇਸ਼ ਹੋਏ, ਬੀਬੀ ਅਮਰਜੀਤ ਕੌਰ ਦੇ ਸਿੰਘ ਨੇ ਇਸ ਵਾਈਫ ਸੈਡ ਦੀ ਸਟੋਰੀ, ਬੀਬੀ ਜੀ ਦੱਸਦੇ ਕਹਿੰਦੇ ਫਿਰ ਭਾਈ ਫੌਜਾ ਸਿੰਘ ਜਦੋਂ ਪੇਸ਼ ਗਏ ਉੱਥੇ, ਜਿਹੜੇ ਪੰਜ ਪਿਆਰੇ ਸੀ, ਪੰਜ ਪਿਆਰੇ ਕਹਿੰਦੇ ਸੀ ਤੈਨੂੰ ਅੰਮ੍ਰਿਤ ਨਹੀਂ ਛਕਾਉਣਾ, ਦਿਲੋਂ ਤੈਨੂੰ ਗਿਵ ਯੂ ਅੰਮ੍ਰਿਤ। ਫਿਰ ਕਹਿੰਦੇ ਜੇ ਕਹਿੰਦੇ ਭਾਈ ਸਾਹਿਬ ਖੜਾਏ, ਕਹਿੰਦੇ ਭਾਈ ਸਾਹਿਬ ਰੋਂਦੇ ਰਹੇ ਅੰਮ੍ਰਿਤ ਸੰਚਾਰ, ਮੈਨੂੰ ਅੰਮ੍ਰਿਤ, ਮੈਨੂੰ ਮਾਫ਼ ਕਰ ਦਿਓ, ਉਹਨੂੰ ਬਖਸ਼ ਦਿਓ ਫਰਗਿਵ ਮੀ। ਤਾਂ ਪੰਜ ਪਿਆਰੇ ਕਹਿੰਦੇ ਚਲੋ ਜੇ ਸਾਡਾ ਕਹਿਣਾ ਨਹੀਂ ਮੰਨਣਾ, ਇਫ ਯੂ ਐਕਸੈਪਟ ਵੀ ਓਡ ਯੂ ਟੂ ਡੂ, ਕਹਿੰਦੇ ਜਾ ਕੇ ਰੇਲਵੇ ਲਾਈਨ 'ਤੇ ਲੰਮਾ ਪੈ ਜਾ, ਗੋ ਐਂਡ ਲਾਈ ਡਾਊਨ ਇਨ ਦ ਰੇਲਵੇ ਲਾਈਨ। ਤਾਂ ਭਾਈ ਫੌਜਾ ਸਿੰਘ ਨੇ ਸੱਤ ਬਚਨ ਮੰਨ ਕੇ ਹੀ ਵੈਂਟ ਐਂਡ ਲਾਈ ਡਾਊਨ ਇਨ ਦ ਰੇਲਵੇ ਲਾਈਨ। ਨਾਲ ਪੰਜ ਪਿਆਰੇ ਨੇ ਇੱਕ ਸਿੰਘ ਭੇਜਿਆ, ਕਹਿੰਦੇ ਜਦੋਂ ਇਹ ਲੰਮਾ ਪਊਗਾ, ਜੇ ਲੰਮਾ ਪਊਗਾ, ਤੈਨੂੰ ਕਹਿ ਦੇਣਾ ਫਿਰ ਪੰਜਾਂ ਦਾ ਹੁਕਮ ਆ, ਤੈਨੂੰ ਵਾਪਸ ਲਿਆਓ। ਇਫ ਹੀ ਡਜ਼ ਲਾਈ ਡਾਊਨ ਇਨ ਦ ਰੇਲਵੇ ਲਾਈਨ, ਤਾਂ ਪੰਜ ਪਿਆਰੇ ਠੋੜ ਸਿੰਘ ਗੋ ਐਂਡ ਕਾਲ ਹਿਮ ਬੈਕ, ਬ੍ਰਿੰਗ ਹਿਮ ਅਪ ਐਂਡ ਟੈਲ ਹਿਮ ਦੈਟ ਦ ਪੰਜ ਪਿਆਰੇ ਹੈਵ ਓਰਡਰਡ ਦੈਟ ਯੂ ਮਸਟ ਕਮ ਬੈਕ। ਇੱਦਾਂ ਹੋਇਆ, ਭਾਈ ਸਾਹਿਬ ਲੰਮੇ ਪੈ ਗਏ ਲਾਈਨ ਦੇ ਵਿੱਚ, ਮਤਲਬ ਕੀ ਹੈ, ਸਭ ਕੁਛ ਦੇਣ ਨੂੰ ਤਿਆਰ ਆ, ਤਨ ਮਨ ਤਨ ਦ ਮਾਇੰਡ ਬਾਡੀ ਵੈਲਥ ਐਵਰੀਥਿੰਗ ਤੇ ਵਿਲਿੰਗ ਟੂ ਗਿਵ ਟੂ ਗੁਰੂ। ਸੱਚਮੁੱਚ ਜਿਹੜੇ ਸਾਡੇ ਵਿੱਚ ਤਾਂ ਇਹ ਗੁਰੂ ਕੇ ਸਿੱਖਾਂ 'ਚ ਇਹ ਫਰਕ ਆ, ਬਸਕ ਅਸੀਂ ਕਿਰਪਾਨਾਂ ਪਾ ਲਈਆਂ, ਅਸੀਂ ਹਜੇ ਸਿਰ ਨਹੀਂ ਦਿੱਤੇ, ਅੰਦਰ ਦੀ ਆਪਣੀ ਸੋਚ ਨਹੀਂ ਦਿੱਤੀ ਗੁਰੂ ਨੂੰ, ਇਸੇ ਕਰਕੇ ਵਿੱਚ ਨਹੀਂ। ਪੰਜਾਬ ਦੇ ਵਿੱਚ ਵੀ ਅਸੀਂ ਕਹਿੰਦੇ ਖਾਲਿਸਤਾਨ ਬਣਾਉਣਾ, ਵਧੀਆ ਗੱਲ ਆ, ਪਰ ਮਾਫ਼ ਕਰਨਾ, ਬਸ਼ੱਕ ਨਹੀਂ, ਤੁਸੀਂ ਸਾਰੇ ਸਿੰਘਾਂ ਨੂੰ ਇਕੱਠੇ ਕਰਕੇ, ਜਿਹੜੇ ਪੱਗਾਂ ਬੰਨੀਆਂ ਸਾਰੇ ਇਕੱਠੇ ਕਰਕੇ ਪੁੱਛ ਲਓ ਤੁਸੀਂ ਖਾਲਸਾ ਰਾਜ ਚਾਹੁੰਦੇ ਆ, ਤਾਂ ਮਾਫ਼ ਕਰ, ਉਹਨਾਂ ਵਿੱਚੋਂ ਵੀ ਘੱਟ ਗਿਣਤੀ ਹੋਊਗੀ। ਉਹਨਾਂ ਵਿੱਚ ਕਿਉਂ? ਕਿਉਂਕਿ ਸਿੱਖੀ ਸੋਚ ਹੀ ਹੈ ਨਹੀਂ। ਵੈਨ ਵੀ ਡੋਂਟ ਹੈਵ ਸਿੱਖ ਥਿੰਕਿੰਗ, ਦੈਨ ਵਾਹ ਵੀ ਮੇਕਿੰਗ, ਪਹਿਲਾਂ ਅਸੀਂ ਸਿੱਖੀ ਸੋਚ ਪੈਦਾ ਕਰੀਏ। ਘੱਟ ਤੋਂ ਘੱਟ ਜਿਹਨੇ ਸਾਡੇ ਨੇ ਅੰਮ੍ਰਿਤ ਛਕਿਆ, ਸਾਡੇ ਅੰਦਰ ਸਿੱਖੀ ਸੋਚ ਆਵੇ। ਸੋਚ ਕਿੱਦਾਂ ਆਉਣਿਆ? ਸਾਨੂੰ ਮਰਿਆਦਾ ਨਾਲ ਜੁੜੀਏ, ਵੀ ਨੀਡ ਟੂ ਹੈਵ ਨੌਲੇਜ, ਅਸੀਂ ਆਪ ਕਥਾ ਸੁਣੀਏ, ਗੁਰਬਾਣੀ ਪੜ੍ਹੀਏ ਅਤੇ ਵਿਚਾਰੀਏ। ਵੈਨ ਵੀ ਗੈ ਸਿੱਖੀ ਸੋਚ ਐਂਡ ਵੀ ਫੋਲੋ ਪ੍ਰਿੰਸੀਪਲਸ, ਅਸੀਂ ਅਸੂਲਾਂ 'ਤੇ ਰਹਿਣਗੇ, ਆਪਣੇ ਆਪ ਸਿੱਖ ਪੈਦਾ ਹੋਣਗੇ, ਆਪਣੇ ਆਪ ਸਾਡੇ ਮਾਰਜ ਸਾਡੇ ਘਰ ਵੀ ਸਵਾਰ ਦੇਣੇ। ਭਾਈ ਸਾਹਿਬ ਦੁਬਾਰਾ ਆਏ ਤਾਂ ਉਹਨਾਂ ਨੂੰ ਫਿਰ ਨਾਮ ਦੀ ਬਖਸ਼ਿਸ਼ ਹੁੰਦੀ ਆ, ਅੰਮ੍ਰਿਤ ਛਕਦੇ ਆ, ਤਾਂ ਭਾਈ ਸਾਹਿਬ ਜੀ ਦੁਬਾਰਾ ਖਾਲਸੇ ਪੰਥ ਵਿੱਚ ਸ਼ਾਮਿਲ ਹੋ ਜਾਂਦੇ ਆ।
Pai Sahib from that day on, Pai Sahib goes in Chardi Kala into Chardi Kala. ਹੁਣ ਕੀ ਹੁੰਦਾ 1965 ਵਿੱਚ ਬੀਬੀ ਅਮਰਜੀਤ ਕੌਰ, ਇਹਨਾਂ ਦੀ ਫੋਟੋ ਇੱਥੇ ਆ ਬੀਬੀ ਜੀ ਦੀ, ਇਹਨਾਂ ਨਾਲ ਆਨੰਦ ਕਾਰਜ ਹੁੰਦਾ। ਨੇ ਬੀਬੀ ਅਮਰਜੀਤ ਕੌਰ ਬਾਰੇ ਦੱਸਦਾ, ਬੀਬੀ ਜੀ ਤਾਂ ਭਾਈ ਸਾਹਿਬ ਇਕੱਠੇ ਕੰਮ ਕਰਦੇ ਸੀ, ਚਾਹੇ ਪੜ੍ਹਦੇ ਸੀ ਪੂਰਾ ਜਾਂ ਸ਼ਾਇਦ ਕੰਮ ਜਾਂ ਪੜ੍ਹਦੇ ਸੀ, ਵਨ ਦੀ ਅੱਧ ਵਰਕ ਟੂ ਉਹ ਸਟੱਡੀ ਟੁਗੈਦਰ। ਬੀਬੀ ਜੀ ਜਿਹੜੇ ਆ ਉਹ ਅਕਾਲ ਤਖ਼ਤ ਸਾਹਿਬ ਦੇ ਸਾਈਡ 'ਤੇ ਇੱਕ ਕਮਰਾ ਉੱਥੇ ਰਹਿੰਦੇ ਆ। ਅਕਾਲ ਤਖ਼ਤ ਸਾਹਿਬ ਇਮਾਜਿਨ, ਅਕਾਲ ਤਖ਼ਤ ਸੇ ਆ ਨਿਸ਼ਾਨ ਸਾਹਿਬ ਇੱਥੇ ਆ, ਉੱਥੇ ਪੌੜੀਆਂ ਚੜ੍ਹਦੇ ਅਤੇ ਯਾਦਗਾਰ ਬਣਾਇਆ ਵਾ, ਦਿਸ ਮੈਮੋਰੀਅਲ ਵੀ ਮੇਡ ਫਰੋਮ 1984। ਪੌੜੀਆਂ ਚੜ੍ਹਦੀਆਂ, ਅਸੀਂ ਗੋਇੰਗ ਐਗਜ਼ਿਟਿੰਗ ਆਊਟ ਸਾਈਡ, ਬਾਹਰ ਜਾ ਰਹੇ ਆ, ਟੂ ਦ ਸਾਈਡ ਪੌੜੀਆਂ ਚੜ੍ਹਦੀਆਂ, ਦੇ ਸਟੈਪਸ ਗੋਇੰਗ ਅਪ, ਦੇ ਰੂਮ ਇਜ਼ ਦ ਸੈਕੰਡ ਸਟੋਰੀ, ਦੂਜੀ ਮੰਜ਼ਿਲ 'ਤੇ ਬੀਬੀ ਜੀ ਰਹਿੰਦੇ ਆ। ਆਈ ਵੈਂਟ ਟੂ ਸੀ ਆ, ਜਦੋਂ ਦਾਸ ਇੰਡੀਆ ਜਨ ਤਕਰੀਬ ਬੀਬੀ ਜੀ ਦਰਸ਼ਨ ਕਰਨ ਕਰਦਾ ਹੁੰਦਾ, ਕੋਸ਼ਿਸ਼ ਹੁੰਦੀ ਆ। ਤਾਂ ਆਈ ਵਾਸ ਵੈਰੀ ਸੈਡਨ ਦ ਫਸਟ ਆਈ ਵੈਂਟ ਟੂ ਸੀ ਬੀਬੀ ਜੀ, ਮੇਰੇ ਮਨ 'ਚ ਬੜਾ ਦੁੱਖ ਲੱਗਾ ਜਦੋਂ ਬੀਬੀ ਜੀ ਮਿਲਣ ਗਿਆ। ਇਸ ਵਨ ਆਈ ਵੈਂਟ ਟੂ ਸੀ ਬੀਬੀ ਜੀ, ਕਮਰਾ ਦਿੱਤਾ ਬੀਬੀ ਜੀ, ਪਹਿਲਾਂ ਪਰਿਕਰਮਾ ਸੁਣਦੇ ਹੁੰਦੇ ਸੀ ਬੀਬੀ ਬੀਬੀ ਜੀ। ਵਨ ਭਾਈ ਫੌਜਾ ਸਿੰਘ ਬਖੈਮ ਸ਼ਹੀਦ, ਸ਼ੀ ਯੂਸ ਟੂ ਸਲੀਪ ਇਨ ਦ ਪਰਿਕਰਮਾ। ਪਰਿਕਰਮਾ ਮੀਨਸ ਦ ਸਰਕਮਫਰੈਂਸ, ਦ ਏਰੀਆ ਅਰਾਊਂਡ ਦ ਸਰੋਵਰ, ਦ ਹੋਲੀ ਲੇਕ, ਉਹਨੂੰ ਪਰਿਕਰਮਾ ਕਹਿੰਦੇ ਆ। ਜਸਟ ਫੋਰ ਦੋਜ਼ ਯੂ ਡੋਂਟ ਨੋ, ਬੀਬੀ ਜੀ ਯੂਸ ਟੂ ਸਲੀਪ ਔਨ ਦ ਮਾਰਬਲ ਏਰੀਆ ਔਨ ਦ ਆਊਟਸਾਈਡ, ਪਰਿਕਰਮਾ ਸੁਣਦੇ ਹੁੰਦੇ ਸੀ। ਇੱਕ ਦਿਨ ਜਦੋਂ ਤੁਰਦੇ ਸੀ ਤਾਂ ਸੰਤਾਂ ਨੇ ਪੁੱਛਿਆ ਫਤਿਹ ਬੁਲਾਏ, ਤਾਂ ਪਤਾ ਲੱਗੇ ਵੀ ਸ਼ਹੀਦ ਭਾਈ ਫੌਜਾ ਦੀ ਸਿੰਘ ਭਾਈ ਸ਼ਹੀਦ ਭਾਈ ਫੌਜਾ ਸਿੰਘ ਦੀ ਸਿੰਘਣੀ ਆ। ਤਾਂ ਪੁੱਛਿਆ ਵੀ ਬੀਬੀ ਜੀ, ਬੀਬੀ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਬੀਬੀ ਜੀ ਤੁਸੀਂ ਕਿੱਥੇ, ਤੁਹਾਡਾ ਥਾਂ ਟਿਕਾਣਾ ਕਿੱਥੇ, ਵੇਅਰ ਡੂ ਯੂ ਰੈਸਟ, ਕਹਿੰਦੇ ਮੈਂ ਇੱਥੇ ਸੌਂਦੀ ਹੁੰਦੀ ਆ, ਮੈਂ ਕਰ ਅਸਲੀ ਪਰਿਕਰਮਾ। ਫਿਰ ਸੰਤਾਂ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਦੱਸਿਆ, ਗੁਰਦੁਆਰਾ ਕਮੇਟੀ ਨੂੰ ਦੱਸਿਆ ਕਿ ਬੀਬੀ ਜੀ ਸ਼ਹੀਦਾਂ ਦੀ ਸਿੰਘਣੀ ਹੋਵੇ, ਸ਼ਹੀਦ ਸਿੰਘ ਦੀ ਸਿੰਘਣੀ ਹੋਵੇ, ਇਸ ਦਾ ਵਾਈਫ ਵਾਜ਼ ਸ਼ਹੀਦ ਐਂਡ ਸ਼ੀ ਸਲੀਪਿੰਗ ਔਨ ਦ ਆਊਟਸਾਈਡ, ਦਿਸ ਇਜ਼ ਡਿਸਗ੍ਰੇਸਫੁਲ। ਦੈਨ ਦ ਸ਼੍ਰੋਮਣੀ ਪ੍ਰਬੰਧਕ ਕਮੇਟੀ, ਦ ਕਮੇਟੀ ਆਫ ਦ ਗੁਰਦੁਆਰਾ, ਉਹਨਾਂ ਨੇ ਕਮਰਾ ਦਿੱਤਾ। ਨੈਕਸਟ ਅਕਾਲ ਤਖ਼ਤ ਸਾਹਿਬ, ਵਨ ਐਂਟਰ ਦ ਰੂਮ, ਦ ਪਿਜਨਸ ਫਲਾਈਸ, ਕਬੂਤਰ ਘੁੰਮਦੇ ਸੀ, ਐਂਡ ਇਸ ਐਂਡ ਦ ਰੂਮ ਸਮੈਲਟ ਆਫ ਆਫ ਪਿਜਨਸ, ਕਬੂਤਰਾਂ ਦੀ ਮਹਿਕ ਆਉਂਦੀ ਸੀ, ਬੋ ਆ ਰਹੀ ਸੀ ਕਮਰੇ ਤੋਂ। ਅਤੇ ਮੇਰੇ ਮਨ 'ਚ ਇੱਕ ਫੁਰਨਾ ਆਇਆ, ਮੇਰੇ ਮਨ 'ਚ ਆਇਆ ਸ਼ਹੀਦ ਸਿੰਘ ਦੇ ਸਿੰਘ ਦੀ ਸਿੰਘਣੀ ਹੋਵੇ, ਅ ਵਾਈਫ ਆਫ ਅ ਸ਼ਹੀਦ ਸਿੰਘ, ਐਂਡ ਸ਼ੀ ਇਨ ਸੱਚ ਆਈ ਯੂ ਨੋ ਅ ਰੂਮ, ਅ ਸਮੋਲ ਰੂਮ, ਵੈਰ ਇਸ ਪਿਜਨਸ ਫਲਾਇੰਗ ਅਰਾਊਂਡ, ਐਂਡ ਇਸ ਪਿਜਨ ਡਰੋਪਿੰਗਸ, ਐਂਡ ਇਟ ਸਮੈਲਸ, ਬੋ ਆ ਰਹੀ ਆ, ਤਾਂ ਜੋ ਕਬੂਤਰ ਘੁੰਮ ਰਹੇ ਆ। ਆਈ ਵਾਸ ਥਿੰਕਿੰਗ ਬੱਚਾ ਦਿਸ ਇਜ਼ ਨੋਟ ਰਾਈਟ। ਉਦੋਂ ਹੀ ਮੇਰੇ ਮਨ 'ਚ ਫੁਰਨਾ ਆਇਆ, ਤਾਂ ਬੀਬੀ ਜੀ ਨੇ ਗੱਲ ਕਹੀ, ਕਹਿੰਦੀ ਮੇਰੇ ਕਿੰਨੇ ਵੱਡੇ ਪਾ ਗਿਆ, ਹਾਓ ਬਲੈਸਡ ਆ ਮਾਈ। ਮੈਂ ਕਿਹਾ ਦੱਸੋ ਬੀਬੀ ਜੀ, ਉਹਨਾਂ ਦੇ ਜਿਹੜੀ ਖਿੜਕੀ ਨਹੀਂ ਹੈ, ਵਿੰਡੋ ਇਜ਼ ਓਲਵੇਜ਼ ਓਪਨ, ਵਨੀ ਲੁਕਾ ਸਾ ਦ ਵਿੰਡੋ, ਖਿੜਕੀ ਤੋਂ ਬਾਹਰ ਦੇਖੋ ਤਾਂ ਤੁਹਾਨੂੰ ਕੀ ਨਜ਼ਰ ਆਉਂਦਾ, ਦਰਬਾਰ ਸਾਹਿਬ, ਐਂ ਜੀ ਸੀ ਡਾਇਰੈਕਟ ਦਰਬਾਰ ਸਾਹਿਬ, ਦਰਬਾਰ ਸਾਹਿਬ ਦਰਸ਼ਨ ਹੁੰਦੇ ਆ। ਕਹਿੰਦੀ ਦੇਖੋ ਪਾਤਸ਼ਾਹ ਮੈਨੂੰ ਸੱਚਖੰਡ ਵਿੱਚ ਜਗ੍ਹਾ ਬਖਸ਼ ਦਿੱਤੀ ਆ, ਤਾਂ ਗੁਰੂ ਇਜ਼ ਗਿਵ ਮੀ ਅ ਪਲੇਸ ਇਨ ਸੱਚਖੰਡ ਟੂ ਲਿਵ। ਕਹਿੰਦੀ ਦੇਖੋ ਮੈਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜਿਉਂਦੀ ਹਾਂ, ਬਿਕਾਜ਼ ਮੈਂ ਕਿੰਨੀ ਵਡਭਾਗੀ ਹਾਂ, ਮੈਂ ਆਮ ਫੀਲਿੰਗ ਸੋਰੀ, ਮੈਂ ਅਫਸੋਸ ਮਨਾ ਰਿਹਾ, ਤਾਂ ਬੀਬੀ ਜੀ ਕਹਿੰਦੇ ਕਿੰਨੀ ਵਡਭਾਗੀ ਆ। ਬਿਰਥੀ ਦੀ ਗੱਲ ਆ, ਸਾਨੂੰ ਉਹ ਚੀਜ਼ਾਂ ਦਿਸਦੀਆਂ ਸੀ, ਪਰ ਬੀਬੀ ਜੀ ਨੂੰ ਹੋਰ ਕੁਛ ਹੀ ਦਿਸਦਾ ਸੀ। ਜਸਟ ਟੂ ਐਂਡ ਵਿਦ, ਸਮਾਂ ਵੀ ਆਪਣਾ ਹੋ ਰਿਹਾ, ਆਨੋ ਭਾਈ ਸਾਹਿਬ ਸੈਡ ਟੂ ਗੋ ਬਾਪ ਰੈਪ ਅਪ ਵਿਦ ਭਾਈ ਫੌਜਾ ਸਿੰਘ। ਸ਼ਹੀਦ ਭਾਈ ਫੌਜਾ ਸਿੰਘ, ਹੀ ਦੈਨ ਸਟਾਰਟਡ ਡਰਨ ਗੱਤਕਾ। ਵਨ ਥਿੰਗ ਇਜ਼, ਵਨ ਹੀ ਵਾਜ਼ ਲਰਨਿੰਗ ਗੱਤਕਾ, ਮਾਰਸ਼ਲ ਆਰਟਸ, ਸ਼ਸਤਰ ਵਿੱਦਿਆ, ਜਿਹੜੇ ਕਈ ਸਿੰਘ ਸੀ, ਜਿਹੜੇ ਸਿਆਣੇ ਬਜ਼ੁਰਗ ਸੀ, ਅਖੰਡ ਕੀਰਤ ਜਥੇ ਦੇ ਕਈ ਸੀ ਜਾਂ ਵੈਸੇ ਸੰਗਤ ਦੇ, ਉਹ ਕਹਿਣ ਲੱਗ ਪਏ ਫਿਰ ਫੌਜਾ ਸਿੰਘ ਐਵੇਂ ਤੂੰ ਗੱਤਕਾ ਖੇਡਣ ਲੱਗ ਪੈਂਦੇ, ਇੰਨਾ ਜ਼ੋਰ ਲਾਉਂਦਾ ਗੱਤਕੇ 'ਤੇ, ਯੂ ਸਪੈਂਡ ਸੋ ਮਚ ਟਾਈਮ ਔਨ ਦਿਸ ਵਾਰੀਅਰ ਸਾਈਡ,
ਲੋਰ ਨਹੀਂ ਅੱਜ ਨਹੀਂ ਮੁਗਲ ਦੇ ਨੋ ਮੁਗਲ ਦੇ ਇਸ ਨਾਓ ਕਿਲਿੰਗ ਦ ਸਿਕਸ ਨਾਓਡੇਜ਼ ਤੋ ਕਿਹੜੀ ਗੱਲਾਂ ਕਰੀ ਜਾਂਦਾ ਅੱਜ ਦਾ ਵੀ ਵੀ ਲਿਵਿੰਗ ਇਨ ਯੂ ਨੋ ਇਨ ਡੈਮੋਕ੍ਰੇਸੀ ਐਂਡ ਯੂ ਨੋ ਵੀ ਗਾਟ ਨੋ ਪ੍ਰੋਬਲਮਸ ਬੀਨਸ ਵੀ ਵਾਈ ਯੂ ਨੀਡ ਟੂ ਵੇਅਰ ਯੂ ਨੋ ਡਰੈਸ ਅਪ ਐਂਡ ਯੂ ਨੋ ਡੂਇੰਗ ਆਲ ਦਿਸ ਗੱਤਕਾ ਇਟਸ ਨੋਟ ਨੀਡਿਡ ਰੀਲੀ ਇਨਾ ਜ਼ੋਰ ਨਹੀਂ ਲਾਉਣ ਦੀ ਲੋੜ ਕੀਰਤਨ ਕਰੋ ਨਾਮ ਜਪੋ ਦੱਸ ਅਨਫ ਪਰ ਭਾਈ ਸਾਹਿਬ ਉਹ ਸਟ੍ਰੈਸ ਦੈਟ ਦੇਰ ਇਜ਼ ਅ ਨੀਡ ਫੋਰ ਸੈਲਫ ਡਿਫੈਂਸ ਆਪਣੀ ਰੱਖਿਆ ਕਰਨ ਵਾਸਤੇ ਕੋਈ ਨਾ ਕੋਈ ਸ਼ਸਤਰ ਵਿੱਦਿਆ ਦੀ ਜ਼ਰੂਰਤ ਆ ਪ੍ਰੋਫੈਸਰ ਗੁਰਮੁਖ ਸਿੰਘ ਰਾਈਟਸ ਇਹਨਾਂ ਦੇ ਸਾਥੀ ਸਨ ਹਿਸ ਕੰਪੈਨੀਅਨ ਹੀ ਰਾਈਟਸ ਦਾ ਭਾਈ ਸਾਹਿਬ ਵਿੱਚ ਇਕੱਲਾ ਬੀ ਰਸ ਨਹੀਂ ਸੀ ਉਹਨਾਂ ਦੇ ਅੰਦਰ ਨਾਮ ਰਸ ਵੀ ਸੀ ਹੀ ਵਾਜ਼ ਨੋਟ ਜਸਟ ਅ ਵਾਰੀਅਰ ਹੀ ਆਲਸੋ ਹੈਡ ਦ ਸੇਂਟ ਸਪਿਰਿਟ ਇਨ ਹਿਮ ਐਸ ਵੈਲ ਦ ਨਾਮ ਸਪਿਰਿਟ ਇਨ 1970 ਪ੍ਰੋਫੈਸਰ ਗੁਰਮੁਖ ਸਿੰਘ ਸੈਜ਼ ਕੋਈ ਗੱਲ ਹੁੰਦੀ ਸੀ ਸੇਵਿੰਗਸ ਬਾਰੇ ਦੇ ਟੋਕਿੰਗ ਅਬਾਊਟ ਸੇਵਿੰਗਸ ਵਿਦ ਹਿਸ ਫਰੈਂਡ ਤਾਂ ਭਾਈ ਫੌਜਾ ਸਿੰਘ ਜੀ ਕਹਿੰਦੇ ਐਨੀ ਮਨੀ ਸਪੈਂਡ ਔਨ ਗੁਰਸਿੱਖਸ ਜਿਹਨੇ ਕੋਈ ਗੁਰਸਿੱਖ ਤੁਹਾਡੇ ਕੋਲੋਂ ਆ ਜਾਂ ਸੇਵਾ ਵਾਸਤੇ ਕਹਿੰਦੇ ਸਪੈਂਡ ਐਸ ਮੱਚ ਯੂ ਕੈਨ ਜਿੰਨਾ ਵੀ ਹੋ ਸਕੇ ਗੁਰਸਿੱਖਾਂ ਦੇ ਉੱਪਰ ਪੈਸੇ ਖਰਚੋ ਕਹਿੰਦੇ ਉਹੀ ਜਿਹੜਾ ਤੁਸੀਂ ਗੁਰਸਿੱਖਾਂ ਉੱਪਰ ਪੈਸਾ ਖਰਚੋਗੇ ਉਹੀ ਤੁਹਾਡੇ ਬੈਂਕ ਵਿੱਚ ਜਮ੍ਹਾਂ ਹੋਣਗੇ ਵਟਐਵਰ ਯੂ ਸਪੈਂਡ ਔਨ ਗੁਰਸਿੱਖਸ ਦੈਟ ਇਜ਼ ਐਕਚੁਅਲੀ ਸੇਵਡ ਇਨ ਦ ਬੈਂਕ ਕਿਹੜੀ ਬੈਂਕ ਦੀ ਗੱਲ ਕਰਦੇ ਆ ਦ ਸਪਿਰਿਚੁਅਲ ਬੈਂਕ ਭਾਈ ਫੌਜਾ ਸਿੰਘ ਈ ਕੇਮ ਟੂ ਅ ਪੁਆਇੰਟ ਵੇਅਰ ਹੀ ਯੂਜ਼ ਟੂ ਲਿਵ ਆਫ ਹਿਮ ਐਂਡ ਹਿਸ ਵਾਈਫ ਬੀਬੀ ਅਮਰਜੀਤ ਕੌਰ ਤਾਂ ਭਾਈ ਸਾਹਿਬ ਇੱਕ ਹਿੱਸਾ ਆਪਣੀ ਕਮਾਈ ਦੇ ਉਹ ਰਹਿੰਦੇ ਹੁੰਦੇ ਸੀ ਵਨ ਟੈਂਥ ਆਫ ਦ ਅਰਨਿੰਗ ਦੇ ਲਿਵਡ ਆਫ ਤਾਂ ਨੌ ਹਿੱਸੇ ਪੰਥ ਨੂੰ ਦਿੰਦੇ ਹੁੰਦੇ ਸੀ ਨਾਈਨ ਪਾਰਟਸ ਆਫ ਦ ਅਰਨਿੰਗਸ ਟੂ ਦ ਪੰਥ ਭਾਈ ਸਾਹਿਬ ਵਾਰ ਵਾਰ ਦੱਸਦੇ ਸੀ ਕਿ ਪੰਥ ਜਾਗੇ ਵੇਖ ਵੇਖ ਇਹੀ ਤੇ ਮਤਲਬ ਹੁੰਦਾ ਸਟੇਜ ਤੇ ਬੈਠਾ ਟੂ ਸੈਲੀਬ੍ਰਿਟੀ ਵੇਖ ਬੀ ਅਲਰਟ ਸੁੱਤੇ ਨਾ ਰਹੋ ਆਪਣੀ ਸਿੱਖੀ ਸੰਭਾਲੋ ਘਰ ਸੰਭਾਲੋ ਗੁਰਦੁਆਰੇ ਸੰਭਾਲੋ ਲੁੱਕ ਆਫਟਰ ਯੋਰ ਹੋਮਸ ਯੋਰ ਫੈਮਿਲੀ ਯੋਰ ਗੁਰਦੁਆਰੇ ਸਿੱਖੀ ਸੰਭਾਲੋ ਡੋਂਟ ਲੈਟ ਸਿੱਖੀ ਦਿਸ ਪ੍ਰੈਸ਼ੀਅਸ ਗਿਫਟ ਗੈਟ ਜਿਸ ਸਲਿਪ ਅਵੇ ਫਰੋਮ ਯੂ ਭਾਈ ਸਾਹਿਬ ਵਾਰ ਵਾਰ ਕਰਾਉਂਦੇ ਸੀ ਕਈ ਲੋਕਾਂ ਨੂੰ ਸਮਝ ਆਉਂਦੇ ਵਾਰ ਵਾਰ ਐਵੇਂ ਉਹ ਬੋਲੀ ਜਾਂਦੇ ਆ ਫਿਰ ਤੁਸੀਂ ਜਾਗੋ ਜਾਗੋ ਕਿਉਂ ਇੱਕ ਵਾਰੀ ਪ੍ਰੋਫੈਸਰ ਗੁਰਮੁਖ ਸਿੰਘ ਲਿਖਦੇ ਕਹਿੰਦੇ ਅਸੀਂ ਤੁਰਦੇ ਸੀ ਤਾਂ ਭਾਈ ਫੌਜਾ ਸਿੰਘ ਕਹਿੰਦੇ ਇੱਥੇ ਅੱਗੇ ਮੈਂ ਸ਼ਹੀਦ ਹੋਇਆ ਸੀ ਆਈ ਬਿਕੇਮ ਮਾਰਟਿਰਡ ਹੇਅਰ ਬਿਫੋਰ ਇਹ ਆ ਲੋਹਗੜ ਅੰਮ੍ਰਿਤਸਰ ਦੇ ਨੇੜੇ ਕਹਿੰਦੇ ਇੱਥੇ ਮੈਂ ਸ਼ਹੀਦ ਹੋਇਆ ਸੀ ਤਾਂ ਪ੍ਰੋਫੈਸਰ ਗੁਰਮੁਖ ਸਿੰਘ ਕਹਿੰਦੇ ਭਾਈ ਸਾਹਿਬ ਦੱਸੋ ਕਹਿੰਦੇ ਦਾ ਆਏ ਮਾਈ ਪ੍ਰੀਵੀਅਸ ਲਾਈਫ ਆਈ ਵਾਜ਼ ਏ ਸੋਲਜਰ ਇਨ ਬਾਬਾ ਦੀਪ ਸਿੰਘ ਜੀ ਆਰਮੀ ਮੈਂ ਬਾਬਾ ਦੀਪ ਸਿੰਘ ਦੇ ਜਦੋਂ ਉਹ ਅੰਮ੍ਰਿਤਸਰ ਆਏ ਸ਼ਹੀਦੀ ਦੇਣ ਵਾਸਤੇ ਮੈਂ ਉਹਨਾਂ ਦੇ ਜਥੇ ਵਿੱਚ ਇੱਕ ਸਿੰਘ ਸੀ ਅਤੇ ਮੈਂ ਇਸ ਜਗ੍ਹਾ 'ਤੇ ਮੈਂ ਸ਼ਹੀਦ ਹੋਇਆ ਸੀ ਤਾਂ ਦੇਖੋ ਦੁਬਾਰਾ ਉਹਨਾਂ ਸ਼ਹੀਦੀ ਪਾਵਨ ਅੰਮ੍ਰਿਤਸਰ ਧਰਤੀ 'ਤੇ ਹੋਈ ਹੁਣ ਵਨ ਥਿੰਗ ਇਜ਼ ਬਾਈ ਫੌਜਾ ਸਿੰਘ ਨਿਊ ਸਿਕਸ ਮੰਥਸ ਬਿਫੋਰ ਹੀ ਬਿਕੇਮ ਸ਼ਹੀਦ ਦਾ ਇਜ਼ ਗੋਇੰਗ ਟੂ ਡਾਈ ਉਹਨਾਂ ਨੇ ਬੀਬੀ ਜੀ ਆਪਣੇ ਸਿੰਘ ਨੇ ਉਹਨਾਂ ਨੂੰ ਦੱਸਿਆ ਕਹਿੰਦੇ ਫਿਰ ਤੂੰ ਨੇ ਮੇਰੀ ਫੋਟੋ ਆਪਣੇ ਮਨ 'ਚ ਧਾਰਨ ਕਰ ਲਾ ਮੇਕ ਏ ਫੋਟੋ ਆਫ ਮਾਈ ਡੈਡ ਬੋਡੀ ਮੇਰੇ ਅੰਤਮ ਸਰੂਪ ਦਾ ਜਿਹੜਾ ਸਰੀਰ ਆ ਮੇਰਾ ਅੰਤਮ ਸਰੂਪ ਜਿਹੜਾ ਆ ਮਾਈ ਲਾਸਟ ਸੀਨ ਆਫ ਮਾਈ ਬੋਡੀ ਥਿੰਕ ਆਫ ਦਾ ਐਂਡ ਐਕਸੈਪਟ ਦਾ ਉਹਨੂੰ ਮਨ ਕਹਿੰਦੇ ਤੁਸੀਂ ਕਿਉਂ ਇੱਦਾਂ ਦੀ ਗੱਲਾਂ ਕਰਦੇ ਆ ਕਹਿੰਦੇ ਇਹਨੂੰ ਮਨ ਭਾਣਾ ਮੰਨੀ ਐਕਸੈਪਟ ਦ ਵਿਲ ਆਫ ਗੋਡ ਭਾਈ ਸਾਹਿਬ ਨੂੰ ਪਤਾ ਸੀ ਐਂਡ ਦੇ ਵਿੱਚ ਭਾਈ ਸਾਹਿਬ ਇਜ਼ ਨੋਟ ਜਸਟ ਰਿਮੈਂਬਰਡ ਫੋਰ ਦ ਹਿਮ ਗਿਵਿੰਗ ਅ ਸ਼ਹੀਦੀ ਮਿਸਰੀ ਬਾਜ਼ਾਰ ਦੇ ਵਿੱਚ ਦਿਸ ਇਜ਼ 1970 1942 ਦੇ ਵਿੱਚ ਮਿਸਰੀ ਬਾਜ਼ਾਰ ਇਜ਼ ਅ ਮਾਰਕੀਟ ਪਲੇਸ ਇਨ ਅੰਮ੍ਰਿਤਸਰ ਉੱਥੇ ਗੁੰਡਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੋਹੇ ਵਿੱਚ ਛੱਡਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਵਾਜ਼ ਟੇਕਨ ਫਰੋਮ ਅ ਗੁਰਦੁਆਰਾ ਐਂਡ ਥਰੋਨ ਇਨ ਖਾਉਡੰਗ ਆਊਟਸਾਈਡ ਬਾਏ ਅ ਗੈਂਗ ਹੁਣ ਕਿਸੇ ਨੇ ਐਕਸ਼ਨ ਹੀ ਲਈ ਦ ਪੁਲਿਸ ਟੁੱਕ ਨੋ ਐਕਸ਼ਨ ਐਂਡ ਅਕਾਲੀਜ਼ ਔਰ ਦ ਗਵਰਨਮੈਂਟ ਐਂਡ ਦ ਪੋਲੀਟੀਸ਼ੀਅਨ ਦ ਸਿੱਖ ਲੀਡਰਸ ਟੁੱਕ ਨੋ ਐਕਸ਼ਨ ਵਾਈ
because they didn't want this to be created into a communal issue. ਫਿਰ ਇਹ ਵੱਖਰੇ ਵੱਖਰੇ ਕਮਿਊਨਿਟੀਆਂ ਦਾ ਧਰਮਾਂ ਦਾ ਕੋਈ ਹੋ ਰਿਹਾ ਟਕਰਾਅ ਹੋ ਰਿਹਾ. ਸੋ ਇਟ ਵਾਜ਼ ਕਾਈਂਡ ਆਫ ਕੈਪਟ ਕੁਆਇਟ. ਭਾਈ ਫੌਜਾ ਸਿੰਘ ਆਪ ਉੱਥੇ ਗਏ. ਇਹ ਵੈਦ ਪੁਲਿਸ ਟੁੱਕ ਲਓ ਐਕਸ਼ਨ. ਭਾਈ ਸਾਹਿਬ ਵੈਨ ਦੀ ਫਾਊਂਡ ਹੂ ਡਿਡ ਐਨੀ ਸੋਟ ਦਮਾ, ਉਹਨਾਂ ਨੂੰ ਸੋਧਿਆ ਜਿਹਨਾਂ ਨੇ ਇਹ ਬੇਅਦਬੀ ਕੀਤੀ. ਸਿਮਿਲੈਰਿਟੀ ਇਨ 1975 1975 ਵਿੱਚ 17 ਅਕਤੂਬਰ ਸੰਗਰਾਂਦ ਵਾਲੇ ਦਿਨ ਦਾ ਫਸਟ ਆਫ ਦ ਮੰਥ ਗੁਰਦੁਆਰਾ ਭਾਈ ਸਾਲੋ ਜੀ ਦ ਗ੍ਰੰਥੀ ਸਿੰਘ ਵਾਸ ਟੇਕਨ ਫਰ ਮਹਾਰਾਜ ਤਾਬਿਆ ਐਂਡ ਅ ਗੈਂਗ ਬੀਟ ਹਿਮ ਅਪ ਡਿਸਰਿਸਪੈਕਟਿਡ ਗੁਰੂ ਗ੍ਰੰਥ ਸਾਹਿਬ ਜੀ. ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਗ੍ਰੰਥੀ ਜਿਹਨੂੰ ਕੁੱਟਿਆ ਗਿਆ, ਤਾਂ ਉਹੀ ਗੈਂਗ ਨੇ ਕਿਹਾ ਕਿ ਅਸੀਂ ਹੁਣ ਦੁਬਾਰਾ ਆਉਣਗੇ ਤਾਂ ਅਸੀਂ ਗੁਰਦੁਆਰੇ ਨੂੰ ਅੱਗ ਲਾ ਦੇਣੀ ਆ. ਸਿੰਘਾਂ ਜੋ ਭਾਈ ਫੌਜਾ ਸਿੰਘ ਨੂੰ ਪਤਾ ਲੱਗਾ ਤੇ ਇਹ ਹੋਇਆ. ਨੋ ਵਨ ਟੁੱਕ ਐਨੀ ਐਕਸ਼ਨ, ਪੁਲਿਸ ਟੁੱਕ ਨੋ ਐਕਸ਼ਨ, ਸਿੱਖ ਲੀਡਰਸ ਟੁੱਕ ਨੋ ਐਕਸ਼ਨ. ਅਗੇਨ ਦੇ ਡੋਨਟ ਵਾਂਟ ਦਿਸ ਟੂ ਬਿਕਮ ਅ ਕਮਿਊਨਲ ਵਾਇਲੈਂਸ, ਕਮਿਊਨਲ ਇਸ਼ੂ, ਤਾਂ ਇਹ ਸਿੱਖ ਹਿੰਦੂਆਂ ਦਾ ਕੋਈ ਡੋਰਾ ਆ. ਕੀ ਹੋਇਆ, ਭਾਈ ਫੌਜਾ ਸਿੰਘ ਗਏ, ਉਹਨਾਂ ਨੇ ਪੁੱਛ ਗਿੱਛ ਕੀਤੀ ਤਾਂ ਪਤਾ ਲੱਗਿਆ ਫਿਰ ਉਸੀ ਰਾਤ ਨੂੰ ਗੁਰਦੁਆਰਾ ਗੁਰੂ ਕੇ ਮਹਿਲ 'ਤੇ ਹਮਲਾ ਹੋਣਾ. ਦ ਸੇਮ ਗੈਂਗ ਇਜ਼ ਗੋਇੰਗ ਟੂ ਗੋ ਟੂ ਗੁਰਦੁਆਰਾ ਗੁਰੂ ਕੇ ਮਹਿਲ ਐਂਡ ਦੇ ਪਲਾਨਿੰਗ ਟੂ ਸੈੱਟ ਅ ਲਾਈਟ. ਭਾਈ ਸਾਹਿਬ ਅਤੇ ਸਿੰਘ ਉੱਥੇ ਜਾਂਦੇ ਆ ਐਂਡ ਦੇ ਡਿਫੈਂਡ ਦ ਗੁਰਦੁਆਰਾ, ਐਂਡ ਡਿਫੈਂਡਿੰਗ ਦ ਗੁਰਦੁਆਰਾ ਦੇ ਬਿਕਮ ਇੰਜਰਡ ਬਿਕੋਜ਼ ਦ ਗੈਂਗ ਥਰੂ ਐਸਿਡ ਐਂਡ ਬ੍ਰਿਕਸ ਐਟ ਦ ਸਿੰਘਸ. ਐਸਿਡ ਅਤੇ ਇੱਟਾਂ ਸਿੱਟੇ ਆ ਸਿੰਘਾਂ ਵਾਸਤੇ, ਉੱਤੇ ਸਿੰਘ ਫੱਟੜ ਹੋਏ ਪਰ ਗੁਰਦੁਆਰਾ ਬਚਾਅ ਹੋ ਗਿਆ. ਐਂਡ ਦੇ ਵਿੱਚ 1975 ਦੇ ਵਿੱਚ ਆਫਟਰ ਆਲ ਆਫ ਦਿਸ ਭਾਈ ਸਾਹਿਬ ਲੀਵਸ ਇਸ ਆਫਿਸ ਜੋਬ. ਹੀ ਨਾਊ ਇਜ਼ ਏਬਲ ਟੂ ਵਰਕ ਫਰੀਲੀ ਆਊਟਸਾਈਡ. ਹੀ ਇਜ਼ ਐਗਰੀਕਲਚਰਲ ਸਾਇੰਟਿਸਟ, ਐਗਰੀਕਲਚਰ ਸਟੱਡੀਜ਼ ਕੀਤੀ ਸੀ ਉਹਨਾਂ ਨੇ. ਐਂਡ ਭਾਈ ਸਾਹਿਬ ਸਟਾਰਟਸ ਗੁਰਸਿੱਖੀ ਲਹਿਰ, ਪ੍ਰਚਾਰ, ਪ੍ਰੀਚਿੰਗ. ਹੀ ਵਿਲ ਗੋ ਟੂ ਵਿਲੇਜਸ. ਪਹਿਲਾਂ ਸ਼ਹਿਰਾਂ 'ਚ ਸ਼ੁਰੂ ਕੀਤਾ ਪਰ ਕਹਿੰਦੇ ਸ਼ਹਿਰੀ ਬੰਦਿਆਂ ਦਾ ਰਿਸਪੋਂਸ ਵੀ ਬੜਾ ਚੰਗਾ ਮਿਲਿਆ. ਕਹਿੰਦੇ ਸ਼ਹਿਰਿਆਂ ਨੂੰ ਮੈਂ ਜਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਆ, ਦੇਰ ਇਜ਼ ਨੋਟ ਮਚ ਆਫ ਅ ਗੁੱਡ ਰਿਸਪੋਂਸ ਇਨ ਦ ਸਿਟੀਜ਼. ਕਹਿੰਦੇ ਬੰਦੇ ਮੈਨੂੰ ਢਿੱਲੇ ਜਿਹੇ ਲੱਗੇ. ਸੋ ਭਾਈ ਸਾਹਿਬ ਵੈਂਟ ਟੂ ਦ ਸਿਟੀ ਐਂਡ ਟੂ ਦ ਵਿਲੇਜਸ, ਪਿੰਡਾਂ ਜਾ ਕੇ ਪ੍ਰਚਾਰ ਸ਼ੁਰੂ ਕਰ ਦਿੱਤਾ. ਐਂਡ ਭਾਈ ਸਾਹਿਬ ਟੁੱਕ ਇਨੀਸ਼ੀਟਿਵ. ਉਹਦਾ ਅਖੰਡ ਕੀਰਤਨੀ ਜਥੇ ਦੇ ਸਿੰਘ ਕਥਾ ਵਿਚਾਰ ਕਰਦੇ ਨਹੀਂ ਹੁੰਦੇ ਆਮ ਤੌਰ 'ਤੇ, ਦੇ ਡਿਊ ਕੀਰਤਨ, ਦੇ ਡਿਊ ਨੋਨ ਸਟੋਪ ਕੀਰਤਨ. ਭਾਈ ਫੌਜਾ ਸਿੰਘ ਵਿਚਾਰ ਕਰਦੇ ਕੀਰਤਨ ਇਸ ਚੋਂ ਸੋ ਐਕਸਪਲੇਨ ਦ ਸ਼ਬਦ ਜ਼ਵਾ ਨਾਲ ਗੱਤਕਾ ਸਿਖਾਉਂਦੇ ਸੀ ਵੈਨ ਯੂ ਗੋ ਟੂ ਵਿਲੇਜਸ. ਹੁਣ ਕੀ ਹੋਇਆ, ਪਿੰਡਾਂ ਦੇ ਵਿੱਚ ਬੱਚੇ ਨੌਜਵਾਨ ਜਾਗਰੂਕ ਹੋ ਗਏ. ਅਸੀਂ ਵੀ ਕੁਝ ਸਿੱਖਿਆ ਵੀ ਐਵਰੀ ਗੁਰਦੁਆਰਾ. ਮੈਨੂੰ ਇੰਨੀ ਖੁਸ਼ੀ ਹੁੰਦੀ ਵੈਲਕਮ ਟੂ ਬੈਡਫਰਡ ਕਿ ਜਿੰਨਾ ਪ੍ਰਚਾਰ ਬਣਾ ਸਕਣ ਦਾ ਨੋਟਿਸ ਬੋਰਡ. ਦਿਸ ਵਾ ਐਵਰੀ ਗੁਰਦੁਆਰਾ ਸ਼ੁੱਡ ਬੀ ਲਾਈਕ, ਦੇ ਪ੍ਰਚਾਰ ਹੋਵੇ. ਐਂਡ ਦਿਸ ਇਜ਼ ਆਲਸੋ ਅ ਮੂਵਮੈਂਟ. ਮੂਵਮੈਂਟ ਕੀ ਆ, ਵੀ ਆਲ ਵੋਕ ਇਨ ਟੁਗੈਦਰ, ਇਕੱਠੇ ਤੁਰ ਰਹੇ ਆ. ਐਂਡ ਦੇ ਵਿੱਚ ਭਾਈ ਸਾਹਿਬ ਮੇਡ ਅ ਖਾਲਸਾ ਫਾਰਮ, ਵੈ ਇਨ ਦ ਖੇਤਾਂ ਦੇ ਇੱਕ ਫਾਰਮ ਬਣਾਇਆ ਵਿੱਚ ਟ੍ਰੇਨਿੰਗ ਕੈਂਪ. ਤੋਂ ਫੋਟੋ ਨਹੀਂ ਮਿਲਾਇਆ ਖਾਲਸਾ ਕੈਂਪ ਦੇ, ਉਹਦਾ ਹੈਗੀ ਆ. ਖਾਲਸਾ ਕੈਂਪ ਵਾਜ਼ ਅ ਖਾਲਸਾ ਫਾਰਮ ਇਜ਼ ਅ ਕੈਂਪ ਸਾਈਟ ਜਿੱਥੇ ਸ਼ਸਤਰ ਵਿੱਦਿਆ, ਗੁਰਬਾਣੀ, ਗੁਰ ਇਤਿਹਾਸ, ਸਿੱਖ ਸਿਧਾਂਤ ਦੇ ਟ੍ਰੇਨਿੰਗ ਹੁੰਦੀ. ਫੁੱਲ ਟ੍ਰੇਨਿੰਗ ਆਫ ਸਿੱਖ ਸਪਿਰਿਚੁਅਲਿਟੀ ਐਂਡ ਮਾਰਸ਼ਲ ਸਾਈਟ ਵਾਜ਼ ਗਿਵਨ. ਦੇਰ ਇਜ਼ ਵਨ ਕੇਸ ਵਿੱਚ ਜਿਸ ਨੀਸ ਬੀ ਸ਼ੇਅਰਡ. ਇੱਕ ਹਿੰਦੂ ਔਰਤ ਸੀ ਤਾਂ ਉਹਨੂੰ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ. ਦੇ ਪੁਲਿਸ ਠੁੱਕ ਐਂਡ ਦੇ ਹੈਡ ਐਂਡ ਡਿਟੈਂਸ਼ਨ ਐਂਡ ਦੇ ਰੇਪਡ, ਗੈਂਗ ਰੇਪਡ ਹਰ. ਪੁਲਿਸ ਵਾਲੇ ਨੇ ਇੱਕ ਆਮ ਇੱਕ ਨੋਰਮਲ ਲੇਡੀ ਆ, ਸ਼ੀ ਇਜ਼ ਅਰੈਸਟਿਡ ਬਿਨਾਂ ਕਿਸੇ ਕਾਰਨ ਤੋਂ. ਪੁਲਿਸ ਵਾਲੇ ਧੱਕਾ ਕੀਤਾ ਤਾਂ ਇੱਕ ਲੇਡੀ ਨੂੰ, ਹਿੰਦੂ ਬੀਬੀ ਸੀ, ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਠਾਣੇ ਰੱਖ ਕੇ ਉਹਨੂੰ ਰੇਪ ਕਰਦੇ, ਉਹਨੂੰ ਉਹਨੂੰ ਇੱਜ਼ਤ ਲੁੱਟਦੇ ਆ. ਉਹਦਾ ਘਰ ਵਾਲਾ ਪੁਲਿਸ ਨੂੰ ਜਾ ਕੇ ਦੱਸਦਾ ਫਿਰ ਮੇਰੇ ਘਰ ਵਾਲੇ ਛੱਡਾ ਦਿਓ, ਬੇਨਤੀ ਹੈ, ਪਲੀਜ਼ ਰਿਲੀਜ਼ ਮਾਈ ਵਾਈਫ. ਨੋ ਵਨ ਲਿਸਨਸ. ਹੀ ਗੋਜ਼ ਟੂ ਪੋਲੀਟੀਸ਼ੀਅਨਸ, ਨੋ ਵਨ ਲਿਸਨਸ. ਕਹਿੰਦੇ ਕੋਈ ਕਿਸੇ ਨੇ ਸਾਰ ਨਹੀਂ ਸੁਣ ਲਈ. ਨੋ ਵਨ ਹੈਲਪਡ ਹਿਮ. ਐਂਡ ਤੇ ਕਿਸ ਨੇ ਕਿਹਾ, ਜੇ ਤੂੰ ਮਦਦ ਲੈਣੀ ਆ ਤਾਂ ਇੱਕ ਭਾਈ ਫੌਜਾ ਸਿੰਘ ਰਹਿੰਦਾ ਹੈ ਇੱਥੇ, ਗੋ ਟੂ ਭਾਈ ਫੌਜਾ ਸਿੰਘ. ਵਨ ਦਿਸ ਆਈ ਹਰਡ ਦਿਸ, ਮੈਨੂੰ ਭਾਈ ਤਾਰੂ ਸਿੰਘ ਮੂਵੀ ਦਾ ਯਾਦ ਆ ਗਿਆ. ਇਹ ਵੈਰੀ ਬੜੀ ਸੀਨ, ਭਾਈ ਤਾਰੂ ਸਿੰਘ ਮੂਵੀ.
ਕਰੀਮ ਬਖਸ਼ ਮੁਸਲਮਾਨ ਆ ਤੇ ਕਰੀਮ ਬਖਸ਼ ਜਦੋਂ ਨੀ ਉਹ ਤੁਰਦਾ ਬੜਾ ਅਦਾਸ ਹੈ, ਇੱਕ ਹਿੰਦੂ ਭਾਈ ਆਉਂਦਾ ਤੇ ਕਹਿੰਦਾ ਤੁਸੀਂ ਅਦਾਸ ਕਿਉਂ ਆ, ਵਾਈ ਯੂ ਸੈਡ? ਹੀ ਗੋਸ, ਮੇਰੀ ਕੁੜੀ ਕੋਈ ਚੁੱਕ ਕੇ ਲੈ ਗਿਆ, ਸਮਨਸ ਟੇਕ ਮਾਈ ਡੋਟਰ। ਤਾਂ ਉਹ ਹਿੰਦੂ ਭਾਈ ਕਹਿੰਦਾ ਫਿਰ ਤੂੰ ਉਦਾਸ ਨਾ ਹੋ, ਇੱਥੇ ਇੱਕ ਸਿੱਖ ਰਹਿੰਦਾ ਆ, ਭਾਈ ਤਾਰੂ ਸਿੰਘ ਸਿੰਘ ਆ, ਉਹ ਤੇਰੀ ਮਦਦ ਕਰੂੰਗਾ। ਕਹਿੰਦਾ ਇੱਕ ਸਿੰਘ? ਉਹ ਸਿੰਘ ਮੇਰੀ ਮਦਦ ਕਰੂਗਾ? ਕਹਿੰਦਾ ਕਿਉਂ ਨਹੀਂ ਕਰੂਗਾ, ਜਿਹੜੇ ਸਿੰਘ ਆ ਉਹ ਸਾਰਿਆਂ ਵਿੱਚ ਰੱਬ ਦੇਖਦੇ ਆ, ਸਾਰਿਆਂ ਦੇ ਭਲਾ ਮੰਗਦੇ ਆ, ਸਿੰਘ ਹੈਲਪ ਐਵਰੀਬਡੀ। ਇਹ ਸੇਮ ਚੀਜ਼ ਕਹਿੰਦੇ ਭਾਈ ਫੌਜਾ ਸਿੰਘ ਰਹਿੰਦਾ ਆ, ਉਹ ਗੁਰੂ ਕਾ ਸਿੱਖ ਆ, ਹੀ ਵਿਲ ਡੈਫੀਨਿਟਲੀ ਹੈਲਪ ਯੂ। ਭਾਈ ਫੌਜਾ ਸਿੰਘ ਆਏ ਐਂਡ ਹੀ ਟੋਲਡ ਹਿਮ ਦੀ ਸਿਚੁਏਸ਼ਨ। ਭਾਈ ਫੌਜਾ ਸਿੰਘ ਗੋਸ ਦਾ ਪੁਲਿਸ ਸਟੇਸ਼ਨ ਥਾਣੇ ਜਾ ਕੇ ਪੁਲਿਸ ਵਾਲਿਆਂ ਨੂੰ ਕੁੱਟਿਆ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ, ਤਾਂ ਉਸ ਹਿੰਦੂ ਔਰਤ ਨੂੰ ਆਪਣੇ ਪਤੀ ਨਾਲ ਦੁਬਾਰਾ ਮਿਲਾਪ ਕਰਵਾ ਦਿੱਤਾ। ਸੋ ਦਿਸ ਇਜ਼ ਭਾਈ ਫੌਜਾ, ਜਸਟ ਅ ਸਮਾਲ ਗਲਿਮ, ਇੱਕ ਝਲਕੀ ਆ ਭਾਈ ਸਾਹਿਬ ਜੀਵਨ ਦੀ, ਸਵੀਨ ਭਾਈ ਫੌਜਾ ਸਿੰਘ ਇਸ। ਸੋ ਦੀਜ਼ ਆਰ ਦਾ ਰੈਸਟ ਦਾ ਸ਼ਹੀਦ, ਸ਼ਹੀਦ ਭਾਈ ਅਵਤਾਰ ਸਿੰਘ ਜੀ, ਸ਼ਹੀਦ ਭਾਈ ਰਘਬੀਰ ਸਿੰਘ ਜੀ, ਸ਼ਹੀਦ ਜਥੇਦਾਰ ਭਾਈ ਰਣਬੀਰ ਸਿੰਘ ਜੀ, ਇਹ ਜਿਹੜੇ ਬਾਕੀ ਸਿੰਘ, ਇਹ ਭਾਈ ਸਾਹਿਬ ਜੀ ਸਰਬਲੋਈ ਸਿੰਘ ਖੰਡਗੀ ਜਥੇ ਦੇ ਸਿੰਘ ਸੀ, ਭਾਈ ਸ਼ਹੀਦ ਭਾਈ ਰਘਬੀਰ ਸਿੰਘ ਆਰਮੀ ਵਿੱਚ ਸੀ, ਅਖੰਡਗੀ ਜਥੇ ਦੇ ਸਿੰਘ ਸੀ, ਸ਼ਹੀਦ ਜਥੇਦਾਰ ਭਾਈ ਰਣਬੀਰ ਸਿੰਘ ਫੌਜੀ, ਹੀ ਵਾਜ਼ ਡੂਇੰਗ ਸੇਵਾ ਆਰ ਮਹਿਤਾ, ਗੁਰਦੁਆਰਾ ਮਹਿਤਾ ਟਕਸਾਲ ਦੇ ਨਾਲ ਸੇਵਾ ਕਰਦੇ ਸੀ, ਸੰਤ ਬਾਬਾ ਕਰਤਾਰ ਸਿੰਘ ਨਾਲ ਮੇਲ ਹੋਇਆ ਸੀ, ਐਂਡ ਸਿੰਸ ਦੈਨ ਹੀ ਯੂਜ਼ ਟੂ ਡੂ ਸੇਵਾ ਗੁਰਦੁਆਰਾ ਇਨ ਮਹਿਤਾ। ਸ਼ਹੀਦ ਭਾਈ ਕੇਵਲ ਸਿੰਘ ਜੀ ਜੋ ਜਥੇ ਦੇ ਸਿੰਘ ਸੀ, ਸ਼ਹੀਦ ਭਾਈ ਗੁਰਦਿਆਲ ਸਿੰਘ ਜੀ, ਸ਼ਹੀਦ ਭਾਈ ਪਿਆਰਾ ਸਿੰਘ ਜੀ, ਇਹ ਵੀ ਖੜਕੀ ਜਥੇ ਦੇ ਸਿੰਘ ਸੀ, ਸ਼ਹੀਦ ਭਾਈ ਬਾਬਾ ਦਰਸ਼ਨ ਸਿੰਘ, ਇਹ ਟਕਸਾਲ ਦੇ ਸਿੰਘ ਸੀ, ਗੁਰਦੁਆਰਾ ਮਹਿਤਾ ਇਹ ਉੱਥੇ ਜਥੇਦਾਰ ਉੱਥੇ ਗੁਰਦੁਆਰਾ ਸੌਂਪੇ ਗਏ ਸੀ। ਹੀ ਵਾਜ਼ ਅ ਐਲਡੀ ਸਿੰਘ, ਹੀ ਵਾਜ਼ ਅਪੋਇੰਟਡ ਬਾਈ ਸੰਤ ਬਾਬਾ ਕਰਤਾਰ ਸਿੰਘ ਪਿੰਡਰਾ ਵਾਲੇ। ਸ਼ਹੀਦ ਭਾਈ ਹਰਭਜਨ ਸਿੰਘ ਜੀ, ਇਹ ਵੀ ਖੰਡਕੀ ਜਥੇ ਦੇ ਸਿੰਘ ਸੀ। ਸ਼ਹੀਦ ਗਿਆਨੀ ਹਰੀ ਸਿੰਘ ਜੀ, ਇਹ ਵੀ ਜਥੇ ਦੇ ਸਿੰਘ ਸੀ। ਸ਼ਹੀਦ ਭਾਈ ਗੁਰਚਰਨ ਸਿੰਘ ਜੀ, ਇਹ ਭਾਈ ਸਾਹਿਬ ਵਾਜ਼ ਆਲਸੋ ਇਨਫਲੂਐਂਸਡ ਬਾਈ ਅਖੰਡਗੀ ਜਥਾ। ਸ਼ਹੀਦ ਭਾਈ ਧਰਮਵੀਰ ਸਿੰਘ ਜੀ, ਇਹ ਵੀ ਜਥੇ ਦੇ ਸਿੰਘ ਸੀ। ਸ਼ਹੀਦ ਜਥੇਦਾਰ ਭਾਈ ਅਮਰੀਕ ਸਿੰਘ ਜੀ, ਇਹ ਆਮ ਸੰਗਤ, ਇਹ ਨਾ ਟਕਸਾਲ ਨਾਲ ਸੰਪਰਕ ਸੀ, ਨਾ ਜਥੇ ਨਾਲ ਸੀ, ਅਕਾਲ ਤਖਤ ਦੇ ਨਾਲ ਜਾ ਕੇ ਸੇਵਾ ਕਰਦੇ ਹੁੰਦੇ ਸੀ। ਸੋ ਭਾਈ ਸਾਹਿਬ ਉਸ ਵਿਖੇ ਸ਼ਹੀਦ। ਵੈਸੇ ਸਾਰੇ ਜੇ ਸ਼ਹੀਦ ਸਿੰਘ ਆ, ਨਾ ਟਕਸਾਲ ਦੇ, ਨਾ ਅਖੰਡਗੀ ਜਥੇ ਦੇ ਆ, ਸਾਰੇ ਪੰਥ ਦੇ ਆ। ਮੈਂ ਵੈਸੇ ਉਹਨਾਂ ਦੇ ਕਿਉਂ ਕਿੰਨਾ ਸੰਪਰਕ ਰੱਖਦੇ ਸੀ, ਵੈਸੇ ਸ਼ਹਿਰ 'ਚ ਕੀਤਾ ਆ ਨਾ। ਐਂਡ 'ਤੇ ਆਉਂਦਾ, ਇਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਦਿੱਤੀਆਂ, ਦੇ ਫੁਲਫਿਲ ਦੇਅਰ ਰੋਲਸ। ਐਂਡ 'ਤੇ ਆ ਗਿਆ ਹੁਣ ਵਾਟ ਵੀ ਗੋਨਾ ਡੂ, ਆਰ ਵੀ ਗੋਨਾ ਫੁਲਫਿਲ ਆਰ ਰੋਲਸ। ਸਾਡੀ ਅੱਜ ਕੀ ਰੋਲ ਆ? ਦੇ ਗੇਵ ਦੇਅਰ ਟਮੋਰੋ ਫੋਰ ਆਰ ਟੂਡੇ, ਉਹਨਾਂ ਨੇ ਆਪਣਾ ਕੱਲ੍ਹ ਸਾਡੇ ਅੱਜ ਵਾਸਤੇ ਕੁਰਬਾਨ ਕਰ ਦਿੱਤਾ। ਦ ਲੀਸਟ ਵੀ ਕੈਨ ਡੂ ਇਜ਼ ਰਿਮੈਂਬਰ ਦੈਮ, ਦ ਲੀਸਟ ਵੀ ਕੈਨ ਡੂ ਇਜ਼, ਇਫ ਦੇ ਗੇਵ ਦੇਅਰ ਲਾਈਵਸ ਪ੍ਰੋਟੈਕਟਿੰਗ ਸਿੱਖੀ ਵਿਚ ਵਾਜ਼ ਬੀਂਗ ਅਟੈਕਡ, ਸਿੱਖੀ ਦੇ ਬਾਹਰ ਹੋਇਆ ਸੀ, ਇਹਨਾਂ ਨੇ ਸਿੱਖੀ ਦੇ ਖਾਤਰ ਕੁਰਬਾਨੀਆਂ ਦਿੱਤੀਆਂ। ਘੱਟ ਤੋਂ ਘੱਟ ਜਿਹੜੇ ਜ਼ਾਲਮ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਅੱਜ ਵੀ, ਈਵਨ ਟੂਡੇ ਸਿੱਖ ਰਿਲੀਜਨ ਇਜ਼ ਅੰਡਰ ਅਟੈਕ, ਤੁਹਾਨੂੰ ਪਤਾ ਹੀ ਹੋਣਾ, ਲੈਫਟ ਰਾਈਟ ਸੈਂਟਰ, ਪੀਪਲ ਵਾਂਟ ਯੂ ਟੂ ਗਿਵ ਅਪ ਯੂਰ ਦਸਤਾਰ, ਪੀਪਲ ਵਾਂਟ ਯੂ ਟੂ ਕੱਟ ਯੂਰ ਹੈਅਰ, ਪੀਪਲ ਵਾਂਟ ਯੂ ਟੂ ਬਿਕਮ ਡਰਿੰਕਰਸ ਐਂਡ ਬਿਕਮ ਦ ਲੈਰ, ਯੂ ਨੋ ਦੀਜ਼ ਟਿਪੀਕਲ ਪੰਜਾਬੀ ਸਿੰਗਰਸ, ਵਾਟ ਦੇ ਪੋਰਟ੍ਰੇ ਐਜ਼ ਸਿੱਖਸ ਆਰ ਸਪੋਜ਼ਡ ਟੂ ਬੀ, ਐਜ਼ ਦੀਜ਼ ਡਰਿੰਕਰਸ ਨੱਚਦੇ ਭੰਗੜੇ ਭੁੰਗੜੇ ਪਾਉਂਦੇ ਆ, ਉਹ ਤਾਂ ਅੱਗੇ ਚਾਹੁੰਦੇ ਤੁਸੀਂ ਇੱਦਾਂ ਬਣੋ, ਤੁਸੀਂ ਭੁੱਲ ਜਾਓ ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਬਾਦ ਦੇ ਤੀਪ ਸਪੁੱਤਰ ਆ, ਪਰ ਗੁਰੂ ਕੇ ਪਿਆਰ ਹੋ, ਘੱਟ ਤੋਂ ਘੱਟ ਅਸੀਂ ਇੰਨਾ ਕਰ ਸਕਦੇ ਆ, ਜੇ ਉਹ ਸਾਨੂੰ ਖਤਮ ਕਰਨਾ ਚਾਹੁੰਦੇ ਆ, ਅਸੀਂ ਸਿੱਖ ਬਣੀਏ, ਦਾ ਵੀ ਬਿਕਮ ਸਿੱਖਸ, ਅਸੀਂ ਵੀ ਰਹਿਤ ਰੱਖੀਏ, ਅੰਮ੍ਰਿਤ ਛਕੀਏ, ਜੇ ਅੰਮ੍ਰਿਤ ਹਜੇ ਛਕਣ ਦੀ ਤਿਆਰੀ ਕਰੀਏ, ਲੈਟਸ ਪ੍ਰਿਪੇਅਰ ਟੂ ਟੇਕ ਅੰਮ੍ਰਿਤ, ਇਫ ਯੂ ਆਰ ਨੋਟ ਰੈਡੀ ਟੂ ਟੇਕ ਅੰਮ੍ਰਿਤ ਯਾਰ, ਸਟਾਰਟਿੰਗ ਪੁਆਇੰਟ ਇਜ਼ ਲੈਟਸ ਹੈਵ ਸਮ ਗੁਰਬਾਣੀਆਂ ਲਾਈਵਸ, ਲੈਟਸ ਸਟਾਰਟ ਟੂ ਰੀਡ ਆ ਹਿਸਟਰੀ, ਐਂਡ ਬਾਈ ਰੀਡਿੰਗ ਹਿਸਟਰੀ, ਰੀਡਿੰਗ ਗੁਰਬਾਣੀ, ਕੀਪਿੰਗ ਰੈਤ,
following the Guru's path, we can remember these Guru Sikhs. Pulchak Maaf Das Adha Ganta Jada Bode Purveer Jinnu Agya Ditti Si, Jinnu Ne Baithe Ya Dhanwad Bohut Saare Aata. So my Maharaj Ji Kirpan, all of us, Vichar Karde Hoiyan Galtiyan, De Gustafi Koi Ho Gayi Hai, Maaf Karni Hai, Ta Asis Deo Vaheguru Ji Ka Khalsa, Vaheguru Ji Ki Fateh.